ਮਾਇਆ ਲੈ ਜਾਓ ਅੱਗੇ ਗੋਰਾ ਰਮਾਣਿਆ ਵਾਲਾ ਆ 200 ਰੁਪਇਆ ਗੋਰੇ ਵੀਰ ਲੈ ਲਈ ਇਹ ਮਾਇਆ ਤੇਰੇ ਲਈ ਗੁਰਮੁਖ ਸਿੰਘ ਜੀ ਮਾਰੋ ਵਿਸਲ ਤੇ ਮੈਚ ਸ਼ੁਰੂ ਕਰੀਏ ਖੇਡ ਦੇ ਮੈਦਾਨ ਦੇ ਵਿੱਚ ਹਰੀਕਿਆਂ ਵਾਲਿਆਂ ਵੇ ਤੂੰ 28 ਤਰੀਕ ਨੂੰ ਪੁੱਜਣਾ ਫਿਰੋਜ਼ ਸ਼ਾਹ ਦੇ ਵਿੱਚ ਧੰਨਵਾਦ ਹੈ ਸਾਰੀਆਂ ਆਈਆਂ ਹੋਈਆਂ ਟੀਮਾਂ ਦਾ ਆ ਲਓ ਜੀ 200 ਰੁਪਇਆ ਲਓ ਇੱਕ ਪਾਸੇ ਹੋਰ ਦੇਖਣਾ ਵੀ ਸਮਾਲਸਰ ਵਾਲਾ ਗੋਰਾ ਵੀ ਪੁੱਜਿਆ ਖੇਡ ਦੇ ਮੈਦਾਨ ਦੇ ਵਿੱਚ ਗੁਰਮੁਖ ਜੀ ਮਾਰੋ ਵਿਸਲ ਖੇਡ ਦੇ ਮੈਦਾਨ ਦੇ ਵਿੱਚ ਕਾਰੋ ਰਾਜਿਆ ਤਿਆਰੀ ਨੌਜਵਾਨ ਸੋ ਸਵਰਗ ਵਾਸੀ ਸਰਦਾਰ ਤਾਰਾ ਸਿੰਘ ਧਾਲੀਵਾਲ ਉਹਨਾਂ ਦੇ ਪਰਿਵਾਰ ਦੇ ਜਿਹੜੇ ਵੀ ਮੈਂਬਰ ਇੱਥੇ ਹਾਜ਼ਰ ਹੈ ਜਿਨ੍ਹਾਂ ਦਾ 16,000 ਦਾ 75 ਦੂਜਾ ਨਾਮ ਸੀ ਉਹ ਵੀ ਆ ਕੇ ਆਪਣਾ ਮਾਣ ਸਨਮਾਨ ਪ੍ਰਾਪਤ ਕਰ ਲੈਣ ਸਵਰਗਵਾਸੀ ਤਾਰਾ ਸਿੰਘ ਢਿੱਲੋਂ ਦਾ ਪਰਿਵਾਰ ਗੁਰਮੁਖ ਸਿੰਘ ਜੀ ਟਾਈਮ ਨਹੀਂ ਹੈ ਮੈਚ ਜਲਦੀ ਪਲੇ ਕਰ ਦਿਓ ਇਸ ਤੋਂ ਅੱਗੇ ਮਹਿਮੋਆਣਾ ਤੇ ਬਾਬਾ ਰੁੱਖ ਅਰਦਾਸ ਕਲੱਬ ਭਲੂਰ ਇਹ ਟੀਮਾਂ ਵੀ ਜਲਦੀ ਤੋਂ ਜਲਦੀ ਆਪਣੀ ਤਿਆਰੀ ਕਰ ਲੈਣ ਆਏ ਹੋਏ ਦਰਸ਼ਕ ਵੀਰਾਂ ਦਾ ਔਰ ਜਿੰਨੇ ਸਾਡੇ ਵੀਰ ਇਸ ਨਗਰ ਨੂੰ ਇਸ ਕਬੱਡੀ ਨੂੰ ਪਿਆਰ ਕਰਦੇ ਪੂਰੀ ਦੁਨੀਆ ਦੇ ਵਿੱਚ ਲਾਈਵ ਕਬੱਡੀ 365 ਦੇ ਨਾਲ ਜੁੜੇ ਨੇ ਏਕ ਨੂਰ ਯੂਥ ਕਲੱਬ ਵੱਲੋਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਹੈ ਜਿੰਨੇ ਵੀਰ ਲਾਈਵ ਦੇਖ ਰਹੇ ਨੇ ਅੱਜ ਇਸ ਕਬੱਡੀ ਦੇ ਮਹਾਕੁੰਭ ਨੂੰ ਹਾਂਜੀ 75 ਕਿਲੋ ਦੀਆਂ ਫਾਈਨਲ ਟੀਮਾਂ ਨੂੰ ਬੁਲਾ ਲਓ ਜੀ ਗਰਾਊਂਡ ਗੁਰਜੀਤ ਸਿੰਘ ਢਿੱਲੋਂ ਇਸ ਰਾਊਂਡ ਤੋਂ ਬਾਅਦ ਕੋਠੇ ਚੱਕ ਭਾਗ ਸਿੰਘ ਵਾਲਾ ਠੀਕ ਆ ਜੀ ਕਬੱਡੀ 75 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ ਇਹ ਵੀ ਟੀਮਾਂ ਜਲਦੀ ਵੇਟਿੰਗ ਬਾਕਸ ਦੇ ਵਿੱਚ ਆ ਕੇ ਰੁਕ ਜਾਣ ਲੰਡਿਆਂ ਦੀ ਟੀਮ ਪਿੰਡ ਵਾਲੇ ਪਾਸੇ ਹੋ ਗਈ ਹੈ ਔਰ ਗੁਰੂ ਘਰ ਦੇ ਆਪਾਂ ਦੇਖੀਏ ਵੀ ਦਰਬਾਰ ਵਾਲੇ ਪਾਸੇ ਟੀਮ ਜਿਹੜੀ ਹੈ ਖੇਡ ਦੇ ਮੈਦਾਨ ਦੇ ਵਿੱਚ ਸ਼ੇਖੇ ਵਾਲਾ ਲੈ ਪੁੱਜੇ ਆਪਾਂ ਦੇਖਾਂਗੇ ਵੀ ਮੈਚ ਤਕੜਾ ਸ਼ੁਰੂ ਹੋਣ ਜਾ ਰਿਹਾ ਦੋਨਾਂ ਟੀਮਾਂ ਦੇ ਵਿੱਚ ਕਿ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬਣੇਵੇ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬਣੇਵੇ ਖਾਣੀ ਇੱਕ ਪਾਸੇ ਸਮਾਲਸਰੀਆ ਗੋਰਾ ਕਹਿੰਦੇ ਕਹਾਉਂਦੇ ਕਹਿੰਦੇ ਵੀ ਧਾਵੀਆਂ ਦੇ ਉੱਤੇ ਟੱਕਰ ਲੈਂਦਾ ਹੈ ਨਾਲ ਬੰਤ ਸਿੰਘ ਦਾ ਪੁੱਤਰ ਕਹਿੰਦੇ ਵੀ ਸੰਧੂਰਾ ਪੁੱਜਿਆ ਹੋਇਆ ਰਾਣਾ ਕਲੱਬ ਦੌਦਰ ਦੀ ਟੀਮ ਦੇ ਲਈ ਖੇਡਦਾ ਜਿਸ ਨਗਰ ਦੇ ਵਰਿੰਦਰ ਨੇ ਕਹਿੰਦੇ ਵੀ ਏਸ਼ੀਆ ਕੱਪ ਖੇਡਿਆ ਉਸੇ ਪਿੰਡ ਦਾ ਨੌਜਵਾਨ ਵਿਸ਼ੇਸ਼ ਤੌਰ ਤੇ ਪੁੱਜਿਆ ਆਪਾਂ ਧੰਨਵਾਦ ਕਰਾਂਗੇ ਪਹਿਲੀ ਕਬੱਡੀ ਰਾਜੇ ਦੀ ਹੈ ਉਸ ਤੋਂ ਅੱਗੇ ਸਵਰਗਵਾਸੀ ਸਰਦਾਰ ਕੌਰ ਸਿੰਘ ਬਰਾੜ ਉਹਨਾਂ ਦੇ ਸਤਿਕਾਰਯੋਗ ਪਿਤਾ ਜਗਜੀਤ ਸਿੰਘ ਬਰਾੜ ਉਹ ਵੀ ਥੱਲੇ ਆ ਜਾਣ ਇੱਥੋਂ ਮੰਚ ਤੋਂ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਹੁਣ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੋਢੀ ਔਰ ਸਮੂਹ ਅਹੁਦੇਦਾਰ ਰਜਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਨ ਹੁਣ ਸਵਰਗਵਾਸੀ ਸਰਦਾਰ ਪਿਆਰਾ ਸਿੰਘ ਢਿੱਲੋਂ ਇਹਨਾਂ ਨੇ 40 ਸਾਲਾਂ ਦੀ ਟੀਮ ਦਾ ਜੋ ਦਿੱਤਾ ਇਨਾਮ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਇਹ ਕਨੂਰ ਯੂਥ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੋਢੀ ਔਰ ਸਮੂਹ ਅਹੁਦੇਦਾਰਾਂ ਵੱਲੋਂ ਲਓ ਸਾਹਮਣੇ ਇੱਕ ਪਾਸੇ ਦੇਖੀਏ ਹੁਣ ਖੇਡ ਦੇ ਮੈਦਾਨ ਦੇ ਵਿੱਚ ਜੱਜ ਰਣ ਸਿੰਘ ਵਾਲੇ ਦੀ ਟੀਮ ਦਾ ਦੂਸਰੇ ਪਾਸੇ ਸ਼ੇਖੇ ਵਾਲਾ ਮੂਹਰੇ ਅੜ ਕੇ ਹੌਸਲਾ ਕਰਕੇ ਪੁੱਤਰਿਆ ਸਾਰ ਸਿੰਘਾਂ ਤੇ ਫੜ ਕੇ ਜੱਫਾ ਲਾ ਹੀ ਜਾਂਦੇ ਨੇ ਕੋਚ ਸਿਆਣੇ ਬਾਪੇ ਜੀਣ ਦਾ ਢੰਗ ਸਿਖਾ ਹੀ ਜਾਂਦੇ ਨੇ ਆਓ ਸਾਹਮਣੇ ਜੁਗਰਾਜ ਸਿੰਘ ਰਾਜੇ ਦੀ ਪਾਈ ਹੋਈ ਕਬੱਡੀ ਹੈ ਇੱਕ ਪਾਸੇ ਲੰਡਿਆਂ ਦਾ ਦੀਪਾ ਇੱਕ ਪਾਸੇ ਦੇਖੋ ਹੁਣ ਸਾਹਮਣੇ ਬੋਰਡ ਆਪਾਂ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਗੁੱਟ ਫੜ ਕੇ ਜਦ ਕੈਂਚੀ ਜੜ ਹੋ ਜਾਵੇ ਬੈਠੇ ਦਰਸ਼ਕ ਕਹਿ ਦਿੰਦੇ ਨੇ ਹੁਣ ਤੇ ਰੇਡਰ ਫੜ ਹੋ ਜਾਵੇ ਬਾਹਰ ਬੈਠੇ ਦਰਸ਼ਕ ਵੀ ਕਹਿ ਦਿੰਦੇ ਨੇ ਹੁਣ ਤੇ ਰੇਡਰ ਫੜ ਹੋ ਜਾਵੇ ਕਬੱਡੀ ਅਮਨ ਦੀ ਹੈ ਆਓ ਸਾਹਮਣੇ ਸਰਾਵਾਂ ਵਾਲਾ ਗੱਭਰੂ ਕਬੱਡੀ ਪਾਉਂਦਾ ਹੋਇਆ ਲੱਭੀ ਸੰਧੂਰਿਆ ਪੁੱਤ ਟਰਾਈ ਕਰ ਇਸ ਨੌਜਵਾਨ ਦੇ ਉੱਤੇ ਆਹ ਮੇਰੇ ਵੀਰੋ ਸਾਹਮਣੇ ਦੌਦਰ ਦੀ ਧਰਤੀ ਦਾ ਬੰਤ ਸਿੰਘ ਦਾ ਪੁੱਤਰ ਹੈ ਜਿਸ ਨੌਜਵਾਨ ਨੇ ਪਹਿਲੀ ਟਰਾਈ ਕੀਤੀ ਹੈ ਕਹਿੰਦਾ ਕੋਈ ਗੱਲ ਨਹੀਂ ਭੱਜਿਆਂ ਨੂੰ ਹੁੰਦੇ ਸਦਾ ਇੱਕੋ ਜਿਹੇ ਬਾਣ ਤੇਰਾ ਕਿਹੜੇ ਜੱਜ ਨਾਲ ਸਾਂਝਾ ਏ ਮਕਾਨ ਲਾਦੀ ਜਿਹੜੀ ਲਾਉਣੀ ਮੋਗੇ ਵਿੱਚ
ਕਿਤਨੇ ਮੈਂ ਵੀ ਰੋਜ਼ ਦੀ ਮਕਾਉਣੀ ਚਾਹੁੰਦਾ ਕਿਚ ਕਿਤਨੇ ਮੈਂ ਵੀ ਰੋਜ਼ ਦੀ ਮਕਾਉਣੀ ਕਿਚ ਕਿਤਨੇ ਪਰ ਸੋਢੀ ਵਾਲੇ ਦੇ ਗੁਰਮੁਖ ਨੇ ਸੱਚੀ ਬੋਲੀ ਬੋਲੀ ਹੈ ਕਹਿੰਦਾ ਵੀ ਨੰਬਰ ਰਾਜੇ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਜਾਵੇ ਆ ਚੱਲ ਜੱਜ ਗੁਰਦੇਵ ਸਿੰਘ ਗਿੱਲ ਕੈਨੇਡਾ ਨਿਵਾਸੀ ਉਹਨਾਂ ਦੇ ਨਾਲ ਹੀ ਮੇਲਾ ਸਿੰਘ ਬਰਾੜ ਸਾਬਕਾ ਪੰਚ ਉਹ ਵੀ ਆ ਜਾਣ ਲਓ ਸਾਹਮਣੇ ਕਬੱਡੀ ਜੱਜ ਦੀ ਪੈਂਦੀ ਹੈ ਗੋਲ ਜਿਹਾ ਸਰੀਰ ਭਰਿਆ ਹੋਇਆ ਜਵਾਨੀ ਦਾ ਤੇ ਦੂਸਰੇ ਪਾਸੇ ਦੇਖਾਂਗੇ ਵੀ ਸੰਧੂਰੇ ਦੀ ਦੂਸਰੀ ਟਰਾਈ ਹੈ ਨੌਜਵਾਨਾਂ ਖੁੱਲ ਕੇ ਖੇਡ ਲੈ ਆਪਾਂ ਦੇਖੀਏ ਢਿੱਲਵਾਂ ਦੀ ਧਰਤੀ ਦਾ ਮੇਲਾ ਅੱਜ ਕੌਣ ਲੁੱਟ ਕੇ ਜਾਂਦਾ ਆਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਨਾਲ ਸਾਡੇ ਪੱਪਾ ਜੀ ਢਿੱਲੋਂ ਸਾਹਿਬ ਜੱਜ ਦੇ ਲਈ ਇੱਕ 100 ਰੁਪਏ ਦੇ ਮਾਨ ਸਨਮਾਨ ਭੇਜਦੇ ਹੈ ਆਪਾਂ ਧੰਨਵਾਦ ਕਰਾਂਗੇ ਇਸ ਸਾਰੀ ਸੰਸਥਾ ਦਾ ਔਰ ਦੂਸਰੇ ਪਾਸੇ ਇਸ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਦਾ ਇਲਾਕੇ ਦੇ ਵਿੱਚੋਂ ਪੁੱਜੇ ਪੰਚਾਂ ਸਰਪੰਚਾਂ ਦਾ ਇਸ ਨਗਰ ਨੂੰ ਇਸ ਕਬੱਡੀ ਦੇ ਮਹਾਂਕੁੰਭ ਨੂੰ ਵੱਡੇ ਯੋਗਦਾਨ ਦਿੱਤੇ ਨੇ ਕਿ ਅਮੀਰ ਹੋਊ ਤੇ ਬੰਦਾ ਆਪਣੇ ਘਰੇ ਹੋ ਜੇਕਰ ਦਾਨੀ ਨਹੀਂ ਤੇ ਇਨਸਾਨ ਹੈ ਨੀ ਜਿਹੜਾ ਕੜਦਾ ਨੀ ਦੁਸ਼ਮੰਦ ਗੁਰੂ ਘਰ ਦੇ ਲਈ ਉਹ ਦੋਹਾਂ ਜਹਾਨਾਂ ਚ ਪ੍ਰਵਾਨ ਹੈ ਨੀ ਉਹ ਬੰਦਾ ਕਦੇ ਨੀ ਵੱਡਾ ਹੋ ਸਕਦਾ ਜਿਸ ਬੰਦੇ ਦੀ ਮਿੱਠੀ ਜ਼ਬਾਨ ਹੈ ਨੀ ਦਾਨ ਕਰਨ ਬੇਸ਼ੱਕ ਕਰੋ ਲੱਖਾਂ ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨੀ ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨੀ ਲੈਕਚਰਾਰ ਗੁਰਸੇਵ ਸਿੰਘ ਉਹ ਵੀ ਆ ਜਾਣ ਉਹਨਾਂ ਨਾਲ ਹਰਨੇਕ ਸਿੰਘ ਧਾਲੀਵਾਲ ਚਮਕੌਰ ਸਿੰਘ ਖੋਸਾ ਦਸ਼ਮੇਸ਼ ਐਗਰੋਟੈਕ ਜਿਹੜੇ ਸੱਜਣਾਂ ਦੇ ਨਾਂ ਲੈ ਜਾਂਦੇ ਉਹ ਜਲਦ ਤੋਂ ਜਲਦੀ ਇੱਥੇ ਆ ਕੇ ਆਪਣਾ ਮਾਣ ਸਨਮਾਨ ਪ੍ਰਾਪਤ ਕਰ ਲੈਣ ਇਸ ਤੋਂ ਅਗਲਾ ਮੈਚ ਮਹਿਮੋਣਾ ਤੇ ਬਾਬਾ ਰੁੱਖ ਅਰਦਾਸ ਕਲੱਬ ਭਲੌਰ ਦੀ ਟੀਮ ਦੇ ਦਰਮਿਆਨ ਤਕੜਾ ਮੈਚ ਖੇਡਿਆ ਜਾਣਾ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਵੇਖੀਏ ਵੀ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤੇ ਸੰਭਾਲੇ ਸਾਥੋਂ ਜੰਗ ਦੇ ਡੋਟਣਾ ਕਦੇ ਕੱਖ ਪੱਲੇ ਨਾ ਕਮਾਈਆਂ ਰਹਿੰਦੀਆਂ ਸਦਾ ਦੀ ਹਾਲਾਤ ਰਹਿੰਦੇ ਮਾੜੇ ਬੰਦੇ ਸਦਾ ਦੀ ਉਹ ਬੰਦੇ ਆ ਚੜਾਈਆਂ ਰਹਿੰਦੀਆਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਦੀ ਉਹ ਬੰਦੇ ਆ ਚੜਾਈਆਂ ਰਹਿੰਦੀਆਂ ਅਭੀ ਦੀਪਿਆ ਇਸ ਮੁੰਡੇ ਜਗਰਾਜ ਨੂੰ ਡੱਕ ਕੇ ਦਿਖਾ ਫਿਰ ਦੇਖਾਂਗੇ ਕੀ ਭਾਵਿਕਦੀ ਹੈ ਅਮਨ ਸਰਾਣਾ ਵਾਲੇ ਦੀ ਕਬੱਡੀ ਹੈ ਜਾਂ ਤਾਂ ਸਧੂਰੀਆ ਤੂੰ ਪੁੱਤ ਡੱਕ ਲੈ ਜਾਂ ਫਿਰ ਸਮਾਲਸਰ ਦੇ ਭਲਵਾਨ ਨੂੰ ਕਹਿ ਵੀ ਇਸ ਮੁੰਡੇ ਦੇ ਛਾਤੀ ਦੇ ਵਿੱਚ ਹੱਥ ਲਾ ਕੇ ਦਿਖਾਓ ਇਸ ਸ਼ੇਰ ਦੇ ਜਵਾਰਿਆਂ ਦੇ ਵਿੱਚ ਹੱਥ ਪਾ ਕੇ ਦਿਖਾਓ ਲਓ ਸਾਹਮਣੇ ਦੇਖੀਏ ਗੁਰਮੁਖ ਸਿਆ ਚੁੱਕ ਚੰਦਰੀ ਕਰਾ ਗਈ ਕਾਰਾ ਆ ਮਿੱਤਰਾਂ ਚ ਖੜਕ ਪਈ ਜਰਾ ਸੁਣ ਕੇ ਜਾਈ ਦਿਲਦਾਰਾ ਆ ਮਿੱਤਰਾਂ ਚ ਖੜਕ ਪਈ ਇੱਕ ਪਾਸੇ ਸਮਾਲ ਸਰੀਆ ਤਾੜੀਆਂ ਮਾਰ ਦੋ ਥਾਂ ਦੇ ਲਈ ਹਾਂ ਕਿ ਇੱਕੋ ਜਿੰਨਾ ਜ਼ੋਰ ਲੱਗਦਾ ਨੀ ਯਾਰੀ ਹਾਣ ਦੇ ਮੁੰਡੇ ਨਾਲ ਲਾਈਏ ਇੱਕੋ ਜਿੰਨਾ ਜ਼ੋਰ ਲੱਗਦਾ ਯਾਰੀ ਹਾਣ ਦੇ ਮੁੰਡੇ ਨਾਲ ਲਾਈਏ ਆ ਚੱਲਿਆ ਰਾਜਾ ਬੋੜ ਵੇਖਿਆ ਮੁੰਡੇ ਨੂੰ ਕਿੱਥੋਂ ਫੜਨਾ ਪਰ ਮੁੰਡਾ ਹੱਥ ਨਹੀਂ ਆਉਂਦਾ ਉਹ ਜਾਂਦਾ ਸਾਹਮਣੇ ਨੌਜਵਾਨ ਇਹ ਫੈਸਲਾ ਸੋਢੀ ਵਾਲੇ ਦੇ ਗੁਰਮੁਖ ਨੇ ਕਰਨਾ ਹੈ ਵਾਹ ਨੌਜਵਾਨ ਆ ਗਿਆ ਜੱਜ ਹੁਣ ਕਿਹਦੇ ਤੋਂ ਜਾਊਗਾ ਛੁੱਟ ਕੇ ਭੱਜ ਇਹ ਹੁਣ ਕਿੰਨੇ ਪਾਉਣਾ ਪੁੱਠਾ ਜਿਹਾ ਜੱਬ ਗੱਲ ਸਮੇਂ ਦੀ ਹੋਣੀ ਹੈ ਚਾਰ ਖਤਰਨਾਕ ਮੁੰਡੇ ਚੀਨ ਦੀ ਕੰਧ ਵਰਗੇ ਖੜੇ ਹੈ ਲਓ ਸਾਹਮਣੇ ਦੇਖੋ ਕੌਣ ਇਸ ਤੇਜ ਹਵਾ ਦੇ ਬੁੱਲੇ ਦੇ ਬੱਲ ਚੱਕੇਗਾ ਆਪਾਂ ਸਾਹਮਣੇ ਦੇਖਾ ਉਹ ਨਾ ਉਹ ਸੋਹਣਿਆ ਦੋ ਜਾਣਿਆਂ ਵਿੱਚ ਮਾੜਾ ਹੁੰਦਾ ਥੰਨ ਅੜਿਆ ਤੀਜੇ ਦਾ ਆ ਵੀ ਪੁੱਤਰਾ ਪਾ ਕਬੱਡੀ ਜੁਗਰਾਜ ਸਿਆ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਕਮਾਇਆ ਸਰੀਰ ਨੌਜਵਾਨ ਦਾ ਕਬੱਡੀ ਪਾਉਣ ਦੇ ਲਈ ਅਗਲੀ ਤਿਆਰੀ ਕਰੇਗਾ ਨੌਜਵਾਨ ਖੇਡ ਦੇ ਮੈਦਾਨ ਦੇ ਵਿੱਚ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਦੋਨਾਂ ਟੀਮਾਂ ਦੇ ਵਿੱਚ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਕਰ ਸਕਦੀ ਹੈ ਘਰ ਦੇ ਵਿੱਚ ਸ਼ੇਰ ਨਹੀਂ ਪੁੱਤ ਸ਼ੇਰ ਪੈਦਾ ਜਿਸ ਜ਼ਮੀਨ ਦੇ ਵਿੱਚ ਹੁੰਦੀ ਹੈ ਸਿੱਲ ਪੂਰੀ ਉਹ ਜ਼ਮੀਨ 'ਚ ਹੁੰਦੀ ਹੈ ਫਸਲ ਢੇਰ ਪੈਦਾ ਜਿਹਨਾਂ ਮਾਪਿਆਂ ਨੇ ਕੀਤੀ ਹੁੰਦੀ ਹੈ ਤਪੱਸਿਆ ਉਹਨਾਂ ਮਾਪਿਆਂ ਦੇ ਘਰ ਹੁੰਦੇ ਨੇ ਪੁੱਤ ਪਲੇਅਰ ਪੈਦਾ ਬੋੜਿਆ ਕੀ ਗੱਲ ਹੋ ਗਈ ਹੈ ਹਰਨੇਕ ਸਿੰਘ ਧਾਲੀਵਾਲ ਚਮਕੌਰ ਸਿੰਘ ਖੋਸਾ ਤਾਰਾ ਸਿੰਘ ਜੇਈ ਇਹ ਸਾਰੇ ਸੱਜਣ ਆ ਕੇ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲੈਣ ਮੈਚ ਚਾਲੂ ਰੱਖੋ ਠੀਕ ਹੈ ਆਪਾਂ ਗਰਾਊਂਡ ਦੇ ਵਿੱਚ ਗੈਪ ਨਹੀਂ ਪੈਣ ਦੇਣਾ ਕਿਉਂਕਿ ਅਜੇ ਮੈਚ ਬਹੁਤ ਜ਼ਿਆਦਾ ਪਏ ਨੇ
ਸੰਨਾ ਵਾਲੇ ਭੇੜ ਹੈ ਲੱਭੀ ਪੁੱਤ ਕਰਖਾਂ ਤਿਆਰੀ ਗਰਾਊਂਡ ਦੇ ਵਿੱਚ ਅਗਲੀ ਤਰੀਕ ਕਬੱਡੀ ਦੇਖੀਏ ਦਰਸ਼ਕਾਂ ਦੇ ਸਾਹਮਣੇ ਕਰੀਏ ਲੱਭੀ ਇੱਕ ਬੇਨੜੇ ਵਾਲਾ ਕਹਿੰਦੇ ਵੀ ਮਸ਼ਹੂਰ ਕਬੱਡੀ ਦਾ ਖਿਡਾਰੀ ਆ ਮੋਟਰਸਾਈਕਲਾਂ ਦਾ ਜੇਤੂ ਉਹ ਫਿਰ ਐਂ ਨਾ ਕਰੋ ਨਾ ਯਾਰ ਟਾਈਮ ਹੈ ਨੀ ਆਪਣੇ ਕੋਲੇ ਪ੍ਰਗਟ ਸਿੰਘ ਜੀ ਗੁਰਪ੍ਰੀਤ ਭਾਜੀ ਪੱਪੇ ਜੀ ਆਏ ਜੇ ਜਲਦੀ ਗਰਾਊਂਡ ਦੇ ਵਿੱਚ ਮਾੜਾ ਜਿਹਾ ਆਪਾਂ ਮੈਚ ਚਾਲੂ ਰੱਖਣਾ ਗਰਾਊਂਡ ਦੇ ਵਿੱਚ ਪ੍ਰਬੰਧਕ ਕਮੇਟੀ ਫੈਸਲਾ ਆਪਾਂ ਕਰ ਦਿਆਂਗੇ ਬੋਰਡ ਸਾਹਿਬ ਕੋਈ ਗੱਲ ਨਹੀਂ ਪਰ ਮੈਚ ਤੇ ਚਾਲੂ ਰੱਖੀਏ ਨਾ ਕੋਈ ਗੱਲ ਨਹੀਂ ਵੀਰ ਕੋਈ ਗੱਲ ਨਹੀਂ ਜਿਹੜਾ ਸਪੇਅਰ ਉਹ ਜਾ ਕੇ ਤਰਾਜ ਲਾ ਲਓ ਕੋਈ ਗੱਲ ਨਹੀਂ ਸਵਰਗ ਵਾਸੀ ਜੈਬ ਸਿੰਘ ਬਰਾੜ ਉਹਨਾਂ ਦੇ ਪਰਿਵਾਰ ਦਾ ਮੈਂਬਰ ਸਾਧੂ ਸਿੰਘ ਬਰਾੜ ਸੁਸਾਇਟੀ ਮੈਂਬਰ ਉਹ ਵੀ ਆ ਜਾਣ ਗੁਰਪ੍ਰੀਤ ਸਿੰਘ ਧਾਲੀਵਾਲ ਉਹਨਾਂ ਦੇ ਮੈਂਬਰ ਵੀ ਆ ਜਾਣ ਮੈਚ ਤੇ ਰੱਖੋ ਜਾਰੀ ਯਾਰ ਕੋਈ ਗੱਲ ਨਹੀਂ ਕਮੇਟੀ ਬੜੀ ਸੁਲਝੀ ਹੋਈ ਹੈ ਰਣਜੀਤ ਸਿੰਘ ਜੀ ਆਸਟ੍ਰੇਲੀਆ 100 ਰੁਪਇਆ ਅਮਨ ਦੀ ਕਬੱਡੀ ਤੋਂ ਖੁਸ਼ ਹੋ ਕੇ ਭੇਜਦੇ ਹੈ ਅਮਨ ਸਰਾਮਾ ਵਾਲਾ 100 ਦਾ ਨੋਟ ਲੈ ਲਵੇ ਅਲਵੇ ਅੰਗਰੇਜ਼ ਚ ਅਮਨ ਦਾ 100 ਵੀ ਫੜ ਲੈ ਤੂੰ ਆਪਣੇ ਕੋਲੇ ਮੈਚ ਚਾਲੂ ਰੱਖੋ ਮੁੰਡੇ ਕਹਿੰਦੇ ਵੀ ਜੋਸ਼ ਠੱਲਿਆ ਨਹੀਂ ਜਾਂਦਾ ਠੀਕ ਹੈ ਬੋਰ ਸਿੰਘ ਜੀ ਧੰਨਵਾਦ ਸਾਰੀਆਂ ਟੀਮਾਂ ਦਾ ਧੰਨਵਾਦ ਕਰ ਰਹੀ ਹੈ ਕਮੇਟੀ ਜਿੰਨੇ ਖਿਡਾਰੀ ਇੱਥੇ ਪੁੱਜੇ ਹੈ ਆ ਵੀ ਪੁੱਤਰ ਆਪਾਂ ਆਓ ਨੌਜਵਾਨਾਂ ਕਬੱਡੀ ਆ ਦਰਸ਼ਕ ਦੇਖੋ ਕਿਵੇਂ ਬੈਠੇ ਪੱਬਾਂ ਭਾਰ ਹੋਏ ਨੇ ਕਿ ਬੜੀ ਦੂਰੋਂ ਦੂਰੋਂ ਆਏ ਬੈਠੇ ਭੁੱਖੇ ਤੇ ਧਿਆਏ ਦੇਖ ਖਿਡਾਰੀਆਂ ਦੇ ਸਰੀਰ ਨਾ ਕਿਸੇ ਗੱਲ ਦੀ ਘਾਟ ਰੜ ਕੇ ਅੱਜ ਬੋਲਦਾ ਕਬੱਡੀ ਦਾ ਜਨੂੰਨ ਪੰਜਾਬੀਆਂ ਦੇ ਸਿਰ ਚੜ ਕੇ ਅੱਜ ਬੋਲਦਾ ਕਬੱਡੀ ਦਾ ਜਨੂੰਨ ਪੰਜਾਬੀਆਂ ਦੇ ਸਿਰ ਚੜ ਕੇ ਕਿੰਨੇ ਕਬੱਡੀ ਪਾਉਣੀ ਆ ਵੀ ਗਰਾਊਂਡ ਦੇ ਵਿੱਚ ਸਰਾਵਾਂ ਵਾਲੇ ਨੂੰ ਛੱਡੋਗੇ ਜਾਂ ਫਿਰ ਲੱਭੀ ਨੂੰ ਛੱਡੋਗੇ ਤੇ ਇਹ ਆ ਗਿਆ ਜੁਗਰਾਜ ਸਿੰਘ ਕੇ ਮਹੱਲੇ ਦਾ ਪ੍ਰਮੋਟਰਾਂ ਦੇ ਤੌਰ ਤੇ ਜਾਣਿਆ ਜਾਂਦਾ ਹੈ ਜਿੱਥੇ 28-1 ਤੋਂ 2 ਤਰੀਕ ਨੂੰ ਕਬੱਡੀਆਂ ਪੈਣੀਆਂ ਮਾਲੇ ਖੁਰ ਦੀ ਧਰਤੀ ਤੇ ਇੱਕ ਪਾਸੇ ਫੜਿਆ ਗੁੱਟ ਛੜਾਇਆ ਗੁੱਟ ਲਓ ਸਾਹਮਣੇ ਕੀ ਬੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦੀ ਰਮਜ ਨਾ ਕੋਈ ਤੂੰ ਬੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦੀ ਸਮਝ ਨਾ ਕੋਈ ਲਓ ਚੱਲਿਆ ਜੱਜ ਕਬੱਡੀ ਪਾਉਣ ਦੇ ਲਈ 4 ਜਾਫੀਆਂ ਦੇ ਵਿੱਚੋਂ ਕੌਣ ਇਸ ਗੱਭਰੂ ਦੇ ਜਵਾੜੇ ਦੇ ਵਿੱਚ ਹੱਥ ਪਾਵੇਗਾ ਇਹ ਵੀ ਗੱਲ ਸਮੇਂ ਦੀ ਹੈ ਲਓ ਸਾਹਮਣੇ ਆਪਾਂ ਦੇਖਾਂਗੇ ਕਿ ਜੋ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਾਹਦਾ ਹੈ ਹਥਿਆਰ ਉਹਦੀ ਵਿੱਚ ਮੈਦਾਨ ਦੇ ਵੀਹਵੀਂ ਸਦੀ ਦੇ ਮਹਾਨ ਜਰਨੈਲ ਮਹਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ 100 ਰੁਪਇਆ ਕੋਈ ਸਿੰਘ ਪ੍ਰੇਮੀ ਦੇ ਕੇ ਗਿਆ ਰੋਡਿਆਂ ਵਾਲੀ ਟੀਮ ਨੂੰ ਉਹ ਮੈਚ ਸਮਾਪਤ ਹੋਣ ਤੋਂ ਬਾਅਦ ਪ੍ਰਾਪਤ ਕਰ ਲੈਣ ਬਹੁਤ ਧੰਨਵਾਦ ਜੋ ਇਹਨਾਂ ਖਿਡਾਰੀਆਂ ਦੇ ਲਈ ਮਾਨ ਸਨਮਾਨ ਕਰਦੇ ਨੇ ਔਰ ਦੂਸਰੇ ਪਾਸੇ ਕਬੱਡੀ ਜੱਜ ਦੀ ਹੈ ਆਓ 4 ਜਾਫੀਆਂ ਦੇ ਵਿੱਚੋਂ ਆਪਾਂ ਸਮੇਂ ਦਾ ਇੰਤਜ਼ਾਰ ਕਰਾਂਗੇ ਉਹ ਵੀ ਆ ਜਾਂਦੇ ਕੌਣ ਲੱਤੀ ਲੱਗੇਗਾ ਕੌਣ ਮੂਹਰੇ ਹੋ ਕੇ ਸਮਾਂ ਕਰਾਵੇਗਾ ਲਓ ਸਾਹਮਣੇ ਇੱਕ ਪਾਸੇ ਬੰਤ ਸਿੰਘ ਦਾ ਪੁੱਤਰ ਫਿਰ ਪਿੱਛੇ ਭੱਜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਪ੍ਰਗਟ ਸਿੰਘ ਜੀ ਇਹ ਇਲਾਕੇ ਦੀ ਪਿਆਰੀ ਸ਼ਖਸੀਅਤ ਬਣ ਗਈ ਭਾਵੇਂ ਫਿਰੋਜ਼ਪੁਰ ਦੇ ਵਿੱਚ ਪੁੱਜੇ ਹੈ ਔਰ ਮੈਂ ਧੰਨਵਾਦ ਕਰਦਾ ਜਿਹਨਾਂ ਦੀ ਬਦੌਲਤ ਆਪਾਂ ਇੱਥੇ ਬੋਲ ਰਹੇ ਹਾਂ 500 ਰੁਪਇਆ ਮਾਨ ਸਨਮਾਨ ਕਰ ਗਏ ਨੇ ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ ਕਿਹੜੇ ਖਿਡਾਰੀ ਦੇ ਲਈ ਰਾਜੇ ਦੇ ਲਈ ਆ 500 ਰੁਪਇਆ ਪ੍ਰਗਟ ਸਿੰਘ 500 ਦਾ ਨੋਟ ਮੁੱਠੀ ਦੇ ਵਿੱਚ ਦੇ ਗਏ ਹੈ ਕਿ ਗੁਰਚਰਨ ਸਿੰਘ ਰਾਜੇ ਦੀ ਖੁਸ਼ ਹੋ ਕੇ ਆਪਾਂ ਦੇਣਾ ਪੰਚਾਇਤ ਸੈਕਟਰੀ ਉਹ ਵੀ ਦੋਨੇ ਹੰਸਾਂ ਦੀ ਜੋੜੀ ਥੱਲੇ ਆ ਜਾਵੇ ਕਹਿੰਦਾ ਵੀ ਹੁਣ 100 ਦੇ ਨੋਟ ਗੁਰਮੁਖ ਸਾਹਿਬ ਬੰਦ ਕਰ ਦਿੱਤੇ ਹੈ ਹੁਣ ਤੇ 500 ਦੇ ਨੋਟ 1000 ਵਾਲੇ ਨੋਟ ਚੱਲਦੇ ਹੈ ਕਹਿੰਦਾ ਵੀ ਨੋਟ ਤਾਂ ਸਾਡੇ ਪ੍ਰਬੰਧਕਾਂ ਦੀਆਂ ਜੇਬਾਂ ਦੇ ਵਿੱਚ ਢੁੱਡਾਂ ਮਾਰੀ ਜਾਂਦੇ ਹੈ ਲਓ ਸਾਹਮਣੇ ਇੱਕ ਪਾਸੇ ਉਹੋ ਹੀ ਤੁਹਾਡਾ ਯਾਰ ਨਹੀਂ ਰੀਸਾ ਹੱਥ ਘੁੱਟ ਕੇ ਗੱਡੀ ਨੂੰ ਪਾਇਆ ਤੇ ਰੋਂਦੀ ਜਾਵੇ ਉਤਲੇ ਮਨੋ ਨਹੀਂ ਹੱਥ ਘੁੱਟ ਕੇ ਗੱਡੀ ਨੂੰ ਪਾਇਆ ਰੋਂਦੀ ਜਾਵੇ ਉਤਲੇ ਮਨੋ ਕੋਈ ਗੱਲ ਨਹੀਂ ਮੁੰਡਾ ਫੇਰ ਆਊਗਾ ਹੋ ਗਿਆ ਜੀ ਮੈਂ ਸਮਾਪਤ ਬਾਈ ਕਿਹੜੀ ਟੀਮ ਜਿੱਤੀ ਹੈ ਕਰੀਏ ਦਰਸ਼ਕਾਂ ਦੇ ਸਨਮੁੱਖ ਆਪਾਂ ਕੋਈ ਗੱਲ ਨਹੀਂ
ਜਿੱਤਾਰ ਤੇ ਸੱਚੇ ਪਾਤਸ਼ਾਹ ਦੇ ਵਸੋਂ ਦੀ ਗੋਰਿਆਂ ਬੱਲੇ ਬੱਲੇ ਕਰਾਤੀ ਉਹ ਜਿਉਂਦਾ ਰਹੇ ਭਰਾਵਾ ਆਓ ਇੱਧਰ ਨੂੰ ਆਓ ਕਰਾਂ ਆਪਾਂ ਅਗਲਾ ਮੈਚ ਸ਼ੁਰੂ ਕਰੀਏ ਆ ਵੀ ਸ਼ੇਰਸਿਆਂ ਗਰਾਊਂਡ ਦੇ ਵਿੱਚ ਆ ਗਿਆ ਅਰਸ਼ ਭਲੋਰ ਦੀ ਧਰਤੀ ਦਾ ਦੋ ਮੋਟਰਸਾਈਕਲ ਤੇ ਇੱਕ ਨੁਕਰਾ ਘੋੜਾ ਜਿੱਤਣ ਦਾ ਮਾਣ ਹੈ ਹੈਲੋ ਬਾਈ ਜੇਤੂ ਟੀਮ ਦੱਸੋ ਜੀ ਕਿਹੜੀ ਹੈ ਗੁਰਮੁਖ ਸਿੰਘ ਜੀ ਬਾਈ ਨੂੰ ਪੁੱਛੀਏ ਆਪਾਂ ਕਿਹੜੀ ਟੀਮ ਜਿੱਤੀ ਹੈ ਲੰਡੇ ਹਾਂਜੀ ਬਾਬਾ ਭਗਵਾਨ ਦਾਸ ਕਲੱਬ ਲੰਡੇ ਜੇਤੂ ਆ ਜੀ ਨੋਟ ਕਰ ਲਓ ਬਾਬਾ ਭਗਵਾਨ ਦਾਸ ਕਲੱਬ ਲੰਡਿਆਂ ਦੀ ਟੀਮ ਜਿੱਤੋ ਦਸ਼ਮੇਸ਼ ਟਰਾਂਸਪੋਰਟ ਉਹ ਵੀ ਥੱਲੇ ਆ ਜਾਣ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲੈਣ ਗੁਰਮੇਲ ਸਿੰਘ ਢਿੱਲੋਂ ਲਓ ਇੱਕ ਪਾਸੇ ਦੇਖਿਆ ਗਿਉੜ ਮਹਿਮੋ ਵਾਲੇ ਦੀ ਟੀਮ ਤੇ ਨਾਲ ਕਬੱਡੀ 75 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਜਲਦੀ ਤਿਆਰੀ ਕਰਕੇ ਗਰਾਊਂਡ ਦੇ ਲਾਗੇ ਆ ਜਾਣ ਕਬੱਡੀ 75 ਕਿਲੋ ਤੋਤਿਆਂ ਖਿੱਚ ਲੈ ਨੌਜਵਾਨਾਂ ਤਿਆਰੀ ਚਾਹੇ ਗੱਲ 75 ਕਿਲੋ ਦੀ ਹੋਵੇ ਪਰ ਅੱਜ ਕੱਲ੍ਹ ਤੇ ਓਪਨ ਕਬੱਡੀ ਦੇ ਵਿੱਚ ਪੂਰੀ ਤੂਤੀ ਬੋਲਦੀ ਹੈ ਇੱਕ ਪਾਸੇ ਲੱਭੀ ਤੇ ਬੂਟਾ ਬਗਰਾੜੀ ਵਾਲੇ ਵੀ ਵਿਸ਼ੇਸ਼ ਤੌਰ ਤੇ ਪੁੱਜੇ ਦੂਸਰੇ ਪਾਸੇ ਨਗਰ ਪੰਚਾਇਤ ਉਹ ਵੀ ਆ ਕੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਜਰਨੈਲ ਸਿੰਘ ਮੈਂਬਰ ਪੰਚਾਇਤ ਉਹਨਾਂ ਦੇ ਨਾਲ ਗੁਰਮੇਲ ਸਿੰਘ ਢਾਲੀਵਾਲ ਉਹ ਵੀ ਆ ਜਾਣ ਕਸੂਵੜੇ ਦੀ ਟੀਮ ਨੂੰ ਸਾਡੇ ਪ੍ਰਬੰਧਕ ਯਾਦ ਕਰਦੇ ਨੇ 2 ਮਿੰਟ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਸੰਪਰਕ ਕਾਇਮ ਕਰ ਲੈਣ ਕਸੂਵੜੇ ਦੇ ਪਲੇਅਰਾਂ ਨੂੰ ਬੇਨਤੀ ਹੈ ਲਓ ਖੇਡ ਮੈਦਾਨ ਦੇ ਵਿੱਚ ਭਲੋਰ ਦੀ ਟੀਮ ਗੁਰੂ ਸਾਹਿਬ ਦੇ ਦਰਬਾਰ ਵਾਲੇ ਪਾਸੇ ਹੋ ਗਈ ਹੈ ਔਰ ਪਾਸੇ ਟੀਮ ਜਿਹੜੀ ਸ਼ੇਰੂ ਸੱਪ ਦੀ ਟੀਮ ਹੈ ਮਹਿਮੂਆਣੇ ਦੀ ਟੀਮ ਹੈ ਇਸ ਤੋਂ ਅੱਗੇ ਜਿਹੜਾ ਮੈਚ ਖੇਡਿਆ ਜਾਣਾ ਹੈ ਕਬੱਡੀ 75 ਕਿਲੋ ਦਾ ਮੈਚ ਖੇਡਿਆ ਜਾਣਾ ਹੈ ਲਓ ਪਹਿਲੇ 40 ਸਾਲਾਂ ਦੇ ਤੁਹਾਡੀ ਮੱਖਣ ਸਿੰਘ ਪਿਤਾ ਸ਼ਹੀਦ ਲਾਇੰਸ ਨਾਇਕ ਗੁਰਪ੍ਰੀਤ ਸਿੰਘ ਉਹ ਵੀ ਆ ਜਾਣ ਬਾਈ ਜੀ ਕੱਸੋਵਾਣੇ ਵਾਲਿਆਂ ਨੂੰ ਦੁਬਾਰਾ ਫੇਰ ਅਨਾਊਂਸ ਕਰੋ ਬਿਲਕੁਲ ਜੀ ਕੱਸੋਵਾਣੇ ਦੀ ਟੀਮ ਦੇ ਪਲੇਅਰ ਜ਼ਵੀਰਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਸਾਡੀ ਇਸ ਪ੍ਰਬੰਧਕ ਕਮੇਟੀ ਨੂੰ ਥੱਲੇ ਐਂਟਰੀ ਕਾਊਂਟਰ ਤੇ ਆ ਕੇ ਬੋਲਣ ਕੱਸੋਵਾਣੇ ਦੇ ਖਿਡਾਰੀਆਂ ਨੂੰ ਬੇਨਤੀ ਹੈ ਲਾ ਇੱਕ ਪਾਸੇ ਬਸੰਤ ਹੈ ਕਦੇ ਪੁਲਸੀਏ ਦੀ ਗੱਲ ਚੱਲਦੀ ਹੈ ਕਦੇ ਹਰਾਜਾਂ ਵਾਲੇ ਦੀ ਗੱਲ ਚੱਲਦੀ ਹੈ ਪਰ ਲਾ ਇੱਕ ਪਾਸੇ ਧੰਨਾ ਪਹਿਲਾਂ 40 ਸਾਲਾਂ ਦੇ ਵਿੱਚ ਵੀ ਖੇਡ ਗਿਆ ਤੇ ਆ ਧੰਨਾ ਪੱਖੀ ਵਾਲਾ ਫਰੀਦਕੋਟੀਆ ਕਹਿੰਦੇ ਵੀ ਨੰਬਰ ਜੋੜਨ ਦੇ ਵਿੱਚ ਨਾ ਕਾਮਯਾਬ ਹੋਇਆ ਲਓ ਸਾਹਮਣੇ ਕੋਬੀ ਦੀ ਕਬੱਡੀ ਪੈਂਦੀ ਹੈ ਬਗਰਾੜੀ ਪਿੰਡ ਵਾਲੇ ਦੀ ਕੱਸੋਵਾਣੇ ਦੇ ਦੋ ਪਲੇਅਰਾਂ ਨੂੰ ਸਾਡੀ ਕਮੇਟੀ ਦੇ ਵੀਰ ਯਾਦ ਕਰਦੇ ਨੇ ਪ੍ਰਧਾਨ ਸਾਹਿਬ ਕਹਿੰਦੇ ਵੀ ਜਲਦੀ ਸਾਨੂੰ ਆ ਕੇ ਮਿਲਣ ਸਿਰਫ 1 ਮਿੰਟ ਦਾ ਸਮਾਂ ਹੈ ਕਿਉਂਕਿ ਇਸ ਤੋਂ ਅੱਗੇ ਟਾਈਆਂ ਕੱਢਣੀਆਂ ਇਸ ਲਈ ਕੋਈ ਰੇੜਕਾ ਨਾ ਰਹੇ ਦੋ ਮਿੰਟ ਵਿੱਚ ਆ ਕੇ ਇਸ ਸੰਸਥਾ ਦੇ ਨਾਲ ਪ੍ਰਬੰਧਕਾਂ ਦੇ ਨਾਲ ਰਾਬਤਾ ਕਾਇਮ ਕਰ ਲੈਣ ਕੱਸੋਵਾਲੇ ਪਿੰਡ ਦੇ ਖਿਡਾਰੀਆਂ ਨੂੰ ਬੇਨਤੀ ਹੈ ਆਪ ਵੀ ਨੌਜਵਾਨਾਂ ਪਾਕ ਮੰਡੀ ਗੁਰਦੀਪ ਸਿੰਘ ਸੋਢੀ ਕੋਠੇ ਦਰਜੀ ਸਿੱਖਾਂ ਵਾਲੇ ਉਹ ਵੀ ਆ ਜਾਣ ਹੈਲੋ ਵਰਜਿੰਦਰ ਸਿੰਘ ਗਿੱਲ ਉਹ ਵੀ ਆ ਜਾਣ ਬਿਲਕੁਲ ਬਾਈ ਪ੍ਰਗਟ ਸਿੰਘ ਨੇ ਤੇ ਸਪਸ਼ਟੀ ਕਰ ਦਿੱਤਾ ਹੈ ਵੀ ਭਾਵੇਂ ਆਪਣਾ ਪਿਆਰ ਹੈ ਪਰ ਖੇਡ ਦੇ ਜਿਹੜੇ ਰੂਲ ਆ ਗੁਰਮੁਖ ਸਿੰਘ ਰੂਲ ਹੀ ਨੇ ਉਹਨਾਂ ਨੇ ਜਾਰੀ ਕਰ ਦਿੱਤਾ ਵੀ ਇੱਕ ਮਨਸੂਰਵਾਲ ਦਾ ਖਿਡਾਰੀ ਖੇਡਦਾ ਹੈ ਇੱਕ ਖਾਧੂ ਵਾਲੇ ਪਿੰਡ ਦਾ ਖਿਡਾਰੀ ਖੇਡਦਾ ਹੈ ਬਾਬਾ ਜੀ ਨਾ ਉਹ ਨਾ ਆਪਾਂ ਨਹੀਂ ਇਹੋ ਜਿਹੇ ਕੰਮ ਕਰਨੇ ਤੇ ਇੱਕ ਕੋਟ ਕਰੋੜ ਦਾ ਜਾਫੀ ਖੇਡਦਾ ਹੈ ਉਹ ਆ ਕੇ ਸਾਨੂੰ ਸਪਸ਼ਟੀਕਰਨ ਦੇ ਦੇਣ ਇਹ ਬੇਨਤੀ ਹੈ ਨਾ ਵੀਰੇ ਨਾ ਕੋਈ ਗੱਲ ਨਹੀਂ ਪੈਰਾਂ ਨੂੰ ਹੱਥ ਲਾ ਕੇ ਕਰ ਸਤਿਕਾਰ ਬਜ਼ੁਰਗਾਂ ਦਾ ਉਹ ਬਾਬੇ ਤੁਸੀਂ ਵੀ ਠੰਡੇ ਪੈ ਜਾਓ ਥੋੜੇ ਜਿਹੇ ਕੋਈ ਗੱਲ ਨਹੀਂ ਰੌਲਾ ਨਹੀਂ ਲਿਆਓ ਬਾਬਾ ਲਿਆਓ ਫੜ ਕੇ ਆਪਣੇ ਕੋਲੇ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਮੇਰ ਕਰੇ ਬਸ ਇੱਥੇ ਹੀ ਖਤਮ ਕਰ ਦਿਓ ਗੱਲ ਸਾਰੀ ਕੋਈ ਗੱਲ ਨਹੀਂ ਇਹ
इस तो अगे कबड्डी 75 किलो का फाइनल मैच खेड दे मैदान शुरू होगा। ए भी टीम जल्दी आ जाने कितने ने ग्राउंड के कबड्डी 75 किलो फाइनल मैच ठीक एक मिनट के बाद शुरू हो जा रहा क्योंकि मैच समाप्ति वालों है। फलोर के अर्श की पाई हुई कबड्डी खेड दे मैदान आप सामने देखांगे कि जिसम बचाना पैंदा बिच अग दे फिर कितने जाके चर्चे होते ने बिच अग जग दे रंग देखिया नहीं जाता गोरा जा काला नाम जग ते बनाउणा नहीं सिखाला नाम जग ते बनाउणा नहीं सिखाला। मैं बेनती करांगा कसवाने के बड़े सत्कार योग प्लेयर है क्योंकि प्रगट सिंह अपना वीर है क्योंकि इन्हें इत्थे रहना इसलिए आप शान के खिलाफ कोई गल नहीं होने देनी इसलिए जल्दी आके कमेटी नाल संपर्क कर लो जिहड़ी टीम से ऑब्जेक्शन है वह अपना ऑब्जेक्शन जब तक दूर कर दो ते नहीं तो फिर तुहाडी टीम कट्टी जानी जे तुसीं एक मिनट के ग्राउंड के नहीं आते प्रबंधकों को नहीं मिलते थे ना भी ना हाँ पुलिस वाले फिर असली रूप के आ जाते होंगे गुरमुख साहब तुम भी पुलिस महकमे रहा इसलिए बेनती है भी पंजाब पुलिस आपू सहयोग देने वास्ते आई है आप जिमें कहते उसे बैठ जाइए तो वधिया गल है जिथे भी सानू प्रबंधक या पंजाब पुलिस ज साडे कोल सिक्योरिटी है वह जिमें जिमें रूलों के मुताबिक तुहानू बिठाउंदे है उस तरह मेरे वीर बैठ जाओ लो सामने खेड के मैदान यार मैच देखो कितना तकड़ा एक पासे शेरू सप्प है जे सप्पा जफा लावे तो दुनिया ने ताड़ियां मारनिया क्योंकि बहुत पुराना खिलाड़ी है बड़ा तजर्बा है इस राजबान कबड्डी का। लो मैच समाप्त है खेड के मैदान 10-22 केड़ी टीम जेतू है इस मुकाबले फलोर की टीम जेतू है 75 किलो का फाइनल मैच इको मिनट है सिर्फ 75 किलो दी टीमां नूं बुलाओ जी मैं ते भाई जी काफी समय तो बुला रहा एक मिनट का समा सिर्फ सरावां ते राजियां 75 किलो सरावां वर्से राजियां फाइनल मैच किथे ने दोहे टीमां आ जा जा कोई गल नहीं कोई गल नहीं बिठाओ जी ले जाके इहनां नूं पचहत्तर किलो दियां दोहीं टीमां कित्थे ने यार लाइटां लग गईआं ने नेरा जू फिर सुआद नहीं आना वेले का वक्त ते किवेले दियां टक्करां हुंदियां आ दर्शक बेचारियां ने भी अपनी अपनी मंजिल ते पहुंचना है इसलिए जल्दी तो जल्दी दोनों टीमां ग्राउंड दे विच आउण ते नाल ही अगलियां टाइयां कढ़ दिओ भाजी तुसीं कबड्डी ओपन दियां टाइयां पैण लगियां सारे खिडारियों नूं बेनती कीती जांदी कि उह आ जाण टाइयां पाउण लगियां सी एक एक जेतू टीमां दा प्लेयर आके देख सकदा है भी टाइया पैन जा रही ने यार पतंदर सट फिर खा लोगे ना यार ट्राली लार होगी या सट लग जू किसी दे हाँ देखो मेरे वीर प्यार ना तो बेनती करते हैं आप अगले पास हो जाओ हूं तो तुम हसते हो बेनती है कि ट्रालियां चौल ना कर लार होती ट्राली किसी सट फिट बाजू लगे सो दर्शक वीरां नूं बेनती है कि चौड़ ना कर ट्रालियां दे उत्ते किसी दे सट वाजू ठीक है जी धन्नवाद करदे आपां अगलियां टाइयां पैण जा रही ने 75 किलो दियां दोहां टीमां दा एक मिनट बाकी है सिर्फ दोनों टीमां राजियां ना कित्थे यार बहुत धन्यवाद रूपवीर का जिस नौजवान ने इस पिंड के लिए मोटरसाइकिल जित के लिया बैलगड्डी दौड़ों के आप उस परिवार का भी विशेष धन्यवाद करते हैं इस तरह परमात्मा मेहर करे 75 किलो दियां दोहे टीमां ओ कित्थे ने दोहे टीमां 75 किलो राजियाणा ते सरावां हेलो हेलो कबड्डी ओपन जीरा वर्सस टूटी के रमाणा अजीत सिंह वर्सस फलूर बाकी दो टीम बाय चाह
बोलो बोलो जी बोलो आप टीमों कहेंगे कि जल्दी ग्राउंड के आ जाए कबड्डी 75 किलो कोटकोटे का कि मैच होना दसी क्रक कबड्डी ओपन का जीरा वर्सेज टुड्डी एको मैच बाकी भाइया जी दो मैच है भाई ठीक है जी रमाणा अजीत सिंह ते पलूर ठीक है जी रमाणा अजीत सिंह वाला ते पलूर और फ्रेंड्स क्लब जीरा ते टुड्डी ने खेलना है ये जल्दी टीम कबड्डी ओपन के मैचों के लिए ग्राउंड के आ जाना एक पास फ्रेंड्स क्लब जीरा ते टुड्डे अपना मुकाबला खेलने के लिए ग्राउंड के आ कबड्डी 75 किलो दीम क्यों नहीं आ रही यार इना समा ना लाया करो कबड्डी 75 किलो फ्रेंड्स क्लब जीरा टुड्डे रमाणा अजीत सिंह वाला पलूर यह टीम जल्दी तो जल्दी नेड़े आ जाना जान ना साथे दूर रमाणा अजीत सिंह वाला पलूर फ्रेंड्स क्लब जीरा टुड्डे कबड्डी 75 किलो दोनों टीमों का समा जोड़ा समाप्त हो जा रहा कबड्डी 75 किलो का फाइनल मैच असं देख लो तुम किन्ने समय तो आवाजा मार रहे हैं पता नहीं की गल 75 वाले सवेर तो लैके तुम कोई वधिया सहयोग नहीं दे रहे आज भज के जल्दी तो जल्दी लंबी बगराड़ी वाला रणजीत आस्ट्रेलिया वालों 100 रुपए के मान सम्मान स्टेज तो आके हासिल कर लैन हेलो वो जल्दी ग्राउंड के आओ दो टीम कि आज सीधे 75 किलो आ गया जी आ रही जी आ रही पतंदर कहते भी तेल चो फिर आवे आज भज के आज मेरे वीर केड़ी टीम आ गई जी रजियाने की टीम ग्राउंड के सरावां की टीम के लिए बेनती जल्दी ग्राउंड के आने सरावां बार बार ज्यादा बेनती ठीक नहीं होंगे जल्दी तो जल्दी आ जाओ फाइनल मैच खेल के मैदान शुरू हो जा रहा आप ही वंदर डोड वाले नौजवाना खेल के मैदान एक पासे देखांगे सरावां की टीम दूसरे पासे राज्य आना फाइनल मैच शुरू हो जा रहा जल्दी रेंदे खिलाड़ी ग्राउंड के आ जाना सरावां वर्से राजियाणा यह फाइनल मैच के नाल ही इस अगला मैच फ्रेंड्स क्लब जीरा टुड्डे ये टीम ग्राउंड के आ जा जल्दी तो जल्दी फ्रेंड्स क्लब जीरा टुड्डे आओ जी दोनों टीम सेंटर लाइन पे इन्होंने दो बंदे करके इन्हों का मैच ही दोबारे कराओगे यार मैं बेनती कर रहा जल्दी तो जल्दी सरावां की टीम ग्राउंड के पुजे आने वाली 26 ते 27 तरीक लल्लियां की धरती से कबड्डिया पैणगियां बलदेव सिंह लल्लियां का पिंड है कल तो मैच शुरू होने ने 27 ते 28 तरीक फरोशा की धरती से कबड्डिया पैनिया हाँ जी
ਮਾਰੋ ਜੀ ਵਿਸਲ ਕਬੱਡੀ 75 ਕਿਲੋ ਦਾ ਫਾਈਨਲ ਮੈਚ ਸ਼ੁਰੂ ਹੋਣ ਜਾ ਰਿਹਾ ਨਾਲ ਹੀ ਇਸ ਤੋਂ ਅਗਲਾ ਮੈਚ ਫਰੈਂਡਜ ਕਲੱਬ ਤੇ ਟੁੱਡੇ ਇਹ ਜਲਦੀ ਗਰਾਊਂਡ ਦੇ ਵਿੱਚ ਆ ਜਾਣਾ ਅੱਜ ਪੁੱਤ ਭੱਜ ਕੇ ਆ ਜਾ ਕਰੋ ਯਾਰ ਟਾਈਮ ਨਾ ਲਿਆ ਕਰੋ ਸੰਦੀਪ ਅੱਗੇ ਬਹੁਤ ਜ਼ਿਆਦਾ ਟਾਈਮ ਹੋ ਗਿਆ ਲੱਖਿਆ ਲੈ ਯਾਰ ਆ ਕੇ ਆਪਣਾ ਪਾਸਾ ਨਾਲ ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ ਮੱਧੂ ਕੇ ਪਿੰਡ ਵਾਲੇ ਬਾਈ ਕਾਕਾ ਜੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬੜੀ ਤਕੜੀ ਕਬੱਡੀ ਖੇਡੀ ਹੈ ਅੱਜ ਕੱਲ੍ਹ ਸਾਨੂੰ ਆਪਣੀਆਂ ਸੇਵਾਵਾਂ ਦੇਣ ਦੇ ਲਈ ਪੁੱਜੇ ਆਪਾਂ ਧੰਨਵਾਦ ਕਰਾਂਗੇ ਮੇਘਰਾਜ ਜੀ ਸ਼ਰਮਾ ਅਜੀਤ ਦੇ ਪ੍ਰੈਸ ਰਿਪੋਰਟਰ ਉਹ ਵੀ ਇੱਥੇ ਮੰਚ 'ਤੇ ਆਉਣ 'ਤੇ ਆਪਣਾ ਮਾਨਸਾ ਪ੍ਰਾਪਤ ਕਰਨ ਮੇਘਰਾਜ ਸ਼ਰਮਾ ਸੁਖਮੰਦਰ ਸਿੰਘ ਬਰਾੜ ਪੰਜ ਗਰਾਈ ਮਾਰੋ ਜੀ ਵਿਸਲ ਖੇਡ ਦੇ ਮੈਦਾਨ ਦੇ ਵਿੱਚ ਜਲਦੀ ਤੋਂ ਜਲਦੀ ਮੈਚ ਪਲੇ ਕਰੀਏ ਲਓ ਸਰਾਵਾਂ ਦੀ ਟੀਮ ਪਿੰਡ ਵਾਲੇ ਪਾਸੇ ਔਰ ਰਾਜਿਆਂ ਦੀ ਟੀਮ ਫਾਈਨਲ ਮੈਚ ਖੇਡਣ ਦੇ ਲਈ ਗੁਰੂ ਘਰ ਵਾਲੇ ਪਾਸੇ ਚਲੀ ਗਈ ਹੈ ਚੱਲਦੇ ਮੁਕਾਬਲੇ ਦੇ ਵਿੱਚ ਦੋਨੋਂ ਟੀਮਾਂ ਫਰੈਂਡਜ ਕਲੱਬ ਜੀਰਾ ਵਰਸੇ ਢੁੱਡੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬਿਨਾਂ ਕਿਸੇ ਦੇਰੀ ਤੋਂ ਲਓ ਪਹਿਲੀ ਕਬੱਡੀ ਸੰਦੀਪ ਸਾਹੋ ਕੇ ਪਿੰਡ ਵਾਲਾ ਇੱਕ ਪਾਸੇ ਫੌਜੀ ਖੜਾ ਨੌਜਵਾਨ ਨਾਲ ਦੇਖੀਏ ਆਪਾਂ ਨਿੱਕਾ ਨੌਜਵਾਨ ਨਾਲ ਗੋਰਾ ਮਾੜੀ ਦੀ ਧਰਤੀ ਦਾ ਲੋ ਸਾਹਮਣੇ ਚਾਰ ਜਾਫੀਆਂ ਦੇ ਉੱਤੇ ਜਾ ਕੇ ਨੌਜਵਾਨ ਨੇ ਪਹਿਲੀ ਕਹਿੰਦੇ ਵੀ ਉਡਾਨ ਭਰ ਦਿੱਤੀ ਹੈ ਗੋਲ ਜਿਹਾ ਸਰੀਰ ਭਰਿਆ ਹੋਇਆ ਜਵਾਨੀ ਦਾ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਖੇਡਾਂ ਵਿੱਚੋਂ ਖੇਡ ਕਬੱਡੀ ਜਿੰਦ ਜਾਨ ਪੰਜਾਬੀਆਂ ਦੀ ਵਿੱਚ ਵਿਦੇਸ਼ਾਂ ਉੱਚੀ ਕਰਤੀ ਸ਼ਾਨ ਪੰਜਾਬੀਆਂ ਦੀ ਰੰਗ ਮਸਾਲਾ ਜੁੱਸੇ ਜਗਦੇ ਨੇ ਭਲਵਾਨਾਂ ਦੇ ਪਰਖੇ ਜਾਣੇ ਵਿੱਚ ਮੈਦਾਨ ਦੇ ਜੋਰ ਜਵਾਨਾਂ ਦੇ ਇੱਕ ਪਾਸੇ ਲੱਖਾ ਹੈ ਨਾਲ ਸੱਤਵਾਂ ਹੈ ਪਹਿਲੀ ਕਬੱਡੀ ਸੁੱਖੇ ਦੀ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਹੋਈ ਮੈਂ ਬੇਨਤੀ ਕਰਾਂ ਅਗਲੀਆਂ ਦੋਹੇ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਹਰਜਿੰਦਰ ਸਿੰਘ ਜੀ ਕੈਨੇਡਾ ਵਾਲੇ ਲੱਖੇ ਸਰਾਵਾਂ ਵਾਲੇ ਦੇ ਜਿੰਨੇ ਜੱਫੇ ਹੋਣਗੇ ਉਹਨੇ ਸੌ ਦੇ ਨੋਟ ਹੋਣਗੇ ਹਰਜਿੰਦਰ ਸਿੰਘ ਜੀ ਫਰੋਮ ਕੈਨੇਡਾ ਵਾਲੇ ਕਹਿੰਦੇ ਵੀ ਜਿੰਨੇ ਜੱਫੇ ਨੌਜਵਾਨ ਲਾਊਗਾ ਉਹਨੇ ਸੌ ਸੌ ਦੇ ਨੋਟ ਦੇਣੇ ਹੈ ਲੱਖੇ ਸਰਾਵਾਂ ਵਾਲੇ ਦੇ ਲਈ ਇੱਕ ਪਾਸੇ ਫੌਜੀ ਨੌਜਵਾਨ ਹੈ ਵੰਦਰ ਡੋਰ ਦੀ ਧਰਤੀ ਦਾ ਪਰ ਕੋਟ ਕਰੋੜ ਦਾ ਗੀਤਾ ਜੇਕਰ ਇਸ ਨੌਜਵਾਨ ਦੀ ਪ੍ਰਾਪਤੀ ਦੀਆਂ ਗੱਲਾਂ ਕਰੀਏ ਤੇ ਬਹੁਤ ਟਾਈਮ ਲੱਗੇਗਾ ਔਰ ਦੂਸਰੇ ਪਾਸੇ ਸੋਢੀ ਵਾਲੇ ਦਾ ਗੁਰਮੁਖ ਫੈਸਲੇ ਕਰਦੇ ਹੋਏ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਪੈਂਦੀ ਹੋਈ ਕਬੱਡੀ ਜੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦੇ ਕਹਿੰਦੇ ਸਾਨਾਂ ਵਾਲੇ ਭੇਡ ਇੱਕ 100 ਰੁਪਇਆ ਮੁੰਡੇ ਦੇ ਖਾਤੇ ਦੇ ਵਿੱਚ ਪਾ ਦਿਓ ਹਰਜਿੰਦਰ ਸਿੰਘ ਜੀ ਕੈਨੇਡਾ ਵਾਲਿਆਂ ਦਾ ਇਹ ਨੌਜਵਾਨ ਲੱਖੇ ਦੇ ਲਈ ਲਓ ਦੂਸਰੇ ਪਾਸੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਹੋਈ ਚਾਰ ਜਾਫੀ ਹੈ ਬਰਜਿੰਦਰ ਸਿੰਘ ਗਿੱਲ ਉਹ ਵੀ ਆ ਕੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਨਾਲ ਜਿਹਨਾਂ ਨੂੰ ਮਾਨ ਸਨਮਾਨ ਦੇਣੇ ਨੇ ਸਾਡੇ ਡਾਕਟਰ ਸਾਹਿਬ ਉਹਨਾਂ ਦੇ ਨਾਮ ਬੜੇ ਪਿਆਰ ਦੇ ਨਾਲ ਜ਼ਿਕਰ ਕਰ ਰਹੇ ਨੇ ਉਹ ਆ ਕੇ ਆਪਣੇ ਮਾਨ ਸਨਮਾਨ ਲੈ ਲੈਣ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਸੁੱਖੇ ਵੀ ਹੈ ਆਪਾਂ ਸਾਹਮਣੇ ਦੇਖਾਂਗੇ ਸ਼ਾਮ ਦੇ ਸੁਨਹਿਰੀ ਦੇ ਪਾਲੇ ਤੇ ਦੂਸਰੇ ਪਾਸੇ ਸਤਨਾਮ ਇੱਕ ਡੱਗੋਰ ਬਣੇ ਦੀ ਧਰਤੀ ਦਾ ਇੱਕ ਕਹਿੰਦੇ ਵੀ ਸਤਨਾਮ ਸੋਨੀ ਕੋਟ ਕਰੋੜ ਦਾ ਹੈ ਇੱਕ ਸਤਨਾਮ ਸੋਨੀ ਕਹਿੰਦੇ ਵਕੀਲਾਂ ਵਾਲੇ ਦਾ ਇੱਕ ਆਹ ਸਾਹਮਣੇ ਸਤਨਾਮ ਜਫਾ ਆਉਂਦਾ ਆ ਆਪਣੀ ਟੀਮ ਦੇ ਲਈ ਨਿਰਮਲ ਸਿੰਘ ਢੈਪੀ ਉਹ ਵੀ ਮੰਚ ਠੀਕ ਆ ਜਾਣ ਤੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਨਿਰਮਲ ਸਿੰਘ ਢੈਪੀ ਸਰਦਾਰ ਰਜਿੰਦਰ ਸਿੰਘ ਜੀ ਰਾਜੂ ਕੈਨੇਡਾ ਚੱਕ ਭਾਈ ਵਾਲੇ ਕਹਿੰਦੇ ਵੀ ਉਹਨੇ ਮਾਨ ਸਨਮਾਨ ਦੇ ਰਹੇ ਆਪਾਂ ਧੰਨਵਾਦ ਕਰਾਂਗੇ ਸਰਦਾਰ ਰਜਿੰਦਰ ਸਿੰਘ ਜੀ ਕੈਨੇਡਾ ਵਾਲੇ ਵੱਡੇ ਮਾਨ ਸਨਮਾਨ ਲੱਖੇ ਦੀ ਖੇਡ ਤੋਂ ਖੁਸ਼ ਹੋ ਕੇ ਦਿੰਦੇ ਹੈ
ਬਸ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਿ ਬਾਜਾਂ ਵਰਗੀ ਝਪਟ ਮਾਰਦਾ ਲਾਉਂਦਾ ਕੈਂਚੀ ਭਾਰੀ ਸਿਰ ਕੱਢ ਜਾਫੀ ਨੂੰ ਦੁਨੀਆ ਜਾਣਦੀ ਸਾਰੀ ਇੱਕ ਪਾਸੇ ਸਰਾਵਾਂ ਦੇ ਕਹਿੰਦੇ ਵੀ ਸੇਵਕ ਦਾ ਜਿੱਥੇ ਨਾਮ ਵੱਡਾ ਹੈ ਜਿੱਥੇ ਕਹਿੰਦੇ ਸੁਖਵੀਰ ਨੇ ਵਿਸ਼ਵ ਕਬੱਡੀ ਕੱਪ ਦੇ ਵਿੱਚ ਬੱਲੇ ਬੱਲੇ ਕਰਾਈ ਹੈ ਇੰਡੀਆ ਦੀ ਟੀਮ ਦੀ ਕਪਤਾਨੀ ਕੀਤੀ ਹੈ ਇੱਕ ਪਾਸੇ ਉਸ ਪਿੰਡ ਦੀ ਟੀਮ ਹੈ ਦੂਸਰੇ ਪਾਸੇ ਬਾਬਾ ਗੁਰਦਿਆਲ ਸਿੰਘ ਬਿੱਲੂ ਦੀ ਧਰਤੀ ਹੈ ਰਾਜੇਵਾਲਾ ਪਿੰਡ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਨੇ ਗੁੱਟ ਫੜਾਇਆ ਕਿ ਤੇਰੇ ਗੁੱਟ ਤੇ ਲਿਖਾ ਸਰਨਾਮਾ ਪੜੇਗਾ ਤੇ ਯਾਦ ਕਰੇਗਾ ਭੱਜ ਕਿਹੜੇ ਪਾਸੇ ਭੱਜਣਾ ਸਾਰੇ ਰਸਤੇ ਬੰਦ ਸਰਦਾਰ ਗੁਰਮੀਤ ਸਿੰਘ ਜੀ ਢਿੱਲੋਂ ਬੀ ਡੀ ਪੀ ਓ ਸਾਹਿਬ ਉਹ ਵੀ ਥੱਲੇ ਆ ਜਾਣ ਉਹਨਾਂ ਦੇ ਨਾਲ ਅਵਤਾਰ ਸਿੰਘ ਸੋਢੀ ਦੇ ਪੰਚਾਇਤ ਉਹ ਵੀ ਆ ਜਾਵੇ ਇਹਨਾਂ ਨੂੰ ਬੀ ਡੀ ਓ ਸਾਹਿਬ ਨੂੰ ਸਨਮਾਨਿਤ ਕਰਾਂਗੇ ਔਰ ਇਸ ਦੇ ਨਾਲ ਹੀ ਇਸ ਅਗਲਾ ਮੈਚ ਫਰੈਂਡ ਕਲੱਬ ਵਜ਼ੀਰਾ ਵਰਸੇ ਢੁੱਡੀ ਦੀ ਟੀਮ ਦੇ ਦਰਮਿਆਨ ਮੈਚ ਖੇਡਿਆ ਜਾਣਾ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਲੱਗ ਗਿਆ ਜੱਫਾ ਤੇ ਭਾਵੀ ਗਿਆ ਡੱਕਿਆ ਚੜ ਜਾਂਦਾ ਨਸ਼ਾ ਜਿੰਨਾ ਸਾਰਾ ਕੁਝ ਧੱਕਿਆ ਆਓ ਸਾਹਮਣੇ ਦੇਖੀਏ ਕਬੱਡੀ ਅਮਨ ਦੀ ਪੈਂਦੀ ਹੈ ਜਾਫੀ ਚਾਰ ਹੈ ਫੌਜੀਆ ਸਵਾਦ ਆਜੂ ਪੁੱਟ ਜੇ ਇਸ ਨੌਜਵਾਨ ਦੇ ਨਾਲ ਟੱਕਰ ਲਵੇ ਤੇ ਗੱਲ ਸਮੇਂਦੀ ਹੈ ਬਸ ਸਾਹਮਣੇ ਉੱਧਰ ਵੀ ਫੜਕਣੀ ਫੁੱਲ ਕਿ ਮੇਰਾ ਬੁਲਾਇਆ ਨਹੀਂ ਆਉਂਦਾ ਇਹਨੂੰ ਆਉਣਾ ਚਾਹੀਦਾ ਰਹੇ ਬਿਸਤਰਾ ਗੋਲ ਨੀ ਮਾਂ ਪਰਦੇਸੀ ਵਾਹੀ ਦਾ ਰਹੇ ਬਿਸਤਰਾ ਗੋਲ ਨੀ ਮਾਂ ਪਰਦੇਸੀ ਵਾਹੀ ਦਾ ਕਰਤਾ ਬਿਸਤਰਾ ਗੋਲ ਤੇ ਦੂਸਰੇ ਪਾਸੇ ਕੌਣ ਇਸ ਨੌਜਵਾਨ ਦੇ ਉੱਤੇ ਹਮਲਾਵਰ ਹੋਵੇਗਾ ਇਹ ਵੀ ਗੱਲ ਸਮਝਦੀ ਹੈ ਲਓ ਸਾਹਮਣੇ ਗੁੱਟ ਫੜਾ ਬੈਠਾ ਗੁੱਟ ਦਾ ਪੀਰ ਬਣੂਗਾ ਮੁੰਡਾ ਹੁਣ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਇਸ ਨੌਜਵਾਨ ਦੀ ਖੇਡ ਫੜਿਆ ਗੁੱਟ ਛੜਾਇਆ ਗੁੱਟ ਲੱਗ ਜੂ ਪਤਾ ਹਾਂ ਇੱਥੇ ਪਤਾ ਲੱਗਦਾ ਚੁੱਕ ਚੰਦਰੀ ਕਰਾਗੀ ਕਰ ਮਿੱਤਰਾਂ ਚ ਖੜਕ ਪਈ ਜਰਾ ਸੁਣ ਕੇ ਜਾਈ ਦਲਦਾਰ ਆ ਗਿਆ ਸੰਦੀਪ ਫੌਜੀਆ ਕੋਠੇ ਹਵਾਨਾ ਵਾਲੇ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਸੁਖਮਣੀ ਸੇਵਾ ਕਲੱਬ ਕੋਠੇ ਹਵਾਨਾ ਵਾਲੇ ਲਓ ਸਾਹਮਣੇ ਕਬੱਡੀ ਸਾਹੋ ਕੇ ਪਿੰਡ ਵਾਲੇ ਬਾਬੂ ਰਜਵਲੀ ਦਾ ਪਿੰਡ ਹੈ ਫੌਜੀਆ ਹੁਣ ਪਤਾ ਲੱਗਣਾ ਖੇਡ ਦੇ ਮੈਦਾਨ ਦੇ ਵਿੱਚ ਸੋਨੇ ਦਾ ਪਿੰਡ ਬਾਂਦਰ ਡੋਡ ਹੈ ਉਸੇ ਪਿੰਡ ਦਾ ਨੌਜਵਾਨ ਫੌਜੀ ਆ ਚੱਲਿਆ ਸਾਹਮਣੇ ਸੁਖਾ ਤੇ ਗੁਰਮੁਖ ਸਿੰਘ ਨੌਜਵਾਨ ਨਾਲ ਦੀ ਨਾਲ ਚੱਲਦਾ ਹੋਇਆ ਕਿ ਜਿਹੜੇ ਪਾਸੇ ਤੂੰ ਚੱਲਦਾ ਤੇਰੇ ਨਾਲ ਚੱਲੇ ਪਰਛਾਵਾਂ ਨੀ ਜਿੰਦੇ ਮੇਰੀਏ ਤੇਰੇ ਨਾਲ ਚੱਲੇ ਪਰਛਾਵਾਂ ਨੀ ਜਿੰਦੇ ਮੇਰੀਏ ਇਸ ਅੱਗੇ ਜੀਰੇ ਨੇ ਮੈਚ ਖੇਡਣਾ ਹੈ ਢੁੱਡੀ ਦੇ ਨਾਲ ਪ੍ਰਗਟ ਸਿੰਘ ਉਹਨਾਂ ਦੇ ਸਾਰੇ ਮਿੱਤਰ ਖੁਸ਼ ਹੈ ਵੀ ਗੁਰਮੁਖ ਸਿੰਘ ਤੈਨੂੰ ਮੁਬਾਰਕਬਾਦ ਦੇ ਰਹੇ ਹੈ ਵੀ ਜਿੰਨੀਆਂ ਟੀਮਾਂ ਲੈ ਕੇ ਆਉਂਦੀਆਂ ਅਸੀਂ ਧੰਨਵਾਦ ਕਰਦੇ ਹਾਂ ਸੋਢੀ ਵਾਲੇ ਦੇ ਗੁਰਮੁਖ ਦਾ ਨਾਲ ਪ੍ਰਗਟ ਵੀਰ ਦਾ ਜਿਨ੍ਹਾਂ ਦੀ ਬਦੌਲਤ ਅੱਜ ਦੁਨੀਆਂ ਦੇ ਟੌਪ ਦੇ ਖਿਡਾਰੀ ਢਿੱਲਵਾਂ ਕਲਾਂ ਦੇ ਖੇਡ ਦੇ ਮੈਦਾਨਾਂ ਦੇ ਵਿੱਚ ਖੇਡ ਰਹੇ ਹੈ ਮੁਕਾਬਲਾ ਸਮਾਪਤ ਹੈ ਦੱਸ ਬਾਈ ਕਿਹੜੀ ਟੀਮ ਪਹਿਲਾ ਨੰਬਰ ਲੈ ਗਈ ਹੈ ਤੇ ਕਿਹੜੀ ਟੀਮ ਨੇ ਦੂਸਰੇ ਨੰਬਰ ਤੇ ਸਬਰ ਕਰਨਾ ਹੈ ਲਓ ਅੱਜ ਦੇ ਕਬੱਡੀ ਦੇ ਮਹਾਕੁੰਭ ਦੇ ਵਿੱਚ ਪਹਿਲਾਂ ਜਿਹੜੀ ਫਸਟ ਪੁਜੀਸ਼ਨ ਹਾਸਲ ਕੀਤੀ ਹੈ ਉਹ ਸਰਾਵਾਂ ਦੀ ਟੀਮ ਹੈ ਔਰ ਦੂਸਰੀ ਪੁਜੀਸ਼ਨ ਜਿਹੜੀ ਹੈ ਇਹ ਰਾਜੇਵਾਲੇ ਨੇ ਹਾਸਲ ਕੀਤੀ ਹੈ ਆਓ ਖੇਡ ਦੇ ਮੈਦਾਨ ਦੇ ਵਿੱਚ ਦੋਨਾਂ ਟੀਮਾਂ ਨੂੰ ਲਓ ਢੇਰ ਸਾਰੀਆਂ ਮੁਬਾਰਕਾਂ ਕਾਕਾ ਵਿਧਾਨ ਕੋਵਿਡ ਸੋਸਾਇਟੀ ਉਹ ਵੀ ਥੱਲੇ ਆ ਜਾਣ ਹਰਮੇਲ ਸਿੰਘ ਢਿੱਲੋਂ ਆਓ ਜੀ ਇਸ ਤੋਂ ਅੱਗੇ ਫਰੈਂਡਜ ਕਲੱਬ ਜੀਰਾ ਤੇ ਢੁੱਡੇ ਨਾਲ ਹੀ ਰਮਾਣਾ ਅਜੀਤ ਸਿੰਘ ਵਾਲਾ ਤੇ ਭਲੋਰ ਦੀ ਡਾਂਗ ਖੜਕਣੀ ਹੈ ਇਹ ਵੀ ਟੀਮਾਂ ਆਪਣੀ ਤਿਆਰੀ ਕਰ ਲੈਣ ਹੁਣ ਧੀਰਿਆ ਤਿਆਰੀ ਕਰ ਲੈ ਨੌਜਵਾਨਾਂ ਗਰਾਊਂਡ ਦੇ ਵਿੱਚ ਇੱਕ ਪਾਸੇ ਝੰਮਾ ਕਹਿੰਦੇ ਵੀ ਦੁਨੀਆਂ ਦਾ ਹੀਰਾ ਖਿਡਾਰੀ ਆ ਲੋਕ ਮਾਣ ਕਰਦੇ ਹੈ ਸੋਨੂ ਪ੍ਰਧਾਨ ਉਹਨਾਂ ਦੀ ਟੀਮ ਇੱਕ ਪਾਸੇ ਖੇਡਣੀ ਹੈ ਆ ਵੀ ਮੈਚ ਦੇ ਵਿੱਚ ਤਕੜੀ ਡਾਂਗ ਖੜਕਣੀ ਦਰਸ਼ਕ ਵੀਰੋ ਕੱਲੀ ਕੱਲੀ ਕਬੱਡੀ ਲੱਖ ਲੱਖ ਰੁਪਏ ਦੀ ਪੈਣੀ ਹੈ ਅਠਾਈ ਇੱਕ ਤੇ ਦੋ ਤਰੀਕ ਜਿਹੜੀ ਆਪਾਂ ਮੇਰੇ ਵੀਰੋ ਦੇਖਾਂਗੇ ਬਾਲੇ ਖੁਰ ਦੀ ਧਰਤੀ ਤੇ ਕਬੱਡੀਆਂ ਪੈਣਗੀਆਂ ਅਠਾਈ ਇੱਕ ਤਰੀਕ ਡਗਰੂ ਦੇ ਧਰਤੀ ਦੀ ਹੈ ਔਰ ਦੋ ਤਿੰਨ ਤੇ ਚਾਰ ਤਰੀਕ ਜਿਹੜੀ ਹੈ ਆਪਾਂ ਦੇਖਾਂਗੇ ਖੇਡ ਦੇ ਮੈਦਾਨਾਂ ਦੇ ਵਿੱਚ ਬਹੁਤ ਤਕੜੇ ਮੈਚ ਖੇਡੇ ਜਾਣਗੇ ਪੰਜ ਤਰੀਕ ਮੰਝਾਂ ਵਾਲਾ ਕਲਾਂ ਦੀ ਧਰਤੀ ਤੇ ਕਬੱਡੀਆਂ ਪੈਣਗੀਆਂ ਸੱਤ ਅੱਠ ਨੌ ਤੇ ਦਸ ਤਰੀਕ ਬਸੰਸਿਆ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੋਹ ਪਿੰਡ ਸੱਦੇ ਵਾਲਾ
ਉੱਥੇ ਕਬੱਡੀਆਂ ਪੈਣੀਆਂ, 8, 9 ਤੇ 10 ਤਰੀਕ ਹੋਵੇਗੀ, ਉੱਥੇ ਵੀ ਆਪਾਂ ਇਕੱਠੇ ਹੋਣਾ। ਆਪ ਵੀ ਨੌਜਵਾਨਾਂ ਖੇਡ ਦੇ ਮੈਦਾਨ ਦੇ ਵਿੱਚ ਸਰਦਾਰ ਗੁਰਮੇਲ ਸਿੰਘ ਨੰਬਰਦਾਰ ਧਾਲੀਵਾਲ ਕੋਠੇ ਵੱਲ, ਉਹ ਵੀ ਮੰਚ ਤੋਂ ਥੱਲੇ ਆ ਜਾਣ। ਨਾਲ ਵਿਸ਼ੇਸ਼ ਧੰਨਵਾਦ ਕਰਾਂਗੇ ਆਪਾਂ ਬਸੰਤ ਜੀ, ਇਸ ਇਲਾਕੇ ਦੀ ਬੜੀ ਪਿਆਰੀ ਆਵਾਜ਼ ਆ, ਬੜੀਆਂ ਗੂੜੀਆਂ ਪਿਆਰ ਦੀਆਂ ਤੰਦਾਂ ਦੇ ਨਾਲ ਬੱਝੇ ਹੋਏ ਆਪਾਂ ਧੰਨਵਾਦ ਕਰਾਂਗੇ, ਜਿਹਨਾਂ ਦਾ ਸ਼ਹੀਦ ਭਗਤ ਸਿੰਘ ਕਲੱਬ ਵਾਲਿਆਂ ਨੇ ਵੀ ਵੱਡੇ ਮੋਟਰਸਾਈਕਲ ਦਾ ਮਾਨ ਸਨਮਾਨ ਕੀਤੇ ਹੈ। ਸਾਡੇ ਵੀਰ ਸੋਨੀ ਦੌਦਰੋ ਨੇ, ਸੋਨੀ ਸਵੱਦੀ ਹੋਣੇ, ਸਾਡੇ ਮੋਹਣੇ ਹੋਣੀ ਵੀਰਾਂ ਨੇ ਕਹਿੰਦੇ ਵੱਡੇ ਮਾਨ ਬਖਸ਼ੇ, ਨਿੱਟ ਦੇ ਨਾਲ ਜੁੜੇ ਹੋਏ ਆ। ਸੁੱਖ ਢਿੱਲੋਂ ਜੀ ਟੌਰ ਰੋਈ ਵਾਲੇ, ਜਲੰਧਰ ਸਿੰਘ ਜੁੱਡੂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਆਪਾਂ। ਗੁਰਮੁਖ ਸਿੰਘ ਜੀ ਮਾਰੋ ਵਿਸਲ, ਆ ਗਈ ਜੀ ਟੀਮ ਫਰੈਂਡਜ ਕਲੱਬ ਜੀਰਾ, ਪਿੰਡ ਵਾਲੇ ਪਾਸੇ ਹੈ, ਔਰ ਦੂਸਰੇ ਪਾਸੇ ਬਾਬਾ ਮਾਨ ਸਿੰਘ ਕਲੱਬ ਦੀ ਟੀਮ ਢੁੱਡੀ ਵਾਲੇ ਮੁੰਡੇ ਹੋ ਗਏ ਹੈ। ਆਪਾਂ ਦੇਖੀਏ ਪਹਿਲੀ ਕਬੱਡੀ, ਆ ਚੱਲਿਆ ਵਿੱਕੀ ਨੌਜਵਾਨ, ਕੀ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਨੇ ਮੱਥਾ ਟੇਕ, ਉਹ ਜਿੱਥ ਜਾਫੀ ਪਕੜ ਬਣਾਈ ਹੈ, ਲਾਦੂ ਰੇਡਰ ਦੀ ਬ੍ਰੇਕ, ਇੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਛੇਕ, ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਹੈ ਦੇਖ, ਮੈਚ ਆਖਰ ਜਿੱਤਣਾ ਜਾਣਾ। ਉਹ ਸਵਰਗ ਵਾਸੀ ਸਰ ਤਾਰਾ ਸਿੰਘ ਧਾਲੀਵਾਲ ਉਹਨਾਂ ਦਾ ਪਰਿਵਾਰ ਇੱਥੇ ਪਹੁੰਚ ਜਾਵੇ, ਉਹਨਾਂ ਵੱਲੋਂ ਦਿੱਤਾ ਜਾਣਾ ਜੋ ਦੂਜਾ ਸੈਕਿੰਡ ਪ੍ਰਾਈਜ ਹੈ 75 ਕਿਲੋ ਵਰਗ ਦਾ। ਲਓ ਸਾਹਮਣੇ ਇੱਕ ਪਾਸੇ ਮਾਨ ਸਨਮਾਨ ਕੀਤੇ ਜਾ ਰਹੇ ਨੇ, ਦੂਸਰੇ ਪਾਸੇ ਇੱਕ ਪਾਸੇ ਪੱਕੇ ਪਿੰਡ ਵਾਲਾ ਬਾਹੋ ਨੌਜਵਾਨਾਂ, ਪਿੱਛੇ ਭੱਜਦਾ ਨੌਜਵਾਨ। ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਪੰਜਾਬ ਦੇ ਖੇਡ ਮੇਲਿਆਂ ਦਾ ਉੱਤਮ ਧਾਵੀ ਹੈ, ਲਓ ਸਾਹਮਣੇ ਕਹਿੰਦੇ ਵੀ ਧੂੜਕੋਟ ਦੇ ਖੇਡ ਮੇਲੇ ਦਾ ਉੱਤਮ ਧਾਵੀ ਐਲਾਨਿਆ ਗਿਆ, ਸਰਦਾਰ ਬਖਸ਼ੀਸ਼ ਸਿੰਘ ਦਾ ਪੁੱਤਰ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ। ਦੂਸਰੇ ਪਾਸੇ ਆਪਾਂ ਦੇਖਾਂਗੇ ਧੀਰਾ ਜੀਰੇ ਵਾਲਾ, ਇਸ ਗੱਭਰੂ ਦੇ ਉੱਤੇ ਲਾਜਫਾ ਆਪਣੀ ਟਰਾਈ ਦੇ ਵਿੱਚ ਕਾਮਯਾਬ ਹੋਇਆ। ਪਾ ਵੀ ਜੰਟਿਆ ਕਬੱਡੀ, ਇੱਕ ਪਾਸੇ ਢੁੱਡੀ ਵਾਲਿਆ, ਉਹ ਟਾਈਮ ਯਾਦ ਆ ਗੱਜਣ ਵਾਲੇ ਦੀ ਧਰਤੀ ਦਾ ਅੱਜ ਵੀ ਮੈਨੂੰ, ਔਰ ਦੂਸਰੇ ਪਾਸੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਪੁਲਸੀਆ ਕਹਿੰਦੇ ਇਸ ਨੌਜਵਾਨ ਨੂੰ ਕਿ ਬਣ ਥਾਣੇਦਾਰ ਤੇਰੀ ਵੱਧ ਗਈ ਮੜਕ, ਆਪ ਚੌੜਾ ਹੋ ਗਿਆ ਜਾਂ ਤੰਗ ਆ ਸੜਕ, ਤੇਰਾ ਨਖਰਾ ਹੋ ਗਿਆ ਭਾਰਾ, ਵੀ ਜਦੋਂ ਦਾ ਸਤਾਰ ਲੱਗਿਆ ਹੁਣ ਬੋਲੇ ਨਾ ਪੁਲਸੀਆ ਯਾਰਾ, ਜਦੋਂ ਦਾ ਸਟਾਰ ਲੱਗਿਆ ਹੁਣ ਬੋਲੇ ਨਾ ਪੁਲਸੀਆ ਯਾਰ। ਆ ਗਿਆ ਢੁੱਡੀ ਦਾ ਵਿੱਕੀ, ਕੱਤਰ ਸਿੰਘ ਦੇ ਪੁੱਤ ਦੀ ਟਰਾਈ ਵੇਖਣੀ ਆਪਾਂ ਕਿਹੋ ਜੀ ਅੱਜ, ਇੱਕ ਪਾਸੇ ਕਾਲੂ ਹੈ ਕਹਿਰੇ ਜੇ ਸਰੀਰ ਦੇ ਵਿੱਚ, ਨਾਲ ਪਵਨਾ ਮੇਜਰ ਸਿੰਘ ਧਾਲੀਵਾਲ ਮਾਣ ਕਰਦਾ ਆਪਣੇ ਪੁੱਤਰ ਦੇ ਉੱਤੇ, ਤੇ ਦੂਸਰੇ ਪਾਸੇ ਆ ਗਿਆ ਧੀਰਾ, ਕਹਿੰਦੇ ਵੀ ਮੋਟਰਸਾਈਕਲ ਦਿੱਤਾ ਮਾਨ ਸਨਮਾਨ ਦੇ ਵਿੱਚ, ਯਗੂਣਾ ਨੇ ਪਿੰਦਰ ਕਨੇਡਾ ਵਾਲਾ ਨੇ ਵੱਡੇ ਮਾਨ ਬਖਸ਼ੇ ਨੌਜਵਾਨ ਨੂੰ, ਲੈ ਸਾਹਮਣੇ ਸੋਨੀਆ ਨੇ ਕਬੱਡੀ ਗੋਲਡੀ ਵੀ ਹੈ, ਅੱਗੇ ਚਾਰ ਜਾਫੀ ਲਟੈਣਾ ਵਰਗੇ ਹੈ, ਸਰਕਾਰੀ ਸਕੂਲ ਦੇ ਥਮਲਿਆਂ ਵਰਗੇ ਹੈ ਪ੍ਰਗਟ ਸਿੰਘ, ਸਾਹਮਣੇ ਦੇ ਖੇਡ ਦੇ ਮੈਦਾਨ ਦੇ ਵਿੱਚ ਆਓ। ਸੋ 75 ਕਿਲੋ ਦਾ ਵਰਗ ਦਾ ਜੋ ਫਸਟ ਪ੍ਰਾਈਜ ਦਿੱਤਾ ਜਾ ਰਿਹਾ ਜੇਤੂ ਟੀਮ ਨੂੰ, ਏਕ ਨੂਰ ਯੂਥ ਕਲੱਬ ਉਹਨੇ ਪ੍ਰਧਾਨ ਗੁਰਪ੍ਰੀਤ ਸਿੰਘ ਸੋਢੀ ਅਤੇ ਸਮੂਹ ਅਹੁਦੇਦਾਰਾਂ ਵੱਲੋਂ 75 ਕਿਲੋ ਫਸਟ ਪ੍ਰਾਈਜ ਦਿੱਤਾ ਜਾ ਰਿਹਾ। ਗੁਰਪ੍ਰੀਤ ਸਿੰਘ ਜੀ ਸੋਢੀ ਹੋਣੀ ਪ੍ਰੈਜੀਡੈਂਟ ਨੇ ਇਸ ਸੰਸਥਾ ਦੇ, ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਪ੍ਰਾਈਜ ਹੈ, ਇਹ ਗੁਰੂਕੁਲ ਇੰਸਟੀਚਿਊਟ ਕੋਟਪੁਰਾ ਵੱਲੋਂ ਦਿੱਤਾ ਜਾ ਰਿਹਾ 75 ਕਿਲੋ ਦਾ ਫਸਟ ਪ੍ਰਾਈਜ ਗੁਰੂਕੁਲ ਇੰਸਟੀਚਿਊਟ ਕੋਟਪੁਰਾ ਵੱਲੋਂ। ਬਹੁਤ ਹੀ ਸਤਿਕਾਰਯੋਗ ਨੇ ਸਰ ਪ੍ਰਗਟ ਸਿੰਘ ਜੀ, ਭਗਤ ਬਾਬਾ ਦੋਵੇਂ ਚੰਦ ਦੀ ਧਰਤੀ ਹੈ, ਜਿੱਥੇ ਦੁਨੀਆਂ ਦੇ ਟੌਪ ਦੇ ਖਿਡਾਰੀ ਆ ਕੇ ਖੇਡਦੇ ਹੈ, ਕਹਿੰਦੇ ਵੀ 200-200 ਰੁਪਇਆ ਗੁਰਬਖਸ਼ਿਆ, ਦੋਨਾਂ ਟੀਮਾਂ ਨੂੰ ਮਾਨ ਸਨਮਾਨ ਦੇ ਦੇ, ਪ੍ਰਗਟ ਸਿੰਘ ਦਾ ਬਹੁਤ ਧੰਨਵਾਦ ਕਰਦੇ ਹੈ, ਦੋਨਾਂ ਟੀਮਾਂ ਦੇ ਲਈ 200-200 ਰੁਪਇਆ। ਇੱਕ ਪਾਸੇ ਅਮਰ ਸਿੰਘ ਦਾ ਪੁੱਤਰ ਕਹਿੰਦੇ ਵੀ ਚੱਕੇ ਜਾਮ ਕਰੀ ਜਾਂਦਾ ਖੇਡ ਦੇ ਮੈਦਾਨ ਦੇ ਵਿੱਚ,
वे मित्रा खतरे का घुग्गू बोल गया, एक पासे देखिए खतरे का घुग्गू बोलिया। काका पंडित जी मद्दो के पिंड वाले अपनी जवानी दे पैर लोग जानते कि तकड़ी कबड्डी खेडी है, लव सामने कबड्डी बिकी दी पैंदी है, करख्या नौजवाना ट्राई मुंडे देते, लव सामने देखो गोल जे दायरे दे नाल जुड़े हुए दर्शक वीर, लव सामने उड़दी धूड़, एक पासे कालू नौजवान है, पर आओ देखो बिजली बोर्ड का भीमा नहीं मनता। सुखानी पिंड वाला कहता है भी नंबर इस मुंडे नूं दे दिओ, सामने कबड्डी गोल्डी दी है, एक पासे पुलसिया पक्के वाला लखा सेखो परिवार की जान है, कहते भी एशिया कप खेडन दे लई ये भी मुंडे तैयारी कर रहे ने पाकिस्तान की धरती दे उत्ते। सरदार हरजिंदर सिंह ढिल्लों जू स्पोर्ट्स एंड वेलफेयर क्लब चक भाग सिंह वाला दे प्रधान राजविंदर सिंह वो भी उत्थे पहुंचण। स्वर्गवासी हरजिंदर सिंह ढिल्लों जू स्पोर्ट्स एंड वेलफेयर क्लब चक भाग सिंह वाला दे प्रधान राजविंदर सिंह वो भी आके अपना मान सम्मान प्राप्त कर। ਹਾਂਜੀ ਦੱਸੋ ਮਿੱਤਰੇ ਮਿੱਤਰਾਂ ਦੀ ਚੜ੍ਹਦੀ ਕਲਾ ਬਾਜੇ ਖਾਨੇ ਵਾਲੇ ਪੁੱਛ ਕਿੰਨੇ ਕਿੰਨੇ ਰੁਪਈਏ ਦੋਹਾਂ ਵੀਰਾਂ ਨੂੰ ਦੇ ਰਹੇ ਨੇ। 200 ਰੁਪਈਆ ਕੀ ਨਾਮ ਭਾਜੀ ਤੁਹਾਡਾ? ਬਲਜੀਤ ਸਿੰਘ ਜੀ 200 ਰੁਪਈਆ ਬੋਲਾਂ ਤੋਂ ਖੁਸ਼ ਹੋ ਕੇ ਦੇ ਗਏ ਨੇ, ਧੰਨਵਾਦ ਕਰਦੇ ਸਾਡੀ ਸਤਿਕਾਰਯੋਗ ਜ਼ਿੰਦਗੀ ਦੇ ਮਿੱਤਰ ਨੇ ਬਲਜੀਤ ਸਿੰਘ ਜੋੜੀ, ਵੱਡੇ ਮਾਨ ਸਨਮਾਨ ਕਰ ਗਏ ਨੇ, ਆਪਾਂ ਧੰਨਵਾਦ ਕਰਾਂਗੇ। ਲੈ ਵੀ ਕਿਸੇ ਸਾਹਮਣੇ ਦੇਖ ਹੁਣ ਮੁੰਡੇ ਦੀ ਪਾਈ ਹੋਈ ਕਬੱਡੀ, ਆ ਜਾਂਦਾ ਫਰੈਂਡਜ ਕਲੱਬ ਜੀਰੇ ਵਾਲਾ, ਕੀ ਰਹੇ ਮਿੱਤਰਾਂ ਦੀ ਚੜ੍ਹਦੀ ਕਲਾ, ਵੀ ਰਹੇ ਮਿੱਤਰਾਂ ਦੀ ਚੜ੍ਹਦੀ ਕਲਾ। ਆ ਗਿਆ ਢੱਡੀ ਵਾਲਾ, ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ। ਲੈ ਸਾਹਮਣੇ ਦੇਖੋ ਹੁਣ, ਅੱਥਣੇ ਨੀ ਮੇਰੀਏ ਸਾਥਣੇ ਨੀ, ਵਰਕੇ ਜ਼ਿੰਦਗੀ ਦੇ ਦੋ ਚਿੱਟੇ ਨੀ, ਬਾਜਾ ਰੰਗ ਦੇ ਚਾਰ ਕੋਈ ਛਿੱਟੇ ਨੇ, ਇੱਕ ਪਾਸੇ ਕਾਲੂ ਹੈ ਦੂਸਰੇ ਪਾਸੇ ਆਪਾਂ ਦੇਖੀਏ ਵੀ ਢੁੱਡੀ ਵਾਲਾ ਬਿੱਕੀ, ਹਾਂ ਉੱਡਦੀ ਧੂੜ ਦਿਸੇ ਤੇ ਬਹੁਤਾ ਵੀਰ ਦਾ ਨਜ਼ਰ ਨਾ ਆਵੇ। ਸਤਿਕਾਰਯੋਗ ਸਰਦਾਰ ਮਨਤਾਰ ਸਿੰਘ ਜੀ ਬਰਾੜ, ਮੁੱਖ ਸੰਦੀ ਸਕੱਤਰ ਪੰਜਾਬ ਸਰਕਾਰ, ਉਹ ਕੁਝ ਹੀ ਸਮੇਂ ਵਿੱਚ ਆਪਣੇ ਦਰਮਿਆਨ ਪਹੁੰਚਣ ਵਾਲੇ ਹਨ। ਸਤਿਕਾਰਯੋਗ ਸਰਦਾਰ ਮਨਤਾਰ ਸਿੰਘ ਬਰਾੜ, ਮੁੱਖ ਸੰਦੀ ਸਕੱਤਰ ਪੰਜਾਬ ਸਰਕਾਰ, 15-20 ਮਿੰਟ ਵਿੱਚ ਹੀ ਆਪਣੇ ਵਿੱਚ ਇੱਥੇ ਪਹੁੰਚਣ ਵਾਲੇ ਹਨ। ਇੱਧਰਲੇ ਪਾਸੇ ਆ ਜਾਓ ਥੋੜ੍ਹਾ ਜਿਹਾ ਬਸੰਤ ਜੀ, ਭਾਜੀ ਉਹਨਾਂ ਨੂੰ ਲਾਇਓ ਇੱਧਰਲੇ ਪਾਸੇ ਤੇ, ਕਬੱਡੀ ਬਖਸ਼ੀਸ਼ ਸਿੰਘ ਦੇ ਪੁੱਤਰ ਦੀ ਪੈਂਦੀ ਹੈ। ਦਰਸ਼ਕ ਪੂਰੇ ਖੁਸ਼ ਨੇ ਕਿ ਅੱਜ ਮੁਬਾਰਕਬਾਦ ਦੇ ਰਹੇ ਨੇ ਇਸ ਏਕ ਨੂਰ ਯੂਥ ਕਲੱਬ ਦੇ ਜਿੰਨੇ ਯੰਗ ਵੀਰ ਹੈ, ਔਰ ਪਿੰਡ ਦੀ ਪੰਚਾਇਤ ਹੈ, ਪੂਰਾ ਪਿੰਡ ਹੈ, ਵਿਦੇਸ਼ਾਂ ਦੇ ਵਿੱਚ ਬੈਠੇ ਇਸ ਨਗਰ ਦੇ ਪ੍ਰਵਾਸੀ ਵੀਰਾਂ ਦਾ ਵੱਡਾ ਧੰਨਵਾਦ ਹੈ। ਸੱਚੇ ਪਾਤਸ਼ਾਹ ਮਿਹਰ ਕਰੇ ਸਾਰੇ ਪਰਿਵਾਰਾਂ ਦੇ ਉੱਤੇ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਕਬੱਡੀ ਦਾ ਵੱਡਾ ਮਹਾਕੁੰਭ ਇਤਿਹਾਸ ਰਚਿਆ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਸਾਰੇ ਪਰਿਵਾਰਾਂ ਨੂੰ, ਪਾ ਵੀ ਨੌਜਵਾਨਾਂ ਕਬੱਡੀ। ਹਾਂਜੀ, ਆਉਣ ਵਾਲੇ 2015 ਦੇ ਟੂਰਨਾਮੈਂਟ ਵਾਸਤੇ ਸਾਡੇ ਸਤਿਕਾਰਯੋਗ ਰਜਿੰਦਰ ਸਿੰਘ ਰਾਜੂ ਢਿੱਲੋਂ ਕੈਨੇਡਾ, ਉਹਨਾਂ ਵੱਲੋਂ 11,000 ਰੁਪਏ ਦਾ ਜੋ ਸਹਿਯੋਗ ਆ ਦਿੱਤਾ ਜਾਣਾ ਉਹਨਾਂ ਦੇ ਟੂਰਨਾਮੈਂਟ ਵਾਸਤੇ, ਰਜਿੰਦਰ ਸਿੰਘ ਰਾਜੂ ਢਿੱਲੋਂ ਕੈਨੇਡਾ ਵੱਲੋਂ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇਸ ਵਾਰ ਵੀ ਇਹਨਾਂ ਨੇ 9,900 ਰੁਪਏ ਦਾ ਜੋ ਯੋਗਦਾਨ ਸੀ ਉਹ ਦਿੱਤਾ ਸੀ। ਬਹੁਤ ਧੰਨਵਾਦ ਡਾਕਟਰ ਕਰਮ ਸਿੰਘ ਜੀ ਉਹਨਾਂ ਦਾ, ਜੋ ਸਮੇਂ ਦੇ ਨਾਲ ਸਾਨੂੰ ਜਾਣੂ ਕਰਾ ਰਹੇ ਨੇ। ਆ ਬਿੱਕੀ ਨੌਜਵਾਨ ਹੱਸਦਾ ਹਸਾਉਂਦਾ ਹੋਇਆ ਆਪਣੀ ਟੀਮ ਦੇ ਲਈ ਨੰਬਰ ਲੈ ਕੇ ਵਾਪਸ ਆਉਂਦਾ ਹੋਇਆ, ਪ੍ਰਗਟ ਸਿੰਘ ਪੂਰਾ ਖੁਸ਼ ਆ ਆਪਣੇ ਪਿੰਡ ਦੇ ਮਿੱਤਰਾਂ ਦੇ ਨਾਲ। ਭਾਈ ਗੁਰਪ੍ਰੀਤ ਹੋਣੀ, ਵੀਰ ਪੱਪੇ ਹੋਣੀ ਕਹਿੰਦੇ ਵੀ ਕੁਝ ਪਲਾਂ ਦੇ ਵਿੱਚ ਸਰਦਾਰ ਮਨਤਾਰ ਸਿੰਘ ਜੀ ਬਰਾੜ ਸਾਹਿਬ ਮੁੱਖ ਸੰਸਦੀ ਸਕੱਤਰ ਪੁੱਜ ਰਹੇ ਹੈ। ਆਓ ਸਾਹਮਣੇ ਦੇਖੋ ਹੁਣ ਖੇਡ ਦੇ ਮੈਦਾਨ ਦੇ ਵਿੱਚ, ਇੱਕ ਪਾਸੇ ਪਾਈ ਕਬੱਡੀ ਦੂਸਰੇ ਪਾਸੇ ਢੁੱਡੀ ਵਾਲਾ ਚਿੰਮਾ, ਲਓ ਸਾਹਮਣੇ ਕਰਾਉਂਦਾ ਬੱਲੇ ਬੱਲੇ, ਇੱਕ ਲੱਤ ਤਾਂ ਤੇ ਦੂਜੀ ਆ ਥੱਲੇ, ਜੇ ਤਾਂ ਮੈਚ ਵਧੀਆ ਲੱਗਾ ਬਾਬੇ ਦੇ ਨਾਂ ਤੇ ਇੱਕ ਤਾੜਾ ਮਾਰ ਦਿਓ ਜ਼ੋਰਦਾਰ ਯਾਰ। ਹਾਂ ਆ ਬਾਜੇ ਖਾਨੇ ਵਾਲਿਆ, ਸੱਚੇ ਪਾਤਸ਼ਾਹ ਮਿਹਰ ਕਰੇ, ਇਸ ਇਲਾਕੇ ਦੇ ਉੱਤੇ ਪਹਿਲੀ ਵਾਰ ਦਰਸ਼ਨ ਕੀਤੇ ਹੈ, ਸੱਚੇ ਪਾਤਸ਼ਾਹ ਮਿਹਰ ਕਰੇ, ਚੜ੍ਹਦੀ ਕਲਾ ਰੱਖੇ ਇਸ ਇਲਾਕੇ ਨੂੰ। ਆਓ ਰਮਾਣਾ ਅਜੀਤ ਸਿੰਘ ਵਾਲਾ ਤੇ ਭਲੂਰ ਦੀ ਅਗਲੀ ਡਾਂਗ ਵੇਖੀਏ ਗਰਾਊਂਡ ਦੇ ਵਿੱਚ।
हेलो जेतू टीम दसो भाई जी दस दें जी कि टीम जेतू है हेलो दसो बीर जी कि टीम जेतू रही है टुड्डी की टीम जेतू रही है टुड्डी नोट करना टुड्डी जेतू है ओके सर थैंक्स रमाना भाई जी आप पैसे ना थोड़ा ही वरतना आप बंद ना वरतना पैसा तो हाथों की मैल आता रहा पैसा का बनेरे का कदे इस बनेरे कदे उस बनेरे आप भी दिन कट्टे भाई जी सच्ची गल है पांच पांच दिन भुखा भी रहा अज माया के गफे दे दे दिए पर किसी तो मंगे ही नहीं है ये बाबे की कृपा है बाबे नानक दी जाता है यार नजारे ले जाता क्लब के प्रधान साहब गुरप्रीत सिंह जी मैदान के पुजनगे कदे यार ने पैसे नूं अहमियत नहीं दी भरावां नूं अहमियत दी है पैसा जो मर्जी कमा लो पर जो यार है भरा है ये नहीं दोबारा मिलते ये गल्लां सच्चियां ने एक पासे अरमाना अजीत सिंह की टीम है और दूसरे पासे टीम भरूर की खेलनी है प्रबंधक कमेटी नूं बेनती की जा रही है भी कृपा करके मैदान के पुजनगे आओ जी इधर बुला रहे थे तो भलूर वाले सज्जन बूटा सिंह जी करो गल इधरले पासे प्रगट सिंह जी कबड्डी खिलाड़ी वो भी मैदान के पुजनगे प्रगट सिंह जी आ मैच जिहड़ा बहुत तगड़ा खेडा जाना है मैदान के एक पासे अरमाना अजीत सिंह की टीम है दूसरे पासे भलूर पिंड टीम है जी मोगे की टीम है एक पासे फरीदकोट की है और दूसरे पासे मोगे जिले की टीम दोनों टीम की कहने भी पहला कसम पवाई जानी है सौ पवाई जानी है फिर जरा मैच कारण मुख्य संसदीय सकत्तर पंजाब सरकार अपने दरम्यान पहुंच चुके हैं मिनट दो मिनट के मंच से पहुंचने वाले हैं सत्कार जो सरदार मनतार सिंह जी बराड़ मुख्य संसदीय सकत्तर बहुत बहुत धन्यवाद करेंगे साढ़े डॉक्टर करम सिंह जी का पर जी आ मैच बहुत तगड़ा हूं जो मायक है स्टेज वाला तुसी बंद रखना है हेलो सेमीफाइनल दी टाइयां पै रही है भाई आज जिन्हों नूं कोई इतराज है सेमीफाइनल मैच दी टाइयां पैन जा रही है उधर स्टेज तो जे किसी नूं गिलवा शिकवा तां ओह कृपा करके मंच ते आ जाण सो प्लीज हूं जो मायक है बंद रखने है इधरों जो मैच है बड़ा तगड़ा शुरू हो जा रहा है कि किसी सोचा नहीं सी करोड़ों की महक बन के कबड्डी चैनलों उपर उठ जाएगी पंजाबी कबड्डी नूं किन्ना प्यार करदे दुनिया गल इस नूं बुझ जाएगी कबड्डी करूगी राज विच एशिया दे ते कबड्डी वालियां दी जदों भी पुग जाएगी जे चौहान यारा इसे तरह रहा चलता तो कबड्डी ओलंपिक दे विच पुज जाएगी तो कबड्डी ओलंपिक दे विच पुज जाएगी लाओ सामने कबड्डी का मुकाबला तुहाडी नजर एक पासे अरमाना जीत सिंह की टीम जिहड़ी पिंड वाले पासे पुज चुकी है और गुरु घर की साइड जिहड़ी टीम ने पासा लिया है यह भलूर पिंड की टीम है मेरे वीरियो अरशी भलूर ने कहंदे कनिए दे कबड्डी कप ते मोटरसाइकिल जितया उधर तोते भलूर ने कनिए दे कबड्डी कप ते मोटरसाइकिल जितया आपां कल्ले कल्ले खिलाड़ी का जिक्र तुहाडे नाल साझा करांगे जल्दी जी सरदार सुरेंद्र सिंह जी एसआई विजिलेंस सरावां उन्हां वल्लों 1000 रुपया एक नूर यूथ क्लब नूं दित्ता गया सी उन्हां दे बहुत तहे दिलों ऋणी आ धन्नवादी हाँ सुरेंद्र सिंह एसआई विजिलेंस जो सरावां तुहानूं उन्हां दा 1000 रुपया एक नूर यूथ क्लब उधर टाइयां पै चुकियां ने कसोवाड़ा ते लंडे पहले सैमीफाइनल दीआं टीमां अपनी तैयारी फड़ गईआं लओ पहली कबड्डी दे नाल जुड़ांगे धारीवाल परिवार दा पूरा नाम बरलाज सिंह है मेरे वीरियो गोरे दे नाते प्रसिद्धि हासिल हुई है एक साल कनेडा खेडिया और सामने गोरा रमाणिया की धरती का मैदान दे विच कबड्डी पाउंदा होया उधर साडे सरदार बलवीर सिंह जी डॉक्टर साहब उन्हां दा विशेष तौर पर धन्नवाद किया जा रहा है मैं वेख रहा भी सामने कीपा भलूर का ट्राई करता कीपा तो तोता तो सके भरा कबड्डी खेडते हैं मेरे वीरियो
उधर कीपर ने ट्राई की, इधर गोरा पॉइंट लेके वापस मुड़िया, इधरले पासे अर्शी पड़ा दो बारी धरती मां नूं नमस्कार किया इस खिलाड़ी ने। लो घड़ियां दे कबड्डी कप ते मोटरसाइकिल जेतू खिलाड़ी है, कदे मेरे वीरो नुकड़ा घोड़ा जितया इस खिलाड़ी ने। लो सामने पई कबड्डी भरूर वाले अर्शी, उधरले पासे बूटा, बूटे का पिंड कहते भी जीता है, बाबा घुमण शाह का पिंड है। लो जीते वाला बूटा ट्राई करता पर पॉइंट अर्श भलूर का अपनी टीम वास्ते बहुत ही तगड़ा पॉइंट जरा जोड़ चुके हैं। लाइट साउंड वाले वीर नूं बेनती है कि माड़ा इत्थे मेरे को मंच ते आवे, लाइट एंड साउंड वाला वीर। उधरले पासे गिरला ट्राई करदा, इधर रणजीत सिंह आस्ट्रेलिया ते तारा सिंह जी धारीवाल साहब कबड्डी 75 किलो दे कहंदे ने पहले ते दूजे नाम 75 किलो भार दे आने वाले साल च दिते जाणगे। इधर रूप सिंह जी ने कहंदे भी दो रणजीत सिंह जी आस्ट्रेलिया गोठिया वाना वाले साडे वीर ने, उधर धारीवाल साडे वीर जी ने 75 किलो भार दा कहंदे ने आने वाले साल दे विच पहला ते दूजा प्राइज दिता जाएगा। सो बड़ी खुशी की गल है बराड परिवार का लभी मेरे वीरियो इस समय कबड्डी पाउंदा कदे हरजीत बराड़ की गल लो मैदाना में चली है, यह भी बराड़ परिवार का। उधर धूरा कहते भी धारीवाल परिवार का है, लो धूरा मेरे वीरे चिड़ी हड्डी का जाफी है, रमाने पिंड का धूरा ते लभी मेरे वीरे बगराड़ी पिंड का मैदान कबड्डी पाउंदा। उधरले पासे देखो धूरा, वाह धूरिया वाह धूरिया नहीं रीसा है लग्या प्याडी चोटी का जोर, वाह धूरा रमाने पिंड का बगराड़ी के लभी ला तकड़ा दफा अंक अपनी टीम के वास्ते जोड़ चुके हैं। इधर बरलाज सिंह गोरा मेरे दौले से टैटू खनवाया, एक गभरू देश पंजाब दे देखो जुस्सियां दे विच जान गज गज चौड़ियां छातियां, ये बंदे ठल तबहान ये अमरी गुड्डी चार दे ताकी लौंदे विच समान। उधर गल मेरे वीर मैदान दी है और बूटा बगराड़ी का ट्राई करता so, पर गोरा पॉइंट लेके वापस जाता है। सरदार मनतार सिंह जी बराड़ मुख सानी सकत्तर पंजाब सरकार वो पहुंच चुके हैं। उधर बेनती है टीमों को अगलिया टीम जिन्हों का मैच शुरू होना उन्होंने भी वो जल्दी जल्दी तैयार होकर आ जाए ताकि उन्होंने लाइनअप किया जाए समय सिर। उधर सरदार बचन सिंह के परिवार वालों तारा सिंह के परिवार वालों 75 दे ते नाल कबड्डी उपर ने भी कहते जिहड़े माया दे गफे दिते जाणगे नाम दिते जाणगे। अगले पहले सैमीफाइनल दीआं दोनों टीमां अपनी तैयारी फंड गईआं, कसोआणा ते लंडे कसोआणा ते लंडे दीआं टीमां इह सैमीफाइनल दीआं टीमां ने। पहले सैमीफाइनल दीआं दोनों टीमां अपनी जल्दी दे नाल मैदान दे वल राबता करनगीआं कायम। लो बरलाल दी पई रेड, उधर चार जाफी एक अन्नी ते बसंत बलूर दा नाल बगराड़ी वाला बूटा नाल दो सके भरा मेरे वीरियो आए तोता भलूर दा जीता कोड़ करोड़ दा फैसले करदा भी ये पॉइंट जरा रमाणा अजीत सिंह दी टीम दे हिस्से है, ये पॉइंट जरा गुरलाल दे हिस्से है। चल भी कबरू है लो लभी बगराड़ी पिंड दा अज पुत बाल कहंदे भी भलूर दा खेड़दा है, मन दे विच कबड्डी लभी दी पै चुकी है कि सच्चे दिल ना बनदा जेड़ा पुत ग्राउंडा दा घाट रहे ना रिजकां दी मी वरदा पौंडा दा, जेड़ा बन गया सतार इस महबूब खेड़दा बच्चों आणियां लख लख मुल। सरदार मनतार सिंह जी बराड़ मुख संधि सकत्तर पंजाब सरकार वो पहुंच चुके हैं, सो असीं उन्हां नूं जी आया आखदे हां, एक मिनट दे विच ही अपने मंच ते पहुंच रहे हैं। सरदार मनतार सिंह जी बराड़ मुख संधि सकत्तर पंजाब सरकार गुरसेवक सिंह जी 51,000 रुपया आने वाले टूरनामेंट वास्ते लैक्चरर गुरसेवक सिंह जी। इधर बरलाज सिंह गोरा पॉइंट लेके वापस जाता है, उधरले पासे बहुत ही सत्कार शीशित में
सरदार मनतार सिंह जी बराड़ साहब मुख्य संस्थान सदर बहुत ही सत्कारयोग शहीद ने वो विशेष तौर पर साडे दरमियान पुज चुके हैं। समुचरी अकाली दल लीडरशिप का बहुत बहुत धन्यवाद किया जा रहा है। लो अर्श पलूर का उधर बूटा जीतेवाल ट्राई करता और पॉइंट जरा धावी के हिस्से जो बूटा बगराड़ी का जफा लाता रणजीत सिंह आस्ट्रेलिया वाले कहते भी 500 के माया के गफे दिते जाएंगे। बहुत बहुत धन्यवाद है। लो सामने गुरलाल सिंह कबड्डी पाँदा हो चार चार मनतार सिंह जी बराड़ मुख संसदी सकत्तर पंजाब सरकार पहुंच चुके हैं। हार पा के उन्होंने पतवंते सज्जना वालों टूरनामेंट कमेटी वालों धन्यवाद किया जा रहा और मंच वाल नूं वध रहे हैं। सरदार मनतार सिंह जी बराड़ मुख पार्लीमानी सकत्तर पंजाब सरकार उधरले पासे समय विचों समा कढ़ के पहुंचे आ क्योंकि पता इन्हां नूं बहुत रुझेवे हुंदे आ। सो पहला बीबी परमजीत गुलशन होके गए हूँ सरदार मनतार सिंह जी बराड़ कबड्डी मेरे वीर धूरा अरमाणियां का ट्राई करता पर पॉइंट जरा इस समय धावी के हिस्से है कि सानू अड्डियां चुक जग देखता साडे डौलियां दे विच जान वांग आकाश दे कुम्मे पट्टां विच तूफान नस नस दौड़न बिजलियां अखां तों तीर कमान हथ जिहड़े कम नूं पालिया उहदे बण जाइए सुल्तान उहदे बण जाइए सुल्तान। एक मड्डी दे सुल्तान लो बरलाल सिंह गोरा और दूसरे पासे बूटा बगराड़ी पिंड दा ट्राई करदा पर पॉइंट जिहड़ा इस समें गोरा अरमाणियां दा अपनी टीम वास्ते बहुत ही तगड़ा पॉइंट जरा जोड़ चुके हैं। बराड़ परिवार के इस खिलाड़ी की कबड्डी के नाल जुड़ते हैं। लब्बी लब्बी मेरे वीर कबड्डी पाँदा आया बगराड़ी पिंड है अज पुत बन कहें भलूर का खेलता उधर अरमाणिया के आप चार जाफिया तो देखते हैं पर फैसला जरा हो चुके हैं। ये टैक्निकल पॉइंट धावी है लब्बी के हिस्से है भलूर की टीम के हिस्से है। आ भी गुरलाल एक कहना भी लाला का लाल घनौर का गुरलाल मशहूर है और दूसरे पासे वेखो इस समय गुरलाल अरमाणिया की धरती का कबड्डी पाँदा आया उधरले पासे पंगा मेरे वीर कीपे भलूर के नाल है कीपा जफा नहीं ला सकिया पॉइंट गुरलाल सिंह अपनी टीम के वास्ते जोड़ता आया। उबण दियां गल्लां करन वाले कदे तरिया नहीं करते लोभी लालची देश लई कदे मरिया नहीं करते जेड़े पैर च कंडा लगन ते पींदे हल्दी दुध च पाके उन्हां ने की कबड्डी खेलनी बछवाणियां विच मैदान दे आके नंदरा नंदरा मेरे वीरो दुबई दे शारजा कबड्डी कप दे विच खेडिया और दूसरे पासे अर्श पलूर दा कहिंदे वी दो मोटरसाइकिल जेतू फड़ा रही है कदे नौ घोड़ा जितया और अर्श पलूर दा पॉइंट लैके वापस गया और दूसरे पासे गोरा रमाणियां दी धरती दा कबड्डी पाउंदा होया कि एवें कप नहीं जित्ते जांदे मेहनत लाउणी पैंदी ऐ नाल ग्राउंड ते पक्की यारी पाउणी पैंदी ऐ बसंत सिंह डंड बाटका लाके करनी पैंदी फुल तैयारी फिर जाके बनिया जांदा सिरे दा खिडारी फिर जाके बनिया जांदा खिडारी उधर सिरे दे खिडारी दी रेड डबल टच टैक्निकल पॉइंट जिहड़ा ए धावी दा। हेलो भाई जी एक्स्ट्रा बंदे कोई भी ग्राउंड दे विच ना आउण कसवाणा ते लंडे लंडे आ गए अभ्यास चुके दसना कसवाणा दी टीम आ गई है लंडियां दी टीम भी जल्दी पुजेगी उधर स्टेज ते सरदार मनतार सिंह जी बराड़ साहब सरपंच साहब उहनां दे नाल सलाह मशवरा कर रहे हैं। आपां विशेष तौर ते धन्नवाद करांगे इधर बगराड़ी एक पासे बगराड़ी वाला एक पासे जीते दा बूटा और लब्बी मेरे वीर बगराड़ी वाला मैदान विच लग्या पिया जोर दोनों खिलाड़ियों का और सामने आप तकांगे भी इधर बूटा मेरे वीर जीते पिंड का बहुत ही तगड़ा दफा ला के अंक अरमाणिया की टीम के हिस्से जोड़ता आया उधर कहना भी पिंडा यूएसए नाल कहना भी जगतार सिंह साडा वीर मल के यूएसए
ਪਿੰਡ ਦਾ ਪਿੰਡ ਕਹਿੰਦੇ ਵੀ ਕੋਟਲਾ ਮੇਰ ਸਿੰਘ ਵਾਲਾ ਗੁਰਵਿੰਦਰ ਬਰਾੜ ਕੈਨੇਡਾ ਵਾਲੇ ਸਾਡੇ ਵੀਰ ਨੇ ਉਹ ਵੀ ਨੈਟ ਦੇ ਨਾਲ ਜੁੜੇ ਹੈ ਬਹੁਤ ਬਹੁਤ ਧੰਨਵਾਦ ਹੈ ਲਓ ਗੁਰਲਾਲ ਦੀ ਪਈ ਰੇਡ ਉੱਧਰ ਸਾਡਾ ਵੀਰ ਗੁਪੀ ਸਿੰਘ ਸੋਢੀ ਪ੍ਰਣਾਮ ਮੇਰੇ ਵੀਰੋ ਇਸ ਸਮੇਂ ਆਪਾਂ ਤੱਕ ਰਹੇ ਬਿਲਕੁਲ ਗਰਾਊਂਡ ਦੇ ਲਾਗੇ ਹੈ ਇੱਧਰ ਉਂਗਲੀ ਖੜੀ ਕੀਤੀ ਹੈ ਅਰਜਨ ਦੇ ਤੀਰ ਵਾਂਗੂ ਕਿ ਤਿੱਖੇ ਦੇ ਨੈਣਾਂ ਵਾਲਾ ਸ਼ਾਂਤਮੇ ਸਰੀਰ ਦਾ ਕਰਦਾ ਮੁਕਾਬਲਾ ਜੋ ਕਮਾਨੋ ਛੁੱਟੇ ਤੀਰ ਦਾ ਦੋਨੋ ਟੀਮਾਂ ਲੰਡੇ ਤੇ ਕਸਵਾਣ ਲੰਡੇ ਤੇ ਕਸਵਾਣ ਦੀਆਂ ਦੋਨੋ ਟੀਮਾਂ ਪਹਿਲੇ ਸੈਮੀਫਾਈਨਲ ਦੇ ਵਾਸਤੇ ਮੈਦਾਨ ਦੇ ਵਿੱਚ ਪੁੱਜਣਗੀਆਂ ਵੀਰ ਜੀ ਦੱਸੋ ਕਿਹੜੀ ਟੀਮ ਜੇਤੂ ਰਹੀ ਰਮਾਣਾ ਅਜੀਤ ਸਿੰਘ ਵਾਲਾ ਜੇਤੂ ਹੈ ਢੁੱਡੀ ਦੇ ਨਾਲ ਦੂਜਾ ਸੈਮੀਫਾਈਨਲ ਹੋਵੇਗਾ ਦੋਨੋ ਟੀਮਾਂ ਲੰਡੇ ਤੇ ਕਸਵਾਣ ਲੰਡੇ ਤੇ ਕਸਵਾਣ ਦੀਆਂ ਦੋਨੋ ਟੀਮਾਂ ਮੈਦਾਨ ਦੇ ਵਿੱਚ ਪੁੱਜਣਗੀਆਂ ਢੁੱਡੀ ਤੇ ਰਮਾਣਾ ਅਜੀਤ ਸਿੰਘ ਇਹ ਵੀ ਟੀਮਾਂ ਆਪਣੀ ਤਿਆਰੀ ਫੜਨਗੀਆਂ ਚੜ ਸਿੰਘ ਸੋਢੀ ਬਾਹਰ ਆਇਆ ਤੁਹਾਨੂੰ ਕੋਈ ਬੁਲਾ ਰਿਹਾ ਮੂਵ ਸਪਰੇ ਭੇਜੋ ਜੀ ਗਰਾਊਂਡ ਚ ਮੂਵ ਸਪਰੇ ਮੂਸਪਰੇ ਭੇਜੋ ਜੀ ਗਰਾਊਂਡ ਚ ਮੂਸਪਰੇ ਕਰ ਦੋ ਜੀ ਜਦੋਂ ਤੱਕ ਟੀਮਾਂ ਲਾਈਨਅਪ ਹੁੰਦੀਆਂ ਉਦੋਂ ਤੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਤਾਰ ਸਿੰਘ ਜੀ ਬਰਾੜ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਉਹ ਆਪਾਂ ਨੂੰ ਸੰਬੋਧਨ ਕਰਨਗੇ ਟੂਰਨਾਮੈਂਟ ਕਮੇਟੀ ਵੱਲੋਂ ਜੋ ਏਕ ਨੂੰ ਯੂਥ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਟੂਰਨਾਮੈਂਟ ਕਬੱਡੀ ਦਾ ਉਹਦੇ ਬਾਰੇ ਸਰਦਾਰ ਮਨਤਾਰ ਸਿੰਘ ਜੀ ਬਰਾੜ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਉਹ ਆਪਣੇ ਵਿਚਾਰ ਰੱਖਣਗੇ ਪੰਜ ਸੱਤ ਮਿੰਟਾਂ ਦੇ ਵਿਚਾਰ ਸੁਣਨੇ ਉਸ ਤੋਂ ਬਾਅਦ ਲੈਣ ਅਪ ਹੋ ਜਾਣਗੀਆਂ ਟੀਮਾਂ ਫਿਰ ਮੈਚ ਸ਼ੁਰੂ ਕਰਵਾਏ ਜਾਣਗੇ ਪਰਮ ਸਤਿਕਾਰਯੋਗ ਪਿੰਡ ਢਿੱਲਵਾਂ ਦੀ ਸਰਪੰਚ ਸਾਹਿਬ ਅਤੇ ਗ੍ਰਾਮ ਪੰਚਾਇਤ ਏਕ ਨੂਰ ਯੂਥ ਸਪੋਰਟਸ ਕਲੱਬ ਪੰਚਾਇਤ ਅਤੇ NRI ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਇਹ ਛੇਵਾਂ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਬਿਰਾਜਮਾਨ ਮੇਰੇ ਸਾਰੇ ਸਤਿਕਾਰਯੋਗ ਸੀਨੀਅਰ ਆਗੂ ਸਾਹਿਬਾਨ ਪਿੰਡ ਦੇ ਹਲਕੇ ਦੇ ਔਰ ਦਰਸ਼ਕ ਵੀਰ ਖਿਡਾਰੀ ਵੀਰ ਇੱਥੇ ਪਹੁੰਚੇ ਆ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੈਚ ਦਾ ਆਨੰਦ ਲੈਣ ਵਾਸਤੇ ਆਏ ਹੋ ਮੈਂ ਕੋਈ ਲੰਬਾ ਸ਼ਬਦ ਨਹੀਂ ਕਹਿਣਾ ਮੈਂ ਤਾਂ ਇੰਨੀ ਬੇਨਤੀ ਕਰਦਾ ਕਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੇਵੇ ਇਹ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਇਹ ਦੇਸ਼ ਦਾ ਨਾਂ ਚਮਕਾਉਣ ਇਸ ਧਰਤੀ ਦਾ ਨਾਂ ਚਮਕਾਉਣ ਇਹਨਾਂ ਹੀ ਸ਼ਬਦਾਂ ਨਾਲ ਮੈਂ ਜੋ ਕਲੱਬ ਹੈ ਏਕ ਨੂਰ ਉਹਨੂੰ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ 50,000 ਰੁਪਈਆ ਅਤੇ 1,00,000 ਰੁਪਈਆ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ ਸਰਬ ਦਿਆਲ ਸਾਂਝੀ ਜਗ੍ਹਾ ਹੈ ਇੱਥੇ ਉੱਥੇ ਇਹਨਾਂ ਨੇ ਕੋਈ ਸਥਾਨ ਬਣਾਉਣਾ ਜਗ੍ਹਾ 'ਚ ਮੈਨੂੰ ਜੋ ਪੰਚਾਇਤ ਨੇ ਦੱਸਿਆ ਉਹ ਅਖਤਿਆਰੀ ਫੰਡਾਂ ਵਿੱਚੋਂ ਅਤੇ ਉਸ ਦੇ ਨਾਲ ਨਾਲ ਜੋ ਹਲਕੇ ਦੇ ਵਿਕਾਸ ਦੇ ਫੰਡ ਹੈ ਕਿਉਂਕਿ ਇਹ ਵੀ ਮੇਰੇ ਕੋਲ ਜਿੱਥੋਂ ਹਲਕੇ ਦੇ ਆਉਂਦੇ ਆ ਉਹ ਵੀ ਮੈਂ ਵੰਡ ਕੇ ਦਿੰਦਾ ਇਸ ਪਿੰਡ ਲਈ 2,00,000 ਰੁਪਈਆ ਗਲੀਆਂ ਨਾਲੀਆਂ ਵਾਸਤੇ ਦਿੰਦਾ ਪੈਸੇ ਮੇਰੇ ਕੋਲ ਪਹੁੰਚ ਚੁੱਕੇ ਹੈ ਅਤੇ ਉਹ ਸੋਢੀ ਸਾਹਿਬ ਹੋਰੀ ਔਰ ਉੱਧਰ ਪੰਜ ਗ੍ਰਹਿ ਵਾਲੇ ਸਤਨਾਮ ਸਿੰਘ ਹੋਰੀ ਰਲ ਕੇ ਇਸ ਹਲਕੇ ਦੇ ਵਿੱਚ ਵੰਡਦੇ ਹੈ ਉਹ ਆਪਦੇ ਇਹਨਾਂ ਨੂੰ ਕੱਲ੍ਹ ਨੂੰ 30,30,000 ਰੁਪਇਆ ਦੇ ਦੇਣਾ ਇਹਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਵਾਈਜ਼ 2,00,000 ਰੁਪਇਆ ਆਪਦੇ ਇੱਧਰ ਰੱਖ ਲਿਓ ਅਤੇ 1,50,000 ਰੁਪਇਆ ਮੇਰੇ ਫੰਡ ਵੀ ਅੱਜ ਆ ਗਿਆ ਉਹਦੇ ਵਿੱਚੋਂ ਇੱਕ ਤਾਂ ਪਿਛਲਾ ਰਹਿੰਦਾ ਸੀ ਆਪਣਾ ਉਹ ਚੈੱਕ ਆ ਗਿਆ ਉਹ ਤੁਹਾਨੂੰ ਕੱਲ੍ਹ ਨੂੰ ਦੇ ਦਿਆਂਗੇ ਅਤੇ ਆਹ ਜਿਹੜੇ ਦੂਸਰੇ ਹੈ ਇਹ ਮੈਂ 31 ਮਾਰਚ ਤੋਂ ਬਾਅਦ ਜਿਹੜੇ ਅੱਜ ਬੋਲੇ 31 ਮਾਰਚ ਤੋਂ ਬਾਅਦ ਪਾ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਸਰਦਾਰ ਮਨਤਾਰ ਸਿੰਘ ਜੀ ਬਰਾੜ ਮੁਖ ਸੰਸਦੀ ਸਕੱਤਰ ਪੰਜਾਬ ਸਰਕਾਰ ਜੋ ਸਾਡੇ ਛੋਟੇ ਜਿਹੇ ਸੱਦੇ ਤੇ ਹੈਲੋ ਇੱਥੇ ਪਹੁੰਚੇ ਆਪਣੇ ਰਜੇਵੇਂ ਭਰੇ ਸਮੇਂ ਦੇ ਜੋ ਸਮਾਂ ਕੱਢ ਕੇ ਦੋਨੋਂ ਟੀਮਾਂ ਹੋਣਗੀਆਂ ਜਲਦੀ ਦੇ ਨਾਲ
मैं बेनती है आग्या तां लई है कि मेरे रझेवे बहुत है कल नूं मेरे ते जिम्मेवारी जैतो की भी कोटकपुरे की भी फरीदकोट की भी कल दे बाल साहब ने आना है तीन प्रोग्राम रखे हुए है तिना दे जिम्मेवारी है ते इस करके मैं उत्थे जाके प्रबंध अज करवाए भी है बंदियां नूं विसनेहा लाए है ते पिंडां च नहीं लाए क्योंकि व्यापारियों के कल्यां दे इकट्ठ करने आ उत्थे कल्ले व्यापारियों दे इस करके थोनू मैं स्नेहा नहीं लाया इसलिए तुसीं इस गल नूं पिंड वाले महसूस भी ना करो भी बाल साहब ने उन्हां नाल स्नेहा नहीं लाया सिर्फ व्यापारियों नाल संबंधित मीटिंगां हैगियां ते इस करके उन्हां दा प्रबंध फिर वेखणा जाके इसलिए छेती अग्गे लैणी दोनों टीमां लैण फुण गईआं उधर बूटे बगराड़ी नूं विशेष तौर ते मान सन्मान दित्ते जाणगे इधर सरदार मनतार सिंह जी बराड़ मुख संसदी सकत्तर बहुत ही सत्कारयोग शिशित ने और जिथे सियासत की गल है उत्थे कबड्डी दे नाल भी जुड़े है असीं बहुत बहुत धन्नवाद करदे हां विशेष तौर ते सरदार मनतार सिंह जी बराड़ साहब उन्हां दा समुची नगर पंचायत वालों एक नूर यूथ क्लब के वालों बहुत बहुत धन्यवाद जी आयां नूं वेलकम किया जा रहा है उधर माया के गफे भी अपने कोटे के साड़ी नगर पंचायत नूं क्लब नूं जिहड़े भेजे गए ने और किट्टां भी वंडियां गई हैं ते कबड्डी के मैच भी बड़े तकड़े चल रहे हैं उधर कबड्डी 365.com के जरिए जिन्हें भी साढ़े वीर जुड़े ने सारे वीर का बहुत बहुत धन्यवाद है इधर मैदान के दोनों टीम एक कसोवाणा दूसरी साइड लंडे बाबा भगवान दास क्लब लंडिया की टीम पानी ते मूसपरे ग्राउंड दे विच पुजदी कीती जावे दोनों टीम अगे आ जाणगे एक यादगारी स्नैप दोनों टीम अगे आ जाण वीर जी दोनों टीम जल्दी दोनों टीम अगे आ जाण एक यादगारी स्नैप सो दोनों टीम सरदार मनतार सिंह जी बराड़ मुख संसदी सकत्तर पंजाब सरकार पानी सरदार मनतार सिंह जी सोढ़ी सरपंच ढलवां कलां और होर पतवंती सज्जना नाल जो यादगारी तस्वीर है करवा रही हैं सरदार मनतार सिंह जी बराड़ के नाल सत्कार जो सरदार मुख्तियार सिंह जी जनेरियां PA2 सरदार मनतार सिंह बराड़ू पहुंचे उन्होंने भी असं जियो आया आखते हैं उन्होंने भी धन्यवाद करते हैं सो बहुत बहुत धन्यवाद सरदार मनतार सिंह बराड़ का हाँ जी जिन्होंने अपने अख्तियारी फंड विचों खुले गफे सानू जो दिते है दोनों टीम सैडा लैनगियां पानी ते मूव स्प्रे साडे प्रबंधक ग्राउंड के पुजदी करनगे आ मैच बड़ा तकड़ा खेडा जाना मैदान के जेकर शेर बनाउणा धौले मोटे कर लै तू जे स्टार खाउणा हत्थां नूं पक्के कर लै तू खिडारी अते पुजारी दा कम उठना चार बजे उठ सवेरे ग्राउंडा वाला रस्ता फड़ ला तू जिन्ना मंजिल पाउनी ओना डरदे झखड़ा तो शूक दे तफाना मूहरे हिक्का तणदे देखे ने खेड त्याग के नशे जो खेड़दे ने मां खेड़ कबड्डी नूं भदौड़ वालिया कौडियों हीरे बणदे देखे ने भदौड़ वालिया कौडियों हीरे बणदे देखे ने अज कड़ी टीम जित दा सिरा अपने सिरे बनेगी इत समय की वेट करांगे पानी जरूर मैदान दे विच पुजदा कीता जावे पानी ते मूसपरे रमानिया की टीम अपनी चाबी लजे आके साडे प्रबंधक वालों सुखदेव सिंह जी बराड़ साहब पहली रेड के उपर 100 रुपया ला रहे हैं बाबा धन्यवाद है दोनों टीम सैडा लैन गई आपो अपनिया दोनों टीम बेनती है भी आपो अपनिया सैडा ले लैन साउंड वाला वीर मेरे नाल जरूर राबता कायम करेगा साउंड वाला वीर इस तो अगे मैं जरा खेडा जाना ढुड्डी ते रमाणा अजीत सिंह ये भी दोनों टीम अपनी तैयारी फल लैन रमाणा अजीत सिंह ते ढुड्डी दी टीम अगले मैच वास्ते अपनी तैयारी फंड गईआं सो आ मैच जरा एक पासे कसोवाणा ते दूसरे पासे लंडे लंडिया की टीम बूटे बगराड़ी विशेष तौर पर स्टेज तो मान सन्मान जिहड़े दिते जा रहे हैं समुचे एक नूर यूथ क्लब के वलों साउंड वाला वीर थोड़ी जी शार्प घटा दे थोड़ी जी विसल वजदी आ थोड़ी जी घटा दो मेरे वीर थोड़ी विसल बंद कर दो बहुत प्यारी साउंड है घटा दो वीर जी वधाना
ग्राउंड च पानी पुजदा कर दो जी, पानी सुप्रबंधकों वास्ते भी खिलाड़ियों वास्ते भी पुजदा करना। और जिहड़ा मैच वीर जी विसल थोड़ी जी घटा दो कि साढ़े यार ही रंग मुकया। उधरले पासे लंडिया की टीम है जी, ये पिंड वाले पासे पुज चुकी है। कसुआ ने पिंड की टीम है जी, ये मेरे भी जो गुरु घर की साइड है। अगलिया टीम ढुड्डी ते रमाणा अजीत सिंह दी टीम अपनी तैयारी फड़ लईआं। पहली कबड्डी मैदान दे विच गुरलाल सिंह नाम है इस खिलाड़ी का। लो सामने पई रेड और चार जाफी बिल्कुल तैयार ने। चौहा दे विच दीपा दीपा लंडा दा सितार रहा। आ निक्का बोड़ा मेरे वीरो दो बोड़े कबड्डी खेडदे है, एक निक्का बोड़ा एक वड्डा बोड़ा। लो सामने पॉइंट जिहड़ा इस समय धावी दे हिस्से जा जुड़े है। इधर टेकिया धरती मां नूं मत्था और सामने कबड्डी पाउण दे वास्ते जज दा पिंड कहंदे वी रण सिंह वाला है। मैं पुछिया तेरे पिता दा नां की है, कहना सरदार जरनैल सिंह है। लो सरदार जरनैल सिंह दा सपुत्र मेरे भीओ जज रण सिंह वाल दी धरती दा मैदान दे विच कबड्डी पाउंदा होया। चार जाफियां दे विचों होर देखांगे बलकरण सिंह ट्राई करदा जां फिर काका ट्राई करदा। लो बलकरण सिंह दे नाल पंगा सख्त पै गया मेरे भीओ। उधर बलकरण सिंह ने जज्जी नूं जफा लाया, अंक अपनी टीम दे वास्ते जोड़ दिता। हल्की सट महसूस कर रहे हैं, मालिक मेरा भरिया सिर ते हाथ रखे, किसी के खिलाड़ी के फुल च नहीं सट ना लगे कि आवे कोई संत महात्मा जो रोके वजन सट्टा नू। गज गज हो जान चौड़िया छातियां, कदे नजर ना लगे मोटिया पट्टा नू। बीजे हो जान खुले डुले, कोई रोके हंजुआ ते कट्टा नू। बसंत सिया फिर सारे भाई एक हो जान ते कोई ना कटे कदे किसी दियां लत्तां नू। लाओ सिख सरदार इधर गगन गगन कबड्डी पाउंदा प्रधान साहब, इधरली साइड आ जाओ। इधर मुंडे साना वर्गे है कि टक्कर होगी शेरां दी, खड़ के देखू गुल जमाना। केवल कप ओयो जतनगे जिन्हां दे डौलिया पट्टा विच जन। पॉइंट धावी दा है, जो फैसला रैफरी का फैसला अंतम है। उधर सुखदेव सिंह जी बराड़ साहब लखे की पहली रेड से जी पई सी कसुआने की पानी पहुंचा देन स्टेज आले वीरां, पानी वीरां बेनती स्टेज से पानी पहुंचा देन। चल भी लखिया पा भी कबड्डी नौजवान है। इधरले पासे लखा टेकदा धरती मां नूं मत्था। मैदान दे विच लखे की कबड्डी पै चुकी है। चार जाफियां दे विच होर देखांगे कि लगे शेर बेले विच बुकदा। खुला कर दिओ मैदान गभरू लगा कौडी पाउण जी, इहनूं जाने कुल जहान। एक पासे दीपे नूं पूरी दुनिया जानदी है और लखा पॉइंट लैके वापस जांदा है। कसुआने दी टीम वास्ते बहुत ही तगड़ा पॉइंट जिहड़ा जोड़ चुके है। इधरले पासे अगली कबड्डी फिर देखिए मैदान दे विच पै चुकी है। बल्ली बल्ली कबड्डी पाउंदा होया लंडिया दी धरती दा बल्ली इस समय मैदान दे विच कबड्डी पा रहे हैं। चार जाफी चौहा विचों हुण देखांगे। इधर मेरे वीरो पंगा सख्त पै गया काके दे नाल, पर देव दयालपुरे दा फैसले करदा। पॉइंट धावी दा। अगलियां टीमां भी अपनी तैयारी फल लैन। अगले मैच दियां टीमां ढुड्डी ते रमाणा अजीत सिंह वाला, दोनों टीमां नूं असीं बेनती करदे आ भी दोनों टीमां अगले मैच दियां अपने आप नूं तैयार रखणगियां। उधर गगन एक जोगे वालिया गगन मशहूर है। उधर निक्का बोड़ लंडिया की धरती का गगन नूं जफा ला के अंक अपनी टीम दे वास्ते जोड़दा। उधर दर्शकों दीआं कलकारियां ते थोड़िया थोड़िया तारियां इन्हां कलकारियां नूं हौसला दे रही है। इधर सरामा पिंड दा अमन दो सके भरा कबड्डी खेडदे है, एक अमन है एक सतनाम है। लो अमन सरामा की धरती का मैदान दे विच कबड्डी पाउंदा। उधर बलकरण सिंह ने बगल भरी मेरे वीरियो और अंक बलकरण सिंह ने अपनी टीम दे वास्ते जोड़ दिता है। चल भी लखिया पा भी कबड्डी सोहणिया।
आपो अपने दान जाफिया दे कोई भज के तेनू चुकदा है कोई मार के कैंची हाथ छड़े कोई मन्या फड़ाक गुटदा है कोई गुरु दे दसे हुए दान लाउंदा कोई अपने दान नाल गुटदा है कोई मार के तौल बगल भरदा कोई पुठी पा कैंची डंडा डुकदा है अज पता लगू भदौड़ वालिया कप सोहने रंगा किहड़ा चुकदा है ते कप सोहने रंगा किहड़ा चुकदा है अज पता लगना भी कौन कप चुकदा इस खेड मेले का कौन मेरे भी उत्तम रहा उधर पई रेड आप देखा जजी की रेड से काका ट्राई करता एक पासे काका एक पासे जज लो सामने गया भज ना हो जजी से है ना हो जजी से है नहीं हो रीस है और पॉइंट इस समय जज रण सिंह वाले पिंड का मेरे भी लंडा वास्ते एक लखा जा पॉइंट जोड़ता उधर कहते भी रण सिंह वाले तो साडा वीर जस्सी अरमानप्रीत वाटरफिल्ट वाला पुजिया साढ़े वीर का बहुत बहुत धन्यवाद है इधर गगन पॉइंट लेके वापस जाना अपनी टीम के वास्ते उधर बल्ली लंडा की धरती का भावे मेरे वीर शरीर देखो इस करारी का दिख देखो भाई रेड देखो चार जाफी बिल्कुल तैयार ने एक कन्नी ते काका है दूसरी कन्नी ते कहते बलकरण सिंह है लो बलकरण सिंह का पंगा पै चुकया सख्त मित्रों मारिया धाउण दे विच हथ भरिया बगलां उड्डी धूड़ चप्पा 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 चरखा चरण वाली गल है और पॉइंट है समय कसोवन की टीम के हिस्से जा जुड़े है इस मुकाबले की समाप्ति हो चुकी है और टुड्डी तेरमाना अजीत सिंह टुड्डी तेरमाना अजीत सिंह दिया दोनों टीम जल्दी दे नाल मैदान दे विच पुजन गईयां टुड्डी तेरमाना अजीत सिंह कैसी टीम जेतू रही है जी पहले सैमीफाइनल चो मैनू दसना जी कसोवान की टीम जेतू रही है चलते हुए मैच चो सो इना टूरनामेंट विच धारीवाल परिवारां दा बहुत वड्डा सहयोग है साढ़े एक नूर यूथ क्लब नूं क्योंकि आउण वाले समय विच भी जो पहला प्राइज है वह भी धारीवाल परिवार स्वर्गवासी सरदार बचन सिंह धारीवाल के परिवार वालों टुड्डी तेरमाना सतपाल सिंह यूएसए उन्होंने परिवार वालों दिता जाना है और जो 75 किलो का पहला ते दूसरा इनाम है आने वाले टूरनामेंट का वह भी इसे धारीवाल परिवार वालों स्वर्गवासी सरदार तारा सिंह धारीवाल ते उन्होंने परिवार बलबीर सिंह रणजीत सिंह रमेश सिंह समूह परिवार वालों दिता जाना जल्दी के नाल पुज रही दोनों टीम टुड्डी तेरमाना दोनों टीम बेनती है भी जल्दी के नाल दोनों टीम मैदान के पुज जा टुड्डी तेरमाना दोनों टीमों बेनती है भी जल्दी पुजन गिया जल्दी के नाल टुड्डी तेरमाना दोनों टीमों बेनती करते हैं टुड्डी तेरमाना दोनों टीमों बेनती है दोनों टीमें पुजन गिया मैदान के दूजे सैमीफाइनल दिया दोनों टीमों असी वार वार कॉल कर रहे हैं भी दोनों टीम कदे नजर ही नहीं आ रही टुड्डी तेरमाना टुड्डी तेरमाना अजीत सिंह वाले की टीम है इन्हां टीमों असी वार वार अनाउंसमेंट कर रहे हैं भी जल्दी दे नाल दोनों टीम मैदान के पुज जान टुड्डी तेरमाना अजीत सिंह वाले दी टीम भाजी असी एक मिनट का समा दिने दोनों टीमों टुड्डी तेरमाना अजीत सिंह वाले दी टीम यह टीम जल्दी दे नाल मैदान के पुजेगी एक मिनट की कॉल है टुड्डी तेरमाना अजीत सिंह वाला हाँ जी टुड्डी तेरमाना अजीत सिंह वाला फिर असी कॉल करते हैं दूजे सैमीफाइनल दी टीम ने दोनों टीमों फिर बेनती है दोनों टीम जल्दी मैदान के पुज जा
ਢੁੱਡੀ ਤੇ ਰਮਾਣਾ ਬਾਜੀ ਇੱਕ ਮਿੰਟ ਦੀ ਕਾਲ ਆ ਦੋਨੋਂ ਟੀਮਾਂ ਨੂੰ ਕੀ ਨਾਮ ਬਾਜੀ ਇਹਨੇ ਖੁੱਲੇ ਨਹੀਂ ਖੁੱਲੇ ਨਹੀਂ ਖੁੱਲਾ ਦੇ ਢੁੱਡੀ ਤੇ ਰਮਾਣਾ ਢੁੱਡੀ ਤੇ ਰਮਾਣਾ ਸੁਖਦੇਵ ਸਿੰਘ ਬਰਾੜ ਜਿਹੜੀ ਟੀਮ ਪਹਿਲਾਂ ਆਊਗੀ 100 ਰੁਪਏ ਦਾ ਮਾਨ ਸਨਮਾਨ ਦੇਣਗੇ ਜਿਹੜੀ ਵੀ ਟੀਮ ਪਹਿਲਾਂ ਆ ਗਈ ਢੁੱਡੀ ਤੇ ਰਮਾਣਾ ਇੱਕ ਮਿੰਟ ਦੀ ਕਾਲ ਆ ਜੀ ਬਸ ਇੱਕ ਮਿੰਟ ਦਾ ਸੱਦਾ ਹੈ ਢੁੱਡੀ ਤੇ ਰਮਾਣੇ ਦੀਆਂ ਟੀਮਾਂ ਨੂੰ ਢੁੱਡੀ ਤੇ ਰਮਾਣਾ ਅਜੀਤ ਸਿੰਘ ਜਿਹੜੀ ਟੀਮ ਪਹਿਲਾਂ ਗਰਾਊਂਡ ਚ ਆਊ ਸੁਖਦੇਵ ਸਿੰਘ ਬਰਾੜ ਸਾਹਿਬ ਵੱਲੋਂ 100 ਰੁਪਇਆ ਦਿੱਤਾ ਜਾਵੇਗਾ ਢੁੱਡੀ ਤੇ ਰਮਾਣਾ ਅਜੀਤ ਸਿੰਘ ਟੀਮ ਪੂਰੀ ਪਹੁੰਚਣੀ ਚਾਹੀਦੀ ਹੈ ਬਾਜੀ ਇਕੱਲੇ ਪਲੇਅਰ ਨੂੰ ਪੈਸੇ ਨਹੀਂ ਮਿਲਣੇ ਜੀ ਅਸਲ ਹੈ ਸੱਚੀ ਗੱਲ ਆ ਵੀ ਸਾਰੀ ਟੀਮ ਨੂੰ ਕਹਿੰਦੇ ਅਸੀਂ ਪੈਸੇ ਦੇਵਾਂਗੇ ਜੇ ਪੂਰੀ ਟੀਮ ਪੁੱਜਦੀ ਆ ਤਾਂ ਢੁੱਡੀ ਤੇ ਰਮਾਣਾ ਅਜੀਤ ਸਿੰਘ ਕਿਹੜੇ ਪਾਸੇ ਆ ਮਿੱਤਰੋ ਨਜ਼ਰ ਹੀ ਨਹੀਂ ਆ ਰਹੇ ਕਿਸੇ ਪਾਸੇ ਢੁੱਡੀ ਵਾਲਾ ਰਮਣਾ ਤੇ ਪੁੱਜ ਗਿਆ ਉਹਨਾਂ ਦੀ ਪੂਰੀ ਟੀਮ ਨੂੰ ਬੇਨਤੀ ਆ ਵੀ ਸਾਰੀ ਟੀਮ ਆਵੇ ਜਲਦੀ ਰਮਾਣਾ ਅਜੀਤ ਸਿੰਘ ਰਮਾਣੇ ਅਜੀਤ ਸਿੰਘ ਦੀ ਟੀਮ ਨੂੰ ਵੀ ਬੇਨਤੀ ਅਸੀਂ ਵਾਰ ਵਾਰ ਕਰ ਰਹੇ ਹਾਂ ਬਾਜਾ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਬਾਜੀ ਅਸੀਂ ਕਾਫੀ ਦੇਰ ਤੋਂ ਗੱਲਾਂ ਕਰ ਰਹੇ ਹਾਂ ਦਰਸ਼ਕ ਵੀਰ ਤੁਹਾਡੇ ਮੈਚ ਦੇਖਣ ਵਾਸਤੇ ਆਏ ਹੈ ਸਵੇਰ ਤੋਂ ਲੈ ਕੇ ਗਰਾਊਂਡ ਦੇ ਨਾਲ ਪੂਰਾ ਪਿਆਰ ਦਿੱਤਾ ਸਤਿਕਾਰ ਦਿੱਤਾ ਖਿਡਾਰੀਆਂ ਨੂੰ ਸੋ ਪਲੀਜ਼ ਬੇਨਤੀ ਹੈ ਵੀ ਆਪਣੇ 2 ਮੈਚ ਬਾਕੀ ਹੈ ਸੋ ਜਲਦੀ ਦੇ ਨਾਲ ਢੁੱਡੀ ਤੇ ਰਮਾਣਾ ਅਜੀਤ ਸਿੰਘ ਦੋਨੋਂ ਟੀਮਾਂ ਮੈਦਾਨ ਦੇ ਵਿੱਚ ਪੁੱਜ ਜਾਣ ਜਲਦੀ ਦੇ ਨਾਲ ਦੋਨੋਂ ਟੀਮਾਂ ਨੂੰ ਬੇਨਤੀ ਹੈ ਅਸੀਂ ਕਾਫੀ ਦੇਰ ਤੋਂ ਅਨਾਊਂਸਮੈਂਟ ਕਰ ਰਹੇ ਹਾਂ ਆਓ ਵੀ ਮਿੱਤਰੋ ਕਿਹੜੇ ਪਾਸੇ ਹੋ ਅਸੀਂ ਕੱਟ ਨਹੀਂ ਜਾਵਾਂਗੇ ਜੀ ਹੁਣ ਬਸ ਆਪਾਂ 1 ਮਿੰਟ ਘੜੀ ਤੇ ਗੁਰਮੁਖ ਸਿਆ ਲਾ ਵੀ ਟਾਈਮ 1 ਮਿੰਟ ਦੀ ਕਾਲ ਆ ਉਧਰ ਪਰਗਟ ਸਾਡਾ ਵੀਰ ਵੀ ਕਹਿੰਦਾ ਵੀ 1 ਮਿੰਟ ਲਾ ਦਿੱਤਾ ਘੜੀ ਤੇ 1 ਮਿੰਟ ਦਾ ਸਮਾਂ ਲੱਗਿਆ ਢੁੱਡੀ ਤੇ ਰਮਾਣਾ ਅਜੀਤ ਸਿੰਘ ਦੋਨੋਂ ਟੀਮਾਂ ਵਾਸਤੇ ਬੜਾ ਤਕੜਾ ਮੈਚ ਖੇਡਿਆ ਜਾਣਾ ਹੈ ਮੈਦਾਨ ਦੇ ਵਿੱਚ ਉਧਰ ਸਰਦਾਰ ਲਕਸ਼ਮਣ ਸਿੰਘ ਜੀ ਐਸ ਆਈ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨੇ ਇੰਟਰਨੈਸ਼ਨਲ ਪੱਧਰ ਦੇ ਹੈਂਡਬਾਲ ਦੇ ਪਲੇਅਰ ਨੇ ਉਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਹੈ ਢੁੱਡੀ ਵਾਲੇ ਸੱਜਣ ਪੁੱਜ ਗਿਆ ਲਾ ਵੀ ਲੱਖਿਆ ਆ 100 ਰੁਪਇਆ ਮਾਇਆ ਦੇ ਗੱਫੇ ਤੁਹਾਡੀ ਟੀਮ ਦੇ ਹੈ ਉਧਰ ਬਰਾੜ ਸਾਹਿਬ ਨੇ ਭੇਜੇ ਸੀਗੇ ਕਿਉਂਕਿ ਤੁਹਾਡੀ ਟੀਮ ਚੁੱਕੀ ਹੈ ਪਹਿਲਾਂ ਇਹ 100 ਰੁਪਇਆ ਵੀ ਤੁਹਾਡੀ ਟੀਮ ਵਾਸਤੇ ਹੈ ਰਮਾਣਾ ਸਿੰਘ ਰਮਾਣਾ ਅਜੀਤ ਸਿੰਘ ਦੀ ਟੀਮ ਨੂੰ ਅਸੀਂ ਫੇਰ ਬੇਨਤੀ ਕਰਦੇ ਹਾਂ ਸਰਦਾਰ ਲਕਸ਼ਮਣ ਸਿੰਘ ਜੀ ਢਿੱਲੋਂ ਸਬ ਇੰਸਪੈਕਟਰ ਪੰਜਾਬ ਜੋ ਇਸੇ ਹੀ ਪਿੰਡ ਦੇ ਜੰਪਲ ਹੈ ਔਰ 6-7 ਵਾਰ ਉਹ ਜੋ ਹੈਂਡਬਾਲ ਹੈ ਨੈਸ਼ਨਲ ਖੇਡ ਚੁੱਕੇ ਉਹ ਵੀ ਇੱਥੇ ਬਿਰਾਜਮਾਨ ਹੋਏ ਹੈ ਤਸ਼ਰੀਫ ਲਿਆਏ ਆ ਅਸੀਂ ਇਹ ਕਨੂਰ ਯੂਥ ਕਲੱਬ ਵੱਲੋਂ ਉਹਨਾਂ ਨੂੰ ਝੋਆਇਆ ਆਖਦੇ ਹਾਂ ਧੰਨਵਾਦ ਕਰਦੇ ਹਾਂ ਸਰਦਾਰ ਲਕਸ਼ਮਣ ਸਿੰਘ ਜੀ ਢਿੱਲੋਂ ਸਬ ਇੰਸਪੈਕਟਰ ਪੰਜਾਬ ਪੁਲਿਸ ਆਓ ਵੀ ਦੋਨੋਂ ਟੀਮਾਂ ਇੱਕ ਪਾਸੇ ਢੁੱਡੀ ਤੇ ਦੂਸਰੇ ਪਾਸੇ ਰਮਾਣਾ ਜੀਤ ਸਿੰਘ ਦੀ ਟੀਮ ਹੈ ਸੋ ਅਸੀਂ ਬੇਨਤੀ ਕਰਾਂਗੇ ਵੀ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਹੈ ਸੋ ਕਿਰਪਾ ਕਰਕੇ ਉਹ ਕਿਰਪਾ ਕਰਕੇ ਗਰਾਊਂਡ 'ਚ ਬਾਹਰ ਹੋਣਗੇ ਬਈ ਲਾਈਟਾਂ ਵਾਲਾ ਸੱਜਣਾ ਬਾਜੀ ਲਾਈਟਾਂ ਚਲਾਓ ਅਸੀਂ ਤਾਂ ਹੀ ਮੈਂ ਕਹਿੰਦਾ ਉਹਨਾਂ ਵੇਲੇ ਦੇ ਕੰਮ ਪ੍ਰਗਟ ਸਿਆ ਕਿ ਵੇਲੇ ਦੀਆਂ ਟੱਕਰਾਂ ਸੋ ਟਾਈਮ ਦੇ ਨਾਲ ਜਿਹੜਾ ਕੰਮ ਹੋ ਜੇ ਉਹਦੇ ਕੋਈ ਰੇਸ ਨਹੀਂ ਹੁੰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਰਸ਼ਕ ਵੀਰੋ ਰੌਲਾ ਨਹੀਂ ਪਾਉਣਾ ਰੌਲਾ ਨਹੀਂ ਪਾਉਣਾ ਰੌਲਾ ਨਹੀਂ ਪਾਉਣਾ ਰੌਲਾ ਨਹੀਂ ਪਾਉਣਾ ਮੇਰੇ ਵੀਰ ਆਪਾਂ ਮੈਚ ਸ਼ੁਰੂ ਕਰਦਾ ਲਾਈਟਾਂ ਵੀ ਸ਼ੁਰੂ ਕਰਨ ਜਾ ਰਹੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਧਰ
ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਜਿੰਨੀ ਦੇਰ ਤੱਕ ਮੈਂ ਸਟਾਰ ਹੋਣਾ ਉਨੀ ਦੇਰ ਤੱਕ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰ ਜਾਣਾ। ਕਿਹੜੇ ਕਿਹੜੇ ਸੱਜਣ ਆਪਣੇ ਮਾਂ ਬਾਪ ਨੂੰ ਪਿਆਰ ਕਰਦੇ ਆ, ਜਿਹੜੇ ਜਿਹੜੇ ਸੱਜਣ ਆਪਣੇ ਮਾਂ ਬਾਪ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਮਾਰ ਕੇ ਦੱਸਣਗੇ ਮੈਨੂੰ, ਜਿਹੜੇ ਜਿਹੜੇ ਸੱਜਣ ਮਾਂ ਬਾਪ ਨੂੰ ਪਿਆਰ ਕਰਦੇ ਆ। ਇੱਕ ਸ਼ੇਰ ਸੁਣਾਉਣ ਲੱਗਿਆ, ਜੇ ਗੱਲ ਚੰਗੀ ਲੱਗੀ ਤਾੜੀ ਫੇਰ ਪਾਉਣੀ ਹੈ, ਜੇ ਗੱਲ ਨਾ ਚੰਗੀ ਲੱਗੀ ਆਪਾਂ ਫੇਰ ਮਿਹਨਤ ਕਰ ਲਾਂਗੇ। ਕਿ ਜਿਹਨੇ ਜਿਉਂਦੇ ਮਾਂ ਬਾਪ ਦੀ ਦਿਲੋਂ ਸੇਵਾ ਕੀਤੀ ਨਹੀਂ ਤੇ ਉਹਨੂੰ ਜੱਗ ਕਰਾਉਣ ਦਾ ਕੀ ਫਾਇਦਾ, ਜਿਹਨੇ ਜਿਉਂਦੇ ਮਾਂ ਬਾਪ ਨੂੰ ਰੋਟੀ ਦਿੱਤੀ ਨਹੀਂ ਉਹਨੂੰ ਮਗਰੋਂ ਜਲੇਬੀਆਂ ਪਕਾਉਣ ਦਾ ਵੀ ਕੀ ਫਾਇਦਾ, ਤੇ ਜਿਹਨੇ ਜਿਉਂਦੇ ਮਾਂ ਬਾਪ ਦੇ ਚਰਨਾਂ ਤੇ ਮੱਥਾ ਟੇਕਿਆ ਨਹੀਂ ਉਹਨੂੰ ਤੀਰਥਾਂ ਤੇ ਨੱਕ ਘਸਾਉਣ ਦਾ ਵੀ ਕੀ ਫਾਇਦਾ, ਤੇ ਸੁਖਚੈਨ ਬਰਾੜਾ ਜਿਹਨੇ ਰੁੱਸੇ ਮਾਂ ਬਾਪ ਨੂੰ ਮਨਾਇਆ ਹੀ ਨਹੀਂ ਤੇ ਉਹਨੂੰ ਰੁੱਸਿਆ ਰੱਬ ਮਨਾਉਣ ਦਾ ਵੀ ਕੀ ਫਾਇਦਾ, ਤੇ ਉਹਨੂੰ ਰੁੱਸਿਆ ਰੱਬ ਮਨਾਉਣ ਦਾ ਵੀ ਕੀ ਫਾਇਦਾ। ਤਾੜੀ ਮਾਰ ਦੋ ਮੇਰੇ ਵੀਰ, ਬਸ ਆਪਾਂ ਲਾਈਟਾਂ ਚਲਾ ਰਹੇ ਹਾਂ, ਮੈਚ ਸ਼ੁਰੂ ਕਰਨ ਜਾ ਰਹੇ ਹਾਂ। ਸਾਊਂਡ ਵਾਲਾ ਸੱਜਣ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰ ਲਏ ਮੇਰਾ ਵੀਰ, ਸਾਊਂਡ ਥੋੜ੍ਹਾ ਜਿਹਾ ਬੇਸ ਦੇ ਦੇ ਯਾਰ, ਛਣਕਾਰ ਘਟਾ ਦੇ ਵੀਰੇ ਥੋੜ੍ਹਾ ਜਿਹਾ ਬੇਸ ਦੇ ਦੇ ਤੇ ਛਣਕਾਰ ਜਿਹੜੀ ਆ ਤੇਰੀ ਵਸਲ ਆ ਉਹ ਥੋੜ੍ਹੀ ਜਿਹੀ ਘਟਾ ਦੇ। ਫਿਰ ਲਾਈਟਾਂ ਚੱਲ ਪਈਆਂ, ਮੈਚ ਸ਼ੁਰੂ ਹੋਣ ਜਾ ਰਿਹਾ, ਤਾੜੀ ਮਾਰ ਦਿਓ ਮੇਰੇ ਵੀਰ ਖੁੱਲ ਕੇ। ਉੱਧਰ ਲਾਈਟਾਂ ਚਲਾ ਰਹੇ ਸਾਡੇ ਪ੍ਰਬੰਧਕ ਵੀਰ ਤੇ ਫਿਰ ਆਪਾਂ ਕਬੱਡੀ ਦੇ ਨਾਲ ਜੁੜਾਂਗੇ ਤੇ ਕੱਲੀ ਕੱਲੀ ਰੇਡ ਤੇ ਕੱਲੇ ਕੱਲੇ ਜਫੇ ਦੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਬਸ ਵੀਰ ਜੀ ਇੱਥੇ ਰੱਖੋ, ਆ ਗਈ ਲੈਂਡ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਉੱਧਰ ਜੇਈ ਸਾਹਿਬ ਗੁੱਸੇ ਹੋ ਗਏ ਸੀਗੇ, ਅਸੀਂ ਉਹਨਾਂ ਨੂੰ ਮਨਾ ਲਿਆ, ਲੈਂਡ ਆ ਗਈ ਹੈ ਔਰ ਦੋਨੋਂ ਟੀਮਾਂ ਆਪੋ ਆਪਣੀਆਂ ਸਾਈਡਾਂ ਲੈਣਗੀਆਂ। ਦੋਨੋਂ ਟੀਮਾਂ ਨੂੰ ਬੇਨਤੀ ਹੈ ਔਰ ਮੈਚ ਜਲਦੀ ਦੇ ਨਾਲ ਸ਼ੁਰੂ ਕੀਤਾ ਜਾਣਾ ਹੈ ਕਿ ਮਾਣ ਨਾ ਕਰੀਏ ਤਾਕਤ ਤੇ, ਉਹ ਮਾਣ ਕੀਤਾ ਛੇਤੀ ਟੁੱਟ ਜਾਂਦਾ। ਬੰਦਾ ਰਗੜਿਆ ਜਾਵੇ ਚੋਟੀ ਦਾ ਕਈ ਵਾਰ ਮਾਰਾ ਤਗੜੇ ਨੂੰ ਗੁੱਟ ਜਾਂਦਾ। ਵਿੱਚ ਜਵਾਨੀ ਚੋਬਰ ਹੁੰਦੇ ਇੱਕ ਤੋਂ ਵੱਧ ਕੇ ਇੱਕ, ਬੱਛੋਆਣੀਆਂ ਸੋਚ ਕੇ ਥਾਪੜੀਏ ਬਗਾਨਿਆਂ ਮੂਹਰੇ ਹਿੱਕ, ਬੱਛੋਆਣੀਆਂ ਸੋਚ ਕੇ ਥਾਪੜੀਏ ਬਗਾਨਿਆਂ ਮੂਹਰੇ ਹਿੱਕ। ਇੱਧਰ ਬਗਾਨੇ ਪੁੱਤਾਂ ਦੀ ਗੱਲ ਹੈ, ਮੈਦਾਨ ਦੇ ਵਿੱਚ ਤਕੜੀ ਕਬੱਡੀ ਖੇਡੀ ਜਾਣੀ ਹੈ, ਥੋੜ੍ਹੀ ਜਿਹੀ ਰੇਸ਼ ਦੇ ਦਿਓ ਭਾਅ ਜੀ, ਲਾਈਟਾਂ ਮੱਧ ਮਾਈਆਂ, ਥੋੜ੍ਹੀ ਜਿਹੀ ਰੇਸ਼ ਦੇ ਦਿਓ ਜੀ, ਕਰੋ ਜੀ ਮੈਚ ਸ਼ੁਰੂ। ਦੋਨੋਂ ਟੀਮਾਂ ਸਾਈਡਾਂ ਲੈਣਗੀਆਂ ਆਪੋ ਆਪਣੀਆਂ। ਦੋਨੋਂ ਟੀਮਾਂ ਆਪੋ ਆਪਣੀਆਂ ਸਾਈਡਾਂ ਲੈਣਗੀਆਂ। ਅਫੀਸ਼ਲ ਵੀਰਾਂ ਨੂੰ ਬੇਨਤੀ ਹੈ ਵੀ ਮੈਚ ਜਿਹੜਾ ਜਲਦੀ ਦੇ ਨਾਲ ਸ਼ੁਰੂ ਕੀਤਾ ਜਾਵੇ, ਪਹਿਲਾ ਸੈਮੀਫਾਈਨਲ ਮੈਚ। ਸੈਕਿੰਡ ਸੈਮੀਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਮੈਦਾਨ ਦੇ ਵਿੱਚ ਆਪਾਂ ਤੱਕਾਂਗੇ। ਪਹਿਲਾ ਸੈਮੀਫਾਈਨਲ ਮੈਚ ਖੇਡਿਆ ਗਿਆ, ਕੱਸੋਆਣ ਦੀ ਟੀਮ ਆ ਜਿਹੜੀ ਫਾਈਨਲ ਦੇ ਵਿੱਚ ਪੁੱਜ ਚੁੱਕੀ ਹੈ। ਆ ਮੁਕਾਬਲੇ ਵਿੱਚੋਂ ਜਿਹੜੀ ਟੀਮ ਜਿੱਤੇਗੀ ਉਹ ਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਇਸ ਮੁਕਾਬਲੇ ਵਿੱਚ ਜਿਹੜੀ ਜਿੱਤੇਗੀ ਟੀਮ, ਲਓ ਜੀ ਜੇ ਗੱਲ ਸਤਿਕਾਰ ਦੀ ਹੈ ਚਾਹੇ ਪਿਆਰ ਦੀ ਹੈ, ਕਿਉਂਕਿ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਬਾਬੇ ਜੀ ਤਾਂ ਸਿੱਧੀ ਗੱਲ ਹੀ ਨਿਬੇੜਤੀ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਰੱਬ ਨੂੰ ਪਾਇਆ। ਮੈਨੂੰ ਫੋਨ ਆਇਆ ਕਹਿੰਦਾ ਵੀ ਮਾਪਿਆਂ ਦੇ ਨਾਲ ਪਿਆਰ ਨਹੀਂ ਸਤਿਕਾਰ ਹੁੰਦਾ, ਜੇ ਅਸੀਂ ਪਿਆਰ ਹੀ ਨਾ ਦਿਲ ਚੋਂ ਉੱਪਰ ਸਤਿਕਾਰ ਕਿੱਥੋਂ ਆਊ ਬਾਈ, ਦੱਸੋ ਜੇ ਮੈਨੂੰ, ਜੇ ਪਿਆਰ ਹੀ ਨਾ ਆਊ ਤੇ ਸਤਿਕਾਰ ਕਿੱਥੋਂ ਆਊ। ਇਹ ਸੱਚੀ ਗੱਲ ਹੈ, ਪਹਿਲਾਂ ਪਿਆਰ ਹੋਣਾ ਜ਼ਰੂਰੀ ਹੈ। ਬਾਬੇ ਨੇ ਸਾਡੇ ਬਾਬੇ ਦੀ ਬਾਣੀ 'ਚ ਲਿਖਿਆ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਮੁਰਸ਼ਦਾਂ ਨੂੰ ਮਨਾਇਆ ਉਹਨਾਂ ਨੇ ਪਹਿਲਾਂ ਬਾਈ ਜੀ ਉਹ ਤੱਤੀਆਂ ਤਵੀਆਂ ਤੇ ਬਹਿ ਕੇ ਬੰਦ ਬੰਦ ਤੇ ਕਟਵਾ ਲਿਆ, ਖੋਪੜ ਲਵਾ ਲਿਆ ਮੇਰੇ ਵੀਰੋ, ਪਰ ਸੀ ਨਹੀਂ ਕੀਤੀ ਕਿਉਂਕਿ ਉਹਨਾਂ ਦਾ ਪਰਮਾਤਮਾ ਦੇ ਨਾਲ ਪਿਆਰ ਸੀਗਾ, ਪਿਆਰ ਸੀਗਾ, ਪਿਆਰ ਹੁੰਦਾ। ਜੇ ਕਿਸੇ ਦਾ ਸੱਜਣ ਦਾ ਕਿਸੇ ਨਾਲ ਸੱਚਾ ਪਿਆਰ ਚੱਲਦਾ ਹੋਵੇ ਨਾ, ਇਹ ਸੱਚੀ ਗੱਲ ਹੈ,
ਉਹ ਬੰਦਾ ਉਸ ਬੰਦੇ ਦੀ ਖਾਤਰ ਜਾਨ ਦੇ ਦਿੰਦਾ ਜਾਨ। ਮੈਂ ਅਖਬਾਰਾਂ 'ਚ ਰੋਜ਼ ਪੜ੍ਹਦਾ। ਚਲੋ ਜੀ ਮੈਚ ਸ਼ੁਰੂ ਕਰੋ ਜੀ। ਦੋਨੋਂ ਟੀਮ ਸਾਈਡਾਂ ਲੈਣਗੀਆਂ ਆਪੋ ਆਪਣੀਆਂ। ਇੱਕ ਪਾਸੇ ਟੁੱਡੀ ਪਿੰਡ ਦੀ ਟੀਮ ਹੈ, ਇਹ ਟੀਮ ਜਿਹੜੀ ਗੁਰਦੁਆਰੇ ਦੀ ਸਾਈਡ ਪੁੱਜ ਚੁੱਕੀ ਹੈ, ਔਰ ਦੂਸਰੇ ਪਾਸੇ ਅਰਮਾਨਾ ਅਜੀਤ ਸਿੰਘ ਦੀ ਟੀਮ ਹੈ, ਇਹ ਟੀਮ ਪਿੰਡ ਵਾਲੇ ਪਾਸੇ ਪੁੱਜ ਗਈ ਹੈ। ਜੇ ਤੇ ਅੱਜ ਦੇ ਕਬੱਡੀ ਕੱਪ ਦਾ ਸਵਾਦ ਆਇਆ ਤੇ ਤਾੜੀ ਖੁੱਲ ਕੇ ਮਾਰ ਦੋ ਮੇਰੇ ਵੀਰ, ਮੈਚ ਆ ਵੀ ਬਹੁਤ ਤਕੜਾ ਲੱਗਣਾ। ਲਓ ਪਹਿਲੀ ਕਬੱਡੀ ਦੇ ਨਾਲ ਆਪਾਂ ਜੁੜਾਂਗੇ, ਔਰ ਪਹਿਲੀ ਕਬੱਡੀ ਕਿਸ ਟੀਮ ਦੇ ਹਿੱਸੇ ਹੈ ਔਰ ਇਹ ਸਾਡੇ ਅਫੀਸ਼ਲ ਜਲਦੀ ਦੇ ਨਾਲ ਵਿਸਲ ਮਾਰ ਕੇ ਮੈਚ ਦੀ ਸ਼ੁਰੂਆਤ ਕਰਨਗੇ। ਔਰ ਅਸੀਂ ਅੰਪਾਇਰ ਵੀਰਾਂ ਨੂੰ ਫੇਰ ਬੇਨਤੀ ਕਰਦੇ ਹਾਂ ਵੀ ਜਲਦੀ ਦੇ ਨਾਲ ਮੈਚ ਸ਼ੁਰੂ ਕਰਦੇ। ਦੋਨੋਂ ਟੀਮਾਂ ਬੜੀਆਂ ਸਤਿਕਾਰਯੋਗ ਨੇ, ਬੜੇ ਚੋਟੀ ਦੇ ਪਲੇਅਰ ਨੇ, ਸੋ ਜਲਦੀ ਦੇ ਨਾਲ ਮੈਚ ਸ਼ੁਰੂ ਕਰਿਓ ਕਿ ਫਰਸ਼ ਤੋਂ ਅਰਸ਼ ਤੇ ਪਹੁੰਚਣ ਲਈ ਮਿਹਨਤ ਕਰਨੀ ਪੈਂਦੀ ਏ, ਫੇਰ ਕਿਤੇ ਜਾ ਕੇ ਬਾਜੇ ਖਾਨੇ ਵਾਲਿਆ ਢਾਣੀ ਨਾ ਜਾ ਲੈਂਦੀ ਏ, ਵਿੱਚ ਮੈਦਾਨ ਦੇ ਭਿੜਨਾ ਪੈਂਦਾ ਵਾਂਗ ਰਸਾਨਾ ਦੇ, ਤਾਂ ਪਿੰਡ ਪਿੰਡ ਚਰਚੇ ਹੁੰਦੇ ਗੱਭਰੂ ਸ਼ੇਰ ਜਵਾਨਾਂ ਦੇ। ਸੋ ਪਾਣੀ ਵਾਲੇ ਵੀਰ ਨੂੰ ਬੇਨਤੀ ਆ ਵੀ ਪਾਣੀ ਪੁੱਜਦਾ ਕੀਤਾ ਜਾਵੇ। ਉਧਰਲੇ ਪਾਸੇ ਮੁਦਕੀ ਵਾਲਾ ਪੱਪੂ ਕਬੱਡੀ ਪਾ ਕੇ ਟੈਕਨੀਕਲ ਪੁਆਇੰਟ, ਵਾਹ ਸੋਹਣਿਆ, ਹੱਸਦਾ ਨੱਚਦਾ ਟੱਪਦਾ ਆਪਣੀ ਟੀਮ ਵਾਸਤੇ। ਪਹਿਲਾਂ ਡੇਢ ਪੁਆਇੰਟ ਮੁਦਕੀ ਵਾਲਾ ਪੱਪੂ ਢੁੱਡੀ ਦੀ ਟੀਮ ਵਾਸਤੇ ਜੋੜ ਚੁੱਕੇ ਹੈ। ਇੱਧਰ ਬਰਲਾਲ ਸਿੰਘ ਗੋਰਾ ਟੇਕਦਾ ਧਰਤੀ ਮਾਂ ਨੂੰ ਮੱਥਾ, ਔਰ ਚੁੰਮ ਕੇ ਮਿੱਟੀ ਗਰਾਉਂਡ ਦੀ, ਮੱਥੇ ਨਾਲ ਸ਼ੇਰ ਨੇ ਕਹੀ, ਮੀਚ ਕੇ ਅੱਖਾਂ ਪੱਛੋਂ ਆਣੀਆਂ, ਬਸ ਇੱਕੋ ਗੱਲ ਤੇ ਆਈ, ਤੇਰੀ ਰਹਿਮਤ ਨਾਲ ਹੀ ਸਜੂਗਾ ਮੇਰੇ ਸਿਰ ਤੇ ਜਿੱਤਦਾ ਤਾਜ, ਮੈਂ ਚੱਲਿਆ ਕੌਡੀ ਪਾਉਣ ਲਈ ਮੇਰੀ ਰੱਖੀ ਦਾਤਿਆ ਲਾਜ। ਦੋ ਸਾਨਾਂ ਦਾ ਪੇੜ ਉਧਰ ਪੱਕੇ ਦਾ ਲੱਖਾ, ਗੋਰੇ ਨੂੰ ਜਫਾ ਲਾ ਕੇ ਅੰਕ ਆਪਣੀ ਟੀਮ ਵਾਸਤੇ ਜੋੜਦਾ ਹੋਇਆ। ਕੱਸੋਆਣੇ ਦੀ ਟੀਮ ਨੂੰ ਬੇਨਤੀ ਹੈ ਫਾਈਨਲ ਮੈਚ ਨੂੰ ਖੇਡਣ ਵਾਸਤੇ, ਉਹ ਵੀ ਟੀਮ ਜਿਹੜੀ ਮੈਦਾਨ ਦੇ ਵਿੱਚ ਪੁੱਜੇਗੀ। ਉਧਰ ਵਿੱਕੀ ਟੁੱਡੀ ਦਾ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ, ਬੂਟਾ ਜੀਤੇ ਪਿੰਡ ਦਾ ਟਰਾਈ ਕਰਦਾ, ਪਰ ਵਿੱਕੀ ਟੁੱਡੀ ਦਾ ਆਪਣੀ ਟੀਮ ਵਾਸਤੇ ਬਹੁਤ ਤਗੜਾ ਪੁਆਇੰਟ ਜਿਹੜਾ ਜੋੜ ਚੁੱਕੇ ਹੈ। ਗੱਭਰੂ ਪੁੱਤ ਨੇ ਮਾਮਾ ਸ਼ੀਨੀਆਂ ਦੇ ਲੜੋ, ਕੋਈ ਨੀ ਕਿਸੇ ਤੋਂ ਘੱਟ ਦੇਖੋ, ਕਿਸੇ ਦੌਲੇ ਤੇ ਸ਼ੇਰ ਖੰਦਵਾ ਲਿਆ ਏ, ਕਿਸੇ ਪੱਟ ਤੇ ਪਵਾ ਲਿਆ ਸੱਪ ਦੇਖੋ, ਰੇਡਰ ਕਹਿੰਦੇ ਮੱਖੀ ਨੀ ਬਹਿਣ ਦੇਣੀ, ਜਾਫੀ ਕਹਿੰਦੇ ਦਿਖਾਵਾਂਗੇ ਡੱਕ ਦੇਖੋ, ਆਓ ਤੱਕੀਏ ਅੱਜ ਦੇ ਟੂਰਨਾਮੈਂਟ ਵਾਲਾ ਕੌਣ ਜਿੱਤੂਗਾ ਸੋਨੇ ਰੰਗਾ ਕੱਪ ਦੇਖੋ। ਉਧਰ ਟੁੱਡੀ ਵਾਲਾ ਚੁੰਮਾ ਸਰਦਾਰ ਅਮਰ ਸਿੰਘ ਦਾ ਸਪੁੱਤਰ ਹੈ, ਗੁਰਲਾਲ ਦੀ ਕਬੱਡੀ ਤੇ ਪੂਰੀ ਟਰਾਈ ਹੋ ਚੁੱਕੀ ਹੈ, ਔਰ ਚੁੰਮਾ ਟੁੱਡੀ ਦਾ ਬਹੁਤ ਹੀ ਤਗੜਾ ਪੁਆਇੰਟ ਆਪਣੀ ਟੀਮ ਵਾਸਤੇ ਜੋੜਦਾ ਹੋਇਆ। ਦਲੇਰ ਸਿੰਘ ਜੀ ਖੁਸ਼, ਟਰਾਂਸਪੋਰਟ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨੇ, ਆਉਣ ਵਾਲੇ ਟੂਰਨਾਮੈਂਟ ਵਾਸਤੇ ਕਹਿੰਦੇ ਵੀ 11,000 ਰੁਪਏ ਦੇ ਮੰਚ ਤੇ ਯੋਗਦਾਨ ਪਾਵਾਂਗੇ ਅਗਲੇ ਸਾਲ ਟੂਰਨਾਮੈਂਟ ਤੇ। ਇੱਧਰ ਮੁਦਕੀ ਵਾਲੇ ਬੱਬੂ ਦੀ ਉਂਗਲੀ ਖੜੀ ਕੀਤੀ ਹੈ, ਨਾ ਨਹੀਂ ਉਹ ਰੀਸਾ ਅਰਜਨ ਦੇ ਤੀਰ ਵਾਂਗੂ। ਇੱਧਰ ਸ਼ਨੀ ਪਾਊ ਕਹਿੰਦੇ ਦੇਵੀ ਦਿਆਲ ਨੂੰ ਆਪਣਾ ਉਸਤਾਦ ਮੰਨਦਾ ਮੇਰੇ ਵੀਰਿਓ, ਸ਼ਨੀ ਪਾਊ ਰਮਾਣਾ ਅਜੀਤ ਸਿੰਘ ਦੀ ਧਰਤੀ ਦਾ ਸ਼ਾਹ ਉੱਤੇ ਬੱਬਰ ਸ਼ੇਰ ਖੰਡਵਾਇਆ, ਔਰ ਸਾਹਮਣੇ ਟੱਕਰ ਪੈ ਗਈ ਸ਼ੇਰਾਂ ਦੀ, ਖੜ ਕੇ ਦੇਖੂ ਕੁੱਲ ਮਾਨਾ, ਕੇਵਲ ਕੱਪ ਉਹੀਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਣਾ। ਇੱਥੇ ਮੇਰੇ ਵੀਰ ਹੁਣ ਪਤਾ ਲੱਗਣਾ ਵੀ ਚੁੰਮੇ ਟੁੱਡੀ ਵਾਲੇ ਦੀ ਛਾਤੀ ਟੱਚ ਕਰ, ਸ਼ਨੀ ਪਾਊ ਅਰਮਾਣਿਆਂ ਦਾ ਆਪਣੀ ਟੀਮ ਵਾਸਤੇ ਬਹੁਤ ਹੀ ਤਕੜਾ ਪੁਆਇੰਟ ਜਿਹੜਾ ਜੋੜ ਚੁੱਕੇ ਹੈ। ਕੱਸੋਆਣ ਦੀ ਟੀਮ ਆਪਣੀ ਤਿਆਰੀ ਫੜ ਕੇ ਮੈਦਾਨ ਦੇ ਵਿੱਚ ਪੁੱਜੇਗੀ ਅਗਲੇ ਮੈਚ ਵਾਸਤੇ। ਲਓ ਟੁੱਡੀ ਵਾਲੇ ਇਸ ਸਮੇਂ ਵਿੱਕੀ ਦੀ ਪਈ ਕਬੱਡੀ, ਉਧਰਲੇ ਪਾਸੇ ਬੂਟਾ ਜੀਤੇ ਪਿੰਡ ਦਾ ਰੱਖਦਾ ਧਾਉਣ ਤੇ ਹੱਥ, ਪਰ ਮੁੰਡਾ ਭੱਜਿਆ ਜਾਂਦਾ, ਵਿੱਕੀ ਟੁੱਡੀ ਵਾਲਾ ਆਪਣੀ ਟੀਮ ਵਾਸਤੇ ਬਹੁਤ ਹੀ ਤਗੜਾ ਪੁਆਇੰਟ ਜੋੜ ਚੁੱਕੇ ਹੈ। ਅਗਲੀਆਂ ਟੀਮਾਂ ਨੂੰ ਗੁਰਜੰਟ ਸਿੰਘ ਜੀ ਕਹਿੰਦੇ ਵੀ ਸੱਦੇ ਦਿਓ, ਅਗਲੀਆਂ ਟੀਮਾਂ ਕੱਸੋਆਣੇ ਦੀ ਟੀਮ ਹੈ, ਫਾਈਨਲ ਮੈਚ ਹੋਵੇਗਾ, ਜਿਹੜੀ ਟੀਮ ਜਿੱਤੇਗੀ ਉਸ ਟੀਮ ਦੇ ਨਾਲ। ਲਓ ਬਰਲਾਸ ਸਿੰਘ ਗੋਰਾ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ, ਪੱਕੇ ਵਾਲਾ ਲੱਖਾ, ਪਰ ਕੀ ਫੈਸਲੇ ਹੈ ਦੇਵ ਦਿਆਲਪੁਰੇ ਦਾ, ਫੈਸਲੇ ਕਰਦਾ ਵੀ ਇਹ ਟੈਕਨੀਕਲ ਪੁਆਇੰਟ ਧਾਵੀ ਦਾ, ਇਹ ਪੁਆਇੰਟ ਅਰਮਾਨਾ ਅਜੀਤ ਸਿੰਘ ਵਾਲੀ ਦੀ ਟੀਮ ਦੇ ਹਿੱਸੇ ਜੁੜੇ ਹੈ। ਚੱਲ ਵੀ ਨੌਜਵਾਨ ਪਾ ਵੀ ਕਬੱਡੀ,
ਉਧਰਲੇ ਪਾਸੇ ਬੱਬੂ ਕਬੱਡੀ ਪਾਉਂਦਾ ਆਇਆ ਮੈਦਾਨ ਦੇ ਵਿੱਚ ਮੁੱਦਕੀ ਵਾਲਾ ਅੱਜ ਫੁੱਟਬਾਲ ਟੁੱਡੀ ਦਾ ਖੇਡਦਾ ਚਾਰ ਜਾਫੀ ਲਓ ਪੈ ਗਿਆ ਪੰਗਾ ਸਖਤ ਮਿੱਤਰੋ ਇੱਕ ਪਾਸੇ ਨੰਦਰਾ ਟਰਾਈ ਕਰਦਾ ਪਰ ਬੱਬੂ ਮੁੱਦਕੀ ਦਾ ਪਿੰਡੇ ਤੇ ਕਹਿੰਦੇ ਵੀ ਹੱਥ ਨੇ ਟਿਕਣ ਦੇ ਰਿਹਾ ਆਪਣੀ ਟੀਮ ਵਾਸਤੇ ਬਹੁਤ ਹੀ ਤਕੜਾ ਪੁਆਇੰਟ ਜੋੜਦਾ ਆਇਆ ਕਿ ਮੁੰਡਾ ਮੇਰਾ ਹੈ ਤੂਫਾਨ ਨਾਲੇ ਸ਼ੇਰ ਜਿੰਨੀ ਜਾਨ ਹੁਣ ਸ਼ੁਰੂ ਕਸਮਾਨ ਯਾਰੋ ਵਿੱਚ ਮੈਦਾਨ ਦੇ ਫਿਰ ਪੰਗਾ ਜਾਣਾ ਪੈ ਤੇ ਕੌਣ ਨੰਬਰ ਜਾਊ ਲੈ ਤੇ ਬਾਜੇ ਖਾਨੇ ਵਾਲਾ ਜਾਊ ਕਹਿ ਯਾਰੋ ਵਿੱਚ ਮੈਦਾਨ ਦੇ ਲਓ ਸ਼ਨੀ ਸ਼ਨੀ ਦੀ ਕਬੱਡੀ ਮੈਦਾਨ ਦੇ ਵਿੱਚ ਰਮਾਣਾ ਅਜੀਤ ਸਿੰਘ ਵਾਲ ਦੀ ਤਰਫੋਂ ਲਓ ਫੜਿਆ ਗਿੱਟਾ ਬਿੱਟੂ ਬਿੱਟੂ ਢੁੱਡੀ ਵਾਲਾ ਮੇਰੇ ਵੀਰੋ ਬਹੁਤ ਹੀ ਤਗੜਾ ਪੁਆਇੰਟ ਜੋੜਦਾ ਹੋਇਆ ਉਧਰਲੇ ਪਾਸੇ ਪ੍ਰਗਟ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਇੱਕ ਸੌ ਰੁਪਇਆ ਬਿੱਟੂ ਵਾਸਤੇ ਭੇਜਦਾ ਇੱਕ ਸੌ ਰੁਪਇਆ ਵਿੱਕੀ ਟੁੱਡੀ ਵਾਲੇ ਵਾਸਤੇ ਭੇਜਦਾ ਸਾਡਾ ਬਹੁਤ ਹੀ ਪਿਆਰਾ ਵੀਰ ਇਧਰਲੇ ਪਾਸੇ ਪ੍ਰਗਟ ਸਿੰਘ 200 ਰੁਪਏ ਦੀ ਗੱਲ ਹੈ ਔਰ ਵਿੱਕੀ ਟੁੱਡੀ ਦੀ ਪਈ ਰੇਟ ਤੇ ਕੌਣ ਟਰਾਈ ਕਰੇਗਾ ਧੂਰਾ ਟਰਾਈ ਕਰੇਗਾ ਜਾਂ ਫਿਰ ਬੂਟਾ ਜੀਤੇ ਦਾ ਜਾਂ ਫਿਰ ਨੰਦਰਾ ਲਓ ਧੂਰਾ ਧੂਰਾ ਧਾਰੀਵਾਲ ਪਰਿਵਾਰ ਦਾ ਮੇਰੇ ਵੀਰੇ ਉਹ ਟਰਾਈ ਕਰਦਾ ਵਿੱਕੀ ਟੁੱਡੀ ਪੁਆਇੰਟ ਲੈ ਕੇ ਵਾਪਸ ਗਿਆ ਉਧਰ ਪ੍ਰਗਟ ਸਿੰਘ ਜੀ ਕਹਿੰਦੇ ਇੱਕ ਸੌ ਰੁਪਇਆ ਵਿੱਕੀ ਟੁੱਡੀ ਵਾਲੇ ਵਾਸਤੇ ਹੈ ਇੱਕ ਸੌ ਰੁਪਇਆ ਵਾਲੇ ਲੱਖੇ ਵਾਸਤੇ ਹੈ ਇੱਕ ਸੌ ਰੁਪਇਆ ਕਹਿੰਦੇ ਵੀ ਸਾਰੀ ਟੀਮ ਨੂੰ ਦੇ ਦਿਓ ਇੱਕ ਸੌ ਰੁਪਇਆ ਕਹਿੰਦੇ ਵੀ ਝੁੰਮੇ ਨੂੰ ਦੇ ਦਿਓ ਆਹ 500 ਰੁਪਇਆ ਟੁੱਡੀ ਦੀ ਟੀਮ ਦਾ ਮੇਰੇ ਕੋਲੇ ਪੁੱਜ ਚੁੱਕਿਆ ਹੈ ਬਰਲਾਸ ਸਿੰਘ ਗੋਰੇ ਦੀ ਪਈ ਰੇਟ ਤੇ ਲੱਖਾ ਪੱਕੇ ਦਾ ਦੋ ਸਟਾਰ ਭਿੜਿਆ ਮੇਰੇ ਵੀਰਿਓ ਇੱਕ ਪੱਕੇ ਦਾ ਲੱਖਾ ਮੇਰੇ ਵੀਰਿਓ ਸੇਖੋ ਪਰਿਵਾਰ ਦਾ ਸਰਦਾਰ ਬਲਵਿੰਦਰ ਸਿੰਘ ਸੇਖੋ ਦਾ ਸਪੁੱਤਰ ਬਹੁਤ ਹੀ ਤਕੜਾ ਪੁਆਇੰਟ ਆਪਣੀ ਟੀਮ ਵਾਸਤੇ ਜੋੜ ਚੁੱਕੇ ਹੈ ਮੈਚ ਦੀ ਸਮਾਪਤੀ ਹੈ ਕੱਸੋਵਾਲਾ ਕਿਹੜੀ ਟੀਮ ਜੇਤੂ ਰਹੀ ਹੈ ਜਿਸ ਮੁਕਾਬਲੇ ਚੋਂ ਟੁੱਡੀ ਟੁੱਡੀ ਦੀ ਟੀਮ ਗਰਾਊਂਡ 'ਚ ਹੀ ਰਹੇਗੀ ਕੱਸੋਵਾਲ ਦੀ ਟੀਮ ਹੈ ਜਿਹੜੀ ਉਹ ਮੈਦਾਨ ਦੇ ਵਿੱਚ ਪੁੱਜੇਗੀ ਕੱਸੋਵਾਲ ਦੀ ਟੀਮ ਜਲਦੀ ਦੇ ਨਾਲ ਮੈਦਾਨ ਦੇ ਵਿੱਚ ਪੁੱਜੇ ਟੁੱਡੀ ਵਾਲੇ ਸੱਜਣ ਗਰਾਊਂਡ 'ਚ ਹੀ ਰਹਿਣ ਪਲੀਜ਼ ਬੇਨਤੀ ਹੈ ਟੁੱਡੀ ਵਾਲੇ ਸੱਜਣ ਗਰਾਊਂਡ 'ਚ ਹੀ ਰਹਿਣ ਪਲੀਜ਼ ਬੇਨਤੀ ਹੈ ਕੱਸੋਵਾਲ ਦੀ ਟੀਮ ਜਲਦੀ ਦੇ ਨਾਲ ਵਿੱਚ ਆ ਜਾਏ ਕੱਸੋਵਾਲ ਕਸੋਵਾਨ ਦੀ ਟੀਮ ਜਲਦੀ ਮੈਦਾਨ ਦੇ ਵਿੱਚ ਪੁੱਜੇਗੀ ਫਾਈਨਲ ਮੈਚ ਕਸੋਵਾਨਾ ਵਰਸਸ ਟੁੱਡੀ ਸੋ ਕਸੋਵਾਨ ਦੀ ਟੀਮ ਨੂੰ ਬੇਨਤੀ ਹੈ ਕਿ ਉਹ ਜਲਦ ਤੋਂ ਜਲਦੀ ਗਰਾਊਂਡ ਵਿੱਚ ਪਹੁੰਚਣ ਆਪਾਂ 5 ਮਿੰਟ ਦੀ ਬ੍ਰੇਕ ਦੇਣੀ ਹੈ ਕਿਉਂਕਿ ਟੁੱਡੀ ਵਾਲਿਆਂ ਨੇ ਹੁਣ ਮੈਚ ਖੇਡਿਆ ਉਹ ਕਹਿੰਦੇ ਸੀ 2-4 ਮਿੰਟਾਂ 'ਚ ਹੀ ਬਸ ਫਰੈਸ਼ ਹੋ ਕੇ ਆ ਜਾਂਦੇ ਹਾਂ ਕਸੋਵਾਨ ਦੀ ਟੀਮ ਜਲਦੀ ਮੈਦਾਨ ਦੇ ਵਿੱਚ ਪੁੱਜੇ ਜੀ ਕਸੋਵਾਨੇ ਪਿੰਡ ਦੀ ਟੀਮ ਜਲਦੀ ਮੈਦਾਨ ਦੇ ਵਿੱਚ ਪੁੱਜੇਗੀ